ਟਿਵਾਣਾ ਰੇੜੀ ਦੇ ਸਤਿਕਾਰ ਸਰੋਤੇ ਲਓ ਫਿਰ ਤੁਹਾਡੇ ਪੇਸ਼ੇ ਨਜ਼ਰ ਹੈ ਹਾੜ ਮਹੀਨੇ ਦੀ ਵਿਰਾਸਤ, ਵਿਸਾਖ ਦੀ ਨਹੀਂ, ਹਾੜ ਮਹੀਨੇ ਦਾ ਹਾਲ ਚਾਲ ਸੁਣਾਉਂਦੇ ਹਾਂ। ਤਾਂਬੇ ਰੰਗੇ ਮਹੀਨਾ, ਤਾਂਬੇ ਰੰਗਾ ਮਹੀਨੇ ਦਾ ਹਾੜ। ਸੋ ਇਹ ਅਜਿਹਾ ਮਹੀਨਾ ਹੁੰਦਾ ਜਦੋਂ ਫਿਰ ਰੰਗ ਚੋ ਕੇ ਪ੍ਰਾਂਤ ਵਿੱਚ ਪੈ ਗਿਆ, ਨਹੀਂ ਧੁੱਪੇ ਕਿਉਂ ਪਕਾਈਆਂ ਰੋਟੀਆਂ। ਪਾਰਾ 47 ਡਿਗਰੀ ਪਾਰ, ਕੁੜਤੀ ਮਲਮਲ ਦੀ ਭਾਫਾਂ ਛੱਡੇ ਸਰੀਰ, ਅੱਤ ਦੀ ਗਰਮੀ ਪੈਂਦੀ ਹੈ ਜਿਵੇਂ ਅੱਤ ਖੁਦਾ ਦਾ ਵੈਰ ਹੁੰਦਾ। ਜੇਠ ਅਤੇ ਹਾੜ ਅੱਤ ਦੀ ਗਰਮੀ ਦੇ ਮਹੀਨੇ ਨੇ, ਪਰ ਫਿਰ ਵੀ ਇਸ ਪੱਖ ਤੋਂ ਇਹ ਮਹੀਨਾ, ਇਸ ਦੀ ਗਰਮੀ ਸਰੀਰਕ ਪੱਖੋਂ ਸਿਹਤ ਲਈ ਜ਼ਰੂਰੀ ਹੈ। ਪਸੀਨਾ ਆਉਣ ਨਾਲ ਸਰੀਰ ਦੇ ਮੁਸਾਮਾਂ ਦੀ ਸਫਾਈ ਹੁੰਦੀ ਹੈ। ਕਈਆਂ ਨੂੰ ਤਾਂ ਮਹੀਨਾ ਹੀ ਸਿਰਫ ਪਸੀਨਾ ਹੀ ਹਾੜ ਮਹੀਨੇ ਆਉਂਦਾ, ਸੋ ਉਸ ਗੱਲੋਂ ਇਹ ਚੰਗਾ ਵੀ ਹੈ, ਕਿਉਂਕਿ ਇਹ ਮਹੀਨੇ 'ਚ ਨਾ ਤਾਂ ਕੋਈ ਕੜਮਾਈ ਹੁੰਦੀ ਹੈ ਅਤੇ ਨਾ ਕੋਈ ਮੇਲਾ ਤਿਉਹਾਰ ਹੁੰਦਾ। ਖੇਤੀਬਾੜੀ ਕਰਨ ਵਾਲੇ ਲੋਕ ਸਵੇਰੇ ਸਵੇਰੇ ਉੱਠ ਕੇ ਖੇਤ ਵਾਹ ਆਉਂਦੇ ਨੇ। ਇਸੇ ਕਰਕੇ ਉਹ ਕਹਾਵਤ ਹੈ ਕਿ ਪੇਕੀ ਨਾ ਸਿਖਾਈਆਂ ਅਤੇ ਹਾੜ ਨਾ ਵਾਹੀਆਂ ਅਤੇ ਸੌਣ ਨਾ ਚਰਾਈਆਂ, ਤਿੰਨੇ ਜਾਈ ਗਈਆਂ। ਕਿ ਲੜਕੀਆਂ ਨੂੰ ਅਗਰ ਪੇਕਿਆਂ 'ਚ ਕੰਮ ਨਾ ਸਿਖਾਇਆ ਜਾਵੇ ਅਤੇ ਹਾੜ ਮਹੀਨੇ ਜ਼ਮੀਨਾਂ ਨਾ ਵਾਹੀਆਂ ਜਾਣ ਅਤੇ ਸੌਣ 'ਚ ਗਾਈਆਂ ਮੱਝਾਂ ਨਾ ਚਰਾਈਆਂ ਜਾਣ ਅਤੇ ਅਜਾਈ ਨੇ ਤਿੰਨੇ, ਕਿਉਂਕਿ ਕੁੜੀਆਂ ਨੂੰ ਕੰਮ ਪੇਕੀ ਸਿਖਾਇਆ ਹੋਵੇ ਅਤੇ ਸਹੁਰੇ ਜਾ ਕੇ ਉਹ ਵਧੀਆ ਪ੍ਰੋਫੈਸ਼ਨਲ ਹੋਣਗੀਆਂ। ਹਾੜ ਮਹੀਨੇ ਅਗਰ ਤੁਸੀਂ ਜ਼ਮੀਨ ਵਾਹ ਕੇ ਛੱਡ ਦਿੰਦੇ ਹੋ ਅਤੇ ਫਿਰ ਮੀਂਹ ਜਿਹੜਾ ਪੈਂਦਾ ਚੰਗਾ, ਉਹਦੇ ਨਾਲ ਰਮ ਜਾਂਦੀ ਹੈ ਧਰਤੀ। ਅਤੇ ਹਾੜ ਮਹੀਨੇ ਮੀਂਹ ਨਾ ਪੈਂਦਾ, ਸੁੱਕੀਆਂ ਵਾਹੁਣ ਜ਼ਮੀਨਾਂ, ਤੂੜੀ ਖਾਂਦੇ ਬਲਦ ਹਾਰ ਗਏ, ਸੁੱਕੇ ਹੋ ਗਿਆ ਸੀਨਾ, ਤੇਰੀ ਬੈਠਕ ਨੇ ਪਟਿਆ ਕਬੂਤਰ ਚੀਨਾ, ਹੈ ਨਾ, ਇੱਦਾਂ ਦੇ ਵੀ ਟੱਪੇ ਨੇ। ਸੋ ਹਾੜ ਦੇ ਮਹੀਨੇ ਹਾੜੇ ਕਢਾਉਣ ਵਾਲੀ ਗੱਲ ਹੁੰਦੀ ਨੇ। ਤਪੇ ਹਾੜ ਦਾ ਮਹੀਨਾ, ਵਹਿੰਦਾ ਮੱਥੇ ਤੋਂ ਪਸੀਨਾ, ਕੀਤੇ ਤੱਤੀਆਂ ਲੋਆਂ ਨੇ ਰੰਗ ਕਾਲੇ, ਵੀ ਸ਼ਰਬਤ ਪਿਆਦੇ ਮਿੱਤਰਾ, ਬੁੱਲ ਸੁੱਕ ਗਏ ਦਸਿਆਂ ਵਾਲੇ। ਸੋ ਇਸ ਸਿਲਸਿਲੇ ਵਿੱਚ ਪੰਜਾਬ ਦੀ ਕਿਸਾਨੀ ਦੇ ਵਾਸਤੇ ਇਹ ਮਹੀਨਾ ਇੱਕ ਪੱਖੋਂ ਭਾਵੇਂ ਚੰਗਾ ਵੀ ਹੈ, ਪਰ ਇਸਦਾ ਜਿਹੜਾ ਸੇਕ ਹੈ ਉਹ ਬਹੁਤ ਮਾੜਾ। ਇਸ ਸਿਲਸਿਲੇ ਵਿੱਚ ਕਿਉਂਕਿ ਹਾੜ ਮਹੀਨੇ ਜੇ ਮੀਂਹ ਪੈ ਜਾਵੇ ਅਤੇ ਪੈਲੀਆਂ ਵਰ ਜਾਣ ਤਾਂ ਅਗਲੀ ਫਸਲ ਵਧੀਆ ਹੁੰਦੀ ਹੈ। ਇਸਦਾ ਵਿਗਿਆਨਿਕ ਕਾਰਨ ਹੈ ਕਿ ਕੜਕਦੀ ਧੁੱਪ ਧਰਤੀ ਦੇ ਸਿਆੜਾਂ ਥਾਈਂ ਧੁਰ ਅੰਦਰ ਤੱਕ ਜ਼ਰਖੇਜ਼ ਅੰਸ਼ ਪਹੁੰਚਾ ਦਿੰਦੀ ਹੈ। ਇਸੇ ਕਰਕੇ ਜ਼ਮੀਨ ਵਾਹ ਕੇ ਛੱਡਣੀ ਚੰਗੀ ਹੈ, ਅਤੇ ਕਿਤੇ ਵਾਹੀ ਜ਼ਮੀਨ 'ਚ ਪਾਣੀ ਲੱਗ ਜਾਏ ਤਾਂ ਸੋਨੇ ਦੇ ਸੁਹਾਗਾ। ਹਾੜ ਦੇ ਵਿੱਚ ਇੱਕ ਸੀਂ ਜਾਣੀ ਇੱਕ ਵਾਹੀ, ਸਾਉਣ ਭਾਦੋਂ ਅਤੇ ਅੱਸੂ ਦੀਆਂ ਕਿੰਨੀਆਂ ਹੀ ਸੀਆਂ ਦੇ ਨਾਲੋਂ ਚੰਗੀ ਹੁੰਦੀ ਹੈ। ਜਾਣੀ ਅੱਸੂ ਅਤੇ ਭਾਦੋਂ ਦੀਆਂ ਦੇ ਚਾਰ ਵਾਹੀਆਂ ਵੀ ਹੋਣ, ਉਹਦੇ ਨਾਲੋਂ ਹਾੜ ਮਹੀਨੇ ਦੀ ਇੱਕ ਵਾਹੀ ਚੰਗੀ ਹੁੰਦੀ ਹੈ, ਕਿਉਂਕਿ ਅੰਦਰ ਤੱਕ ਧੁੱਪ ਲੱਗ ਜਾਂਦੀ ਹੈ। ਹਾੜ ਦਾ ਇੱਕ, ਸਾਵਣ ਦੇ ਦੋ, ਭਾਦੋਂ ਦੇ ਤ੍ਰੈਂ ਅਤੇ ਅੱਸੀ ਦੇ ਸੌ। ਜਾਣੀ ਹਾੜ ਮਹੀਨੇ ਦਾ ਇੱਕੋ ਮੀਂਹ ਬਰਾਬਰ, ਸਾਉਣ ਦੇ ਦੋ, ਭਾਦੋਂ ਦੇ ਤਿੰਨ ਅਤੇ ਅੱਸੂ ਦੇ ਸੌ ਮੀਂਹ ਇੱਕ ਬਰਾਬਰ ਹੁੰਦੇ ਨੇ। ਅਤੇ ਹਾੜ ਨਾ ਵਾਹੀ ਹਾੜੀ ਅਤੇ ਫਿੱਟ ਭੜੂਏ ਦੀ ਦਾੜੀ, ਕਿ ਜੇ ਕਿਸੇ ਨੇ ਹਾੜ ਮਹੀਨੇ ਹਾੜੀ ਨਾ ਵਾਹੀ ਅਤੇ ਉਸਦਾ ਫਿਰ ਫਾਇਦਾ ਕੀ। ਹਾੜੀ ਸੋ ਜੋ ਹਾੜ ਵਹੇ, ਸੋ ਹਾੜ ਨਾ ਉੜੀਆਂ, ਸਾਵਣ ਨਾ ਛਿੜੀਆਂ, ਪੇਕੇ ਨਾ ਸਿੱਖੀਆਂ, ਇਹ ਤਰ੍ਹਾਂ ਹੈ ਲੁੜੀਆਂ। ਇਹਨੂੰ ਲਹਿੰਦੇ ਪੰਜਾਬ ਦੀ ਭਾਸ਼ਾ 'ਚ ਇਹ ਆਖਿਆ ਕਿ ਹਾੜ ਨਾ ਉੜੀਆਂ, ਸਾਉਣ ਨਾ ਛਿੜੀਆਂ, ਪੇਕੇ ਨਾ ਸਿੱਖੀਆਂ, ਇਹ ਤਰ੍ਹਾਂ ਹੈ ਲੁੜੀਆਂ। ਵੀ ਇਹ ਜੇ ਸਾਉਣ 'ਚ ਨਾ ਛਿੜੀਆਂ, ਜਾਣੀ ਪਸ਼ੂਆਂ ਦਾ ਛੇੜਾ। ਅਤੇ ਇਸ ਕਰਕੇ ਇਹ ਜਿਹੜਾ ਮੀਂਹ ਨੂੰ ਪਾਉਣ ਦੇ ਵਾਸਤੇ ਗੁੱਡੇ ਗੁੱਡੀਆਂ ਸਾੜੇ ਜਾਂਦੇ ਸੀ, ਗੋਡਾ ਗੁੱਡੀ ਸਾੜਿਆ ਵਸ ਮੀਹਾਂ ਕਾਲਿਆ, ਗੋਡਾ ਗੁੱਡੀ ਪਿੱਟਿਆ ਵਸ ਮੀਹਾਂ ਚਿੱਟਿਆ। ਇਸ ਬਾਰੇ ਡਾਕਟਰ ਆਸਾ ਸਿੰਘ ਘੁੰਮਣ ਹੋਰਾਂ ਨੇ ਵਿਰਾਸਤ 'ਤੇ ਬੜਾ ਖੂਬ ਲਿਖਿਆ, ਧੰਨਵਾਦ ਉਹਨਾਂ ਦਾ ਵੀ, ਪੜ੍ਹਨ ਯੋਗ ਕਿਤਾਬ ਆ, ਉਹਨਾਂ ਦੇ ਵੀ ਵਿੱਚੋਂ ਕੁਝ ਹਵਾਲੇ ਦੇਵਾਂਗਾ ਮੈਂ ਨਾਲ ਨਾਲ। ਸੋ ਇਸ ਦੌਰਾਨ ਹਾੜ ਮਹੀਨੇ ਇਹ ਵੀ ਖੇਡ ਹੁੰਦੀ ਸੀ ਕਿ ਪਿੰਡ ਦੇ ਕਿਸੇ ਬੁੱਢੇ ਆਦਮੀ 'ਤੇ ਜਾਂ ਕਿਸੇ ਅਮਲੀ ਠਮਲੀ 'ਤੇ ਪਾਣੀ ਸੁੱਟ ਦਿੰਦਾ ਸੀ ਸੁੱਤੇ ਪੈ 'ਤੇ,
ਉਹ ਅੱਗੋਂ ਜਿੰਨਾ ਗੁੱਸਾ ਕਰਦਾ ਉਨਾ ਹੀ ਉਹ ਮਾੜਾ ਚੰਗਾ ਜਿੰਨਾ ਬੋਲਦਾ ਅਤੇ ਉਨਾ ਹੀ ਮੀਂਹ ਪੈਣ ਦੀ ਸੰਭਾਵਨਾ ਵੱਧ ਜਾਂਦੀ। ਇਸ ਲਈ ਪਿੰਡ ਦੇ ਬੜੇ ਗੁਸੈਲ ਬੰਦਿਆਂ 'ਤੇ ਲੋਕ ਪਾਣੀ ਪਾ ਦਿੰਦੇ ਸੀ ਕਿ ਉਹ ਗੁੱਸੇ ਹੋ ਕੇ ਅੱਤ ਦੀਆਂ ਗਾਲਾਂ ਕੱਢਣ ਅਤੇ ਲੋਕ ਉਹਨਾਂ 'ਤੇ ਹੱਸਣ ਅਤੇ ਉਨਾ ਹੀ ਮੀਂਹ ਵਰੇ। ਇਸੇ ਕਰਕੇ ਪਿੰਡ ਦੀਆਂ ਮੁਟਿਆਰਾਂ 8-10 ਜਣੀਆਂ ਇਕੱਠੀਆਂ ਹੋ ਕੇ ਸਿਖਰ ਦੁਪਹਿਰੇ ਕਿਸੇ ਸਾਂਝੀ ਜਗ੍ਹਾ 'ਤੇ ਬੈਠੇ ਆਰਾਮ ਕਰਦੇ ਜਾਂ ਪੈ ਕਿਸੇ ਇਸ ਤਰ੍ਹਾਂ ਦੇ ਗੁਸੈਲ ਬੰਦੇ 'ਤੇ ਪਾਣੀ ਪਾਉਂਦੀਆਂ ਜੋਗੋਂ ਘਬਰਾ ਕੇ ਠੰਡਾ ਹੋਣ ਦੀ ਬਜਾਏ ਮੱਚ ਮੱਚ ਪੈਂਦਾ ਅਤੇ ਉਹਨਾਂ ਨੂੰ 100-100 ਗੱਲਾਂ ਕਹੁੰਦਾ ਅਤੇ ਗਾਲਾਂ ਕੱਢਣ ਵਾਲੇ ਦੀ ਜ਼ੁਬਾਨ ਕਰਾਹੀ ਹੋ ਜਾਂਦੀ ਅਤੇ ਸੁਣਨ ਵਾਲੇ ਵਾਈ ਵਿਵਰਜਿਤ ਸ਼ਬਦ ਸੁਣ ਕੇ ਅੰਦਰੋਂ ਬਾਹਰੋਂ ਭਾਵੇਂ ਲਾਲ ਸੂਹੇ ਹੁੰਦੇ ਪਰ ਨਾਲ ਨਾਲ ਹੱਸ ਹੱਸ ਦੂਰੇ ਹੁੰਦੇ ਕੁੜੀਆਂ ਚਿੜੀਆਂ ਦੇ ਹਾਸੇ। ਸੋ ਇਸ ਤਰ੍ਹਾਂ ਦਾ ਸ਼ੁਗਲ ਮੇਲਾ ਵੀ ਚੱਲਦਾ ਸੀ ਅਤੇ ਇਸ ਦੌਰਾਨ ਕਿ ਕੁਝ ਸਮੇਂ ਲਈ ਘੱਟੋ ਘੱਟ ਗਰਮੀ ਵੱਲੋਂ ਧਿਆਨ ਹਟ ਕੇ ਬੁਢਾਪੇ ਦੀ ਮਜਬੂਰੀ ਅਤੇ ਜਵਾਨੀ ਦੀ ਮਸ਼ਕਰੀ ਵੱਲ ਹੋ ਜਾਵੇ, ਲੋਕ ਉਸ ਦਾ ਲੁਤਫ ਲੈਣ। ਅਤੇ ਇਸ ਦੌਰਾਨ ਇਹ ਜਿਹੜਾ ਸੀ ਕਿ ਸ਼ਿਵ ਕੁਮਾਰ ਬਟਾਲਵੀ ਨੇ ਵੀ ਹਾੜ ਮਹੀਨੇ ਦੀ ਜਿਹੜੀ ਪੰਜਾਬ ਦੀ ਸ਼ਾਦੀ ਜਾਂ ਤਸਵੀਰ ਸਿਰਜੀ ਹੈ ਉਹ ਹੈ ਕਿ ਮੈਂ ਅੱਗ ਟੁਰੀ ਪਰਦੇਸ਼ ਨਹੀਂ ਸਹੀਓ, ਮੈਂ ਅੱਗ ਟੁਰੀ ਪਰਦੇਸ਼, ਇੱਕ ਛਾਤੀ ਮੇਰਾ ਹਾੜ ਤਪੈਂਦਾ, ਦੂਜੀ ਤਪੈਂਦਾ ਜੇਠ ਨਹੀਂ, ਮੈਂ ਅੱਗ ਟੁਰੀ ਪਰਦੇਸ਼। ਕਿ ਜਾਣੀ ਪਰਦੇਸ਼ ਜਾਂਦੀ ਕਿਸੇ ਪੰਜਾਬਣ ਜੋ ਆਪਣੇ ਪੇਕਿਆਂ ਨੂੰ ਆਪਣੇ ਪਿਆਰਿਆਂ ਨੂੰ ਛੱਡ ਕੇ ਪਰਦੇਸ਼ ਜਾਂਦੀ ਹੈ ਤਾਂ ਫਿਰ ਉਹ ਇਹੀ ਕਹਿੰਦੀ ਹੈ ਕਿ ਮੈਂ ਅੱਗ ਟੁਰੀ ਪਰਦੇਸ਼, ਇੱਕ ਛਾਤੀ ਮੇਰੇ ਹਾੜ ਤਪਦਾ ਅਤੇ ਦੂਸਰੀ ਤਪੈਂਦਾ ਜੇਠ ਦਾ ਮਹੀਨਾ। ਸੋ ਇਹ ਬਿਆਨ ਕਰਨਾ ਉਚਿਤ ਹੈ ਕਿ ਨਾਰੀ ਸ਼ਬਦ ਨਾਰ ਤੋਂ ਬਣਿਆ ਜਿਸ ਦਾ ਅਰਥ ਹੈ ਅੱਗ, ਨਾਰੀ। ਸੋ ਇਹ ਨਾਰ ਤੋਂ ਵੀ ਬਣਿਆ, ਅੱਗ ਨੂੰ ਨਾਰ ਵੀ ਕਿਹਾ ਜਾਂਦਾ। ਸ਼ਿਵ ਕੁਮਾਰ ਬਟਾਲਵੀ ਨੇ ਹਾੜ ਮਹੀਨੇ ਦੇ ਇਸ ਪ੍ਰਭਾਵ ਨੂੰ ਇੱਕ ਹੋਰ ਥਾਂ ਵੀ ਬੜਾ ਬਖੂਬੀ ਰਚਿਆ ਕਿ ਮੇਰੇ ਦਿਲ ਦਾ ਹਾਲ ਅੱਜ ਇੱਕਣਾ ਹੈ, ਬੀਆਵਾਨ ਦੇ ਜਿਉਂ ਇੱਕ ਉਜਾੜ ਹੋਵੇ, ਹੋਵੇ ਸਿਖਰ ਦੁਪਹਿਰ ਅਤੇ ਲੂੰ ਵਗਦੀ, ਤਾਂਬੇ ਰੰਗਾ ਮਹੀਨੜਾ ਹਾੜ ਹੋਵੇ। ਜਾਣੀ ਇਸ ਤਰ੍ਹਾਂ ਦੀ ਤਸ਼ਬੀਹ ਉਹਨੇ ਆਪਣੇ ਦਿਲ ਦੀ ਅਤੇ ਸਰੀਰ ਦੀ ਬਿਆਨ ਕੀਤੀ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜੇਠ ਹਾੜ ਦੀ ਤਪਦੀ ਬਲਦੀ ਰੁੱਤੇ ਪੀਲੀ ਪਿੱਤਲ ਰੰਗੀ ਧੁੱਪੇ ਪਸੀਨਾ ਬੁਰਾ ਹਾਲ ਕਰ ਦਿੰਦਾ, ਇਸੇ ਕਰਕੇ ਇਸ ਨੂੰ ਤਾਂਬੇ ਰੰਗਾ ਮਹੀਨੜਾ ਵੀ ਕਿਹਾ ਜਾਂਦਾ। ਰੰਗ ਗੋਰੇ ਤੋਂ ਤਾਂਬੇ ਰੰਗੇ ਹੋ ਜਾਂਦੇ ਨੇ, ਮੁਟਿਆਰਾਂ ਦੇ ਚਿਹਰੇ ਭਾਵੇਂ ਹਿੱਸੇ ਹੁੰਦੇ ਨੇ ਪਰ ਫਿਰ ਵੀ ਵਾਰ ਵਾਰ ਮੂੰਹ ਦਾ ਪਸੀਨਾ ਪੂੰਝਣ ਨਾਲ ਚਮੜੀ ਸਾਫ਼ ਅਤੇ ਨਿਖਰ ਪੈਂਦੀ ਹੈ, ਤਾਂਬੇ ਦੀ ਤਰ੍ਹਾਂ ਚਮਕਦੀ ਹੈ। ਰੋਮਾਂਟਿਕ ਕਵੀਆਂ ਨੂੰ ਇਹ ਪਸੀਨਾ ਵੀ ਮੋਤੀ ਲੱਗਦਾ ਹੈ ਅਤੇ ਇੱਕ ਕਵੀ ਨੇ ਬੜਾ ਖੂਬ ਲਿਖਿਆ, ਯਾਦ ਹੈ ਮੈਨੂੰ ਜੇਠ ਮਹੀਨਾ ਪਹਿਲੀ ਵਾਰੀ ਮਿਲੀ ਸ਼ਹੀਨਾ, ਮੁੱਖ 'ਤੇ ਸੋਵੇ ਇਵੇਂ ਪਸੀਨਾ ਜਿਵੇਂ ਅਰਬੀ ਦੇ ਪੱਤਿਆਂ 'ਤੇ ਕੱਤੇ ਦੇ ਵਿੱਚ ਸੁਬਹਾ ਸਵੇਰੇ ਸ਼ਬਨਮਦਾਇਕ ਹੋਏ ਨਗੀਨਾ। ਅਰਬੀ ਦੇ ਪੱਤੇ ਹੁੰਦੇ ਨੇ ਨਾ, ਉਹਨਾਂ 'ਤੇ ਜਦੋਂ ਤਰੇਲ ਦੇ ਤੁਪਕੇ ਪਏ ਹੁੰਦੇ ਨੇ ਕੱਤੇ ਦੇ ਮਹੀਨੇ ਦੀ ਸਵੇਰ ਨੂੰ, ਉਹ ਸ਼ਬਨਮ ਦੇ ਇੱਕ ਨਗੀਨੇ ਦੇ ਵਾਂਗ ਨੇ। ਯਾਦ ਹੈ ਮੈਨੂੰ ਜੇਠ ਮਹੀਨਾ ਪਹਿਲੀ ਵਾਰੀ ਮਿਲੀ ਸ਼ਹੀਨਾ, ਮੁੱਖ 'ਤੇ ਸੋਵੇ ਇਵੇਂ ਪਸੀਨਾ ਜਿਵੇਂ ਅਰਬੀ ਦੇ ਪੱਤਿਆਂ 'ਤੇ ਕੱਤੇ ਦੇ ਵਿੱਚ ਸੁਬਹਾ ਸਵੇਰੇ ਸ਼ਬਨਮਦਾਇਕ ਹੋਏ ਨਗੀਨਾ। ਪੰਜਾਬੀ ਲੋਕ ਗੀਤਾਂ ਦੇ ਵਿੱਚ 12 ਮਾਹਾਂ ਦੇ ਵਿੱਚ ਹਾੜ ਮਹੀਨੇ ਦੇ ਬਾਰੇ ਬੜਾ ਖੂਬਸੂਰਤ ਅਲੰਕਾਰਿਕ ਵਿਵਰਣ ਹੈ। ਇਹਨਾਂ ਮਹੀਨਿਆਂ ਦੇ ਵਿੱਚ ਨਾ ਵਿਆਹ ਦੀ ਤਾਂ ਵਸਲ ਤੋਂ ਸੰਕੋਚ ਹੀ ਰੱਖਦੇ ਪ੍ਰਤੀਤ ਹੁੰਦੇ ਨੇ। ਹਾੜ ਦਾ ਮਹੀਨਾ ਜੀ ਨਾ ਕਰੇ ਸਹੁਰੇ ਜਾਣ ਨੂੰ, ਮੁੰਡਾ ਫਿਰੇ ਨਹੀਂ ਗੱਡੀ ਜੋੜ ਕੇ ਲਿਆਉਣ ਨੂੰ, ਕਿਉਂਕਿ ਹਾੜ ਦਾ ਮਹੀਨਾ ਵੈਸੇ ਹੀ ਬਥੇਰਾ ਹੁੜਸ ਹੁੰਦਾ ਅਤੇ ਉਸ ਦੌਰਾਨ ਫਿਰ ਉਹ ਤੰਗ ਕੱਪੜੇ ਲਾਲ ਸੂਹੇ ਅਤੇ ਮੁੜ ਕੇ ਅੱਗੇ ਜਿਸ ਤਰ੍ਹਾਂ ਦੇ ਹਾਲਾਤ ਸੀ ਕਿ ਭਾਈ ਘੱਗਰਾ ਵੀ ਪਾ ਕੇ ਰੱਖਣਾ, ਪੈਰ ਬਣਾ ਦਿਸਦੇ ਹੋਣ ਅਤੇ ਮੂੰਹ ਬਣਾ ਦਿਸਦਾ ਹੋਵੇ, ਘੁੰਡ ਕੱਢਿਆ ਹੋਵੇ ਡੇਢ ਹੱਥ ਦਾ। ਸੋ ਹਾੜ ਦੇ ਮਹੀਨੇ ਧੁੱਪਾਂ ਪੈਣ ਨਹੀਂ ਕਰਾਰੀਆਂ, ਨਿੱਜ ਨੂੰ ਵਿਆਹੀ ਬੁੱਲੇ ਲੈਣ ਨਹੀਂ ਕੁਆਰੀਆਂ। ਸੋ ਕਿਉਂਕਿ ਕੁਆਰੀਆਂ ਕੁੜੀਆਂ ਕੱਪੜਿਆਂ ਦੀ ਥੋੜ੍ਹੀ ਖੁੱਲ੍ਹ ਲੈ ਲੈਂਦੀਆਂ ਸੀ, ਛਾਂ ਆਦਿ 'ਚ ਬਹਿ ਜਾਂਦੀਆਂ ਸੀ, ਪਿੱਪਲਾਂ ਬੋੜਾਂ ਥੱਲੇ
ਪਰ ਵਿਆਹੀਆਂ ਨੂੰ ਸਬਾਤਾਂ 'ਚੋਂ ਨਹੀਂ ਸੀ ਬਾਹਰ ਕੱਢਦੇ, ਅੰਦਰ ਹੀ ਵਿਚਾਰੀਆਂ ਬੁੱਸੀਆਂ ਰਹਿੰਦੀਆਂ। ਸੋ ਜਿਉਂ ਜਿਉਂ ਹੜ੍ਹ ਮਹੀਨੇ ਦੇ ਦਿਨ ਵਧੀ ਜਾਂਦੇ ਤਿਉਂ ਤਿਉਂ ਗਰਮੀ ਵਧੀ ਜਾਂਦੀ, ਦਿਨ ਵੀ ਬੜੇ ਲੰਮੇ ਹੁੰਦੇ, ਮੁੱਕਣ 'ਚ ਨਾ ਆਉਂਦੇ। 8 ਹੜ੍ਹ ਦੇ ਆਸ ਪਾਸ ਅਤੇ 22 ਜੂਨ ਨੂੰ ਤਕਰੀਬਨ ਦਿਨ 12 ਘੰਟੇ ਦਾ ਹੋ ਜਾਂਦਾ, ਅਤੇ ਕਿਉਂਕਿ ਵੱਡਾ ਦਿਨ ਹੁੰਦਾ ਉਹਦੇ, ਐਡੇ ਲੰਬੇ ਗਰਮੀ ਦੇ ਦਿਹਾੜੇ ਦੁਖਦਾਇਕ ਬਣ ਜਾਂਦੇ ਨੇ ਸ਼ਹਿਰਾਂ 'ਚ ਵੀ ਅਤੇ ਪਿੰਡਾਂ 'ਚ ਵੀ। ਅਤੇ ਇਸ ਸੰਬੰਧੀ ਜੇਠ ਹੜ੍ਹ ਦੇ ਇਹਨਾਂ ਮਹੀਨਿਆਂ ਬਾਰੇ ਗੋਪਾਲ ਸਿੰਘ ਆਪਣੇ 12 ਮਾਹ ਦੇ ਵਿੱਚ ਇਵੇਂ ਚਿਤਵਦਾ ਕਿ ਚੜ੍ਹਿਆ ਜੇਠ ਧੁੱਪਾਂ ਹੁਣ ਪਈਆਂ, ਦਿਉਰਾ ਕਿੱਥੇ ਜਾਈਏ ਵੇ, ਸਰਦ ਖਾਨੇ ਸਰਦ ਪਹਾਰੇ, ਸ਼ਰਬਤ ਸਰਬਤ ਸਰਦ ਪਿਆਈਏ ਵੇ, ਸਰਦਈ ਸਭ ਸਰਦ ਮਸਾਲਾ, ਬਰਫਾਂ ਸਰਦ ਮੰਗਾਈਏ ਵੇ, ਗੋਪਾਲ ਸਿੰਘ ਲੈ ਸਰਦ ਮਜੂਨਾ, ਦੇਵਰ ਭਾਬੀ ਖਾਈਏ ਵੇ। ਹੜ੍ਹ ਹੜੰਬਾ ਘਰ ਵਿੱਚ ਤਪਦਾ, ਭਾਬੋ ਬਾਗੀ ਜਾਈਏ ਨੀ, ਜਿੱਥੇ ਠੰਡੀ ਜਗ੍ਹਾ ਹੋਵੇ ਚੱਲ ਉੱਥੇ ਸੁੱਖ ਪਾਈਏ ਨੀ, ਸਬਜ਼ ਮਜੂਨਾ ਨਾਲ ਮਿਠਾਈਆਂ ਰਲ ਕੇ ਦੋਵੋਂ ਖਾਈਏ ਨੀ, ਗੋਪਾਲ ਸਿੰਘ ਸਾਰਾ ਦਿਨ ਰਹਿ ਕੇ ਰਾਤੀ ਘਰਾਂ ਨੂੰ ਆਈਏ ਨੀ। ਜਾਣੀ ਦਿਓਰ ਭਰਜਾਈ ਦੇ ਵਿੱਚ ਇੱਕ ਰੋਮਾਂਟਿਕ 12ਵਾਂ ਇਸ ਗੱਲ ਦੀ ਹੈ ਕਿ ਭਾਬੋ ਕਹਿੰਦੀ ਹੈ ਕਿ ਚੜ੍ਹਿਆ ਜੇਠ ਧੁੱਪਾਂ ਪਈਆਂ, ਦਿਓਰਾ ਕਿੱਥੇ ਜਾਈਏ, ਅਤੇ ਫਿਰ ਦਿਓਰ ਕਹਿੰਦਾ ਹੜ੍ਹ ਹੜੰਬਾ ਘਰ ਵਿੱਚ ਧੱਬਦਾ, ਭਾਬੋ ਬਾਗੀ ਜਾਈਏ, ਜਿੱਥੇ ਠੰਡੀ ਜਗ੍ਹਾ ਹੋਵੇ ਚੱਲ ਉੱਥੇ ਸੁੱਖ ਪਾਈਏ, ਸਬਜ਼ ਹੁੰਦਾ ਹਰਾ, ਸਬਜ਼ ਮਜੂਨਾ ਨਾਲ ਮਿਠਾਈਆਂ ਰਲ ਕੇ ਦੋਵੋਂ ਖਾਈਏ ਨਹੀਂ, ਗੋਪਾਲ ਸਿੰਘ ਦਿਨ ਸਾਰਾ ਰਹਿ ਕੇ ਰਾਤੀ ਘਰਾਂ ਨੂੰ ਆਈਏ ਨਹੀਂ। ਸੋ ਇਸ ਦੌਰਾਨ ਕਿਉਂਕਿ ਇਸ ਵਿਲਾਸਤਾ ਅਨੁਕੂਲ ਮੌਸਮ ਸਿਰਜ ਵੀ ਕਈ ਵਾਰੀ ਵਿਲਾਸੀ ਲੋਕ ਸਿਰਜ ਲੈਂਦੇ ਨੇ, ਇਸ ਸੰਬੰਧੀ ਸ਼ਕੁੰਤਲਾ ਦਾ ਲੇਖਕ ਕਾਲੀਦਾਸ ਲਿਖਦਾ ਹੈ ਕਿ ਲੋਕ ਇਸ ਰੁੱਤ ਦੇ ਵਿੱਚ ਚਾਨਣੀਆਂ ਰਾਤਾਂ, ਅਨੋਖੇ ਫੁਆਰਿਆਂ ਅਤੇ ਵੰਨ ਸੁਵੰਨੀਆਂ ਮਣੀਆਂ ਅਤੇ ਸੀਤਲ ਚੰਦਨ ਦੀ ਵਰਤੋਂ ਕਰਦੇ ਨੇ। ਉੱਭਰੇ ਸੀਨੇ ਵਾਲੀਆਂ ਮੁਟਿਆਰਾਂ ਭਾਰੇ ਵਸਤਰ ਲਾ ਕੇ ਬਰੀਕ ਕੱਪੜੇ ਪਹਿਨਦੀਆਂ ਨੇ ਸ਼ੋਖ ਰੰਗਾਂ ਦੇ, ਚੰਨਣ ਅਤੇ ਪਾਣੀ ਨਾਲ, ਸੀਤਲ ਅਤੇ ਪੱਖਿਆਂ ਦੀ ਪੌਣ ਨਾਲ, ਸੀਨੇ 'ਤੇ ਸਜੀਆਂ ਹਾਰ ਦੀਆਂ ਲੜੀਆਂ ਨਾਲ, ਵੀਣਾ ਦੀ ਮਧੁਰ ਧੁਨ ਨਾਲ ਮਾਨੋ ਸੁੱਤੇ ਇਸ਼ਕ ਜਗਾਇਆ ਜਾਂਦਾ ਹੈ। ਇਹਨਾਂ ਦਿਨਾਂ ਦੇ ਵਿੱਚ ਸਨ ਸਟ੍ਰੋਕ ਅਤੇ ਹੀਟ ਸਟ੍ਰੋਕ ਦੇ ਕਾਰਨ ਗਰੀਬ ਵੀ ਮਰਦੇ ਨੇ, ਉਹ ਕਹਿੰਦੇ ਆ ਨਾ, ਅਤੇ ਆਵੇ ਹੁਨਾਲ, ਹੁਨਾਲ ਹੁੰਦਾ ਹਾੜ ਜਾਣੀ ਕਿ ਗਰਮੀ, ਆਵੇ ਹੁਨਾਲ ਅਤੇ ਮਰੇ ਕੰਗਾਲ, ਆਵੇ ਸਿਆਲ ਅਤੇ ਮਰੇ ਕੰਗਾਲ। ਸੋ ਉਹਨਾਂ ਨੂੰ ਨਾ ਸਰਦ ਮਿਲਦਾ ਅਤੇ ਨਾ ਗਰਮ ਮਿਲਦਾ। ਅਤੇ ਇਸ ਦੌਰਾਨ ਕੁਝ ਪੰਜਾਬੀ ਦੇ ਗ੍ਰੰਥ ਇਸ ਮਹੀਨੇ ਨੂੰ ਕੁੱਲ ਵਾਧੇ ਪੱਖੋਂ ਕਲਿਆਣੀ ਮੰਨਦੇ ਨੇ, ਜਾਣੀ ਕਿ ਬੰਦਿਆਂ ਦੀ ਜਾਂ ਬੱਚਿਆਂ ਦੀ ਪੈਦਾਇਸ਼ ਲਈ ਹੜ੍ਹ ਮਹੀਨਾ ਚੰਗਾ। ਸ਼ਾਇਦ ਇਹਦਾ ਕਾਰਨ ਇਹ ਹੈ ਕਿ ਇਹਨੀਂ ਦਿਨੀ ਹਾੜ੍ਹੀ ਦੀ ਫਸਲ ਘਰ ਆਉਣ ਕਰਕੇ ਕਿਸਾਨ ਕੋਲ 4 ਛਿੱਲੜ ਹੁੰਦੇ ਨੇ, ਦਮੜੇ ਹੁੰਦੇ ਨੇ, ਕੰਮ ਕਾਰ ਤੋਂ ਵੀ ਕਾਫੀ ਵਿਹਲ ਹੈ। ਮੌਸਮ ਭਾਵੇਂ ਗਰਮੀ ਵਾਲਾ ਹੁੰਦਾ ਪਰ ਅਗਲੇ 2 ਮਹੀਨੇ ਸਾਉਣ ਭਾਦੋਂ ਦੇ ਬਰਸਾਤੀ ਮਹੀਨੇ ਹੋਣ ਕਰਕੇ ਫਿਰ ਵੀ ਬਨਿਸਬਤ ਇਹ ਠੀਕ ਸਮਝਿਆ ਜਾਂਦਾ। ਸਾਉਣ ਭਾਦੋਂ ਦੇ ਮਹੀਨੇ ਕਰਕੇ ਵਿਆਹ ਸ਼ਾਦੀ ਦਾ ਕਾਰਜ ਔਖਾ ਹੁੰਦਾ, ਉਹਨੀਂ ਦਿਨੀ ਝੋਨਾ ਜਾਂ ਹੋਰ ਫਸਲਾਂ ਦੇ ਰੁਝੇਵੇਂ ਵੱਧ ਜਾਂਦੇ ਨੇ। ਇਸ ਕਰਕੇ ਮਨੁੱਖੀ ਸੰਬੰਧਾਂ ਦੇ ਪੱਖੋਂ, ਹਸਬੈਂਡ ਵਾਈਫ ਦੇ ਸੰਬੰਧਾਂ ਦੇ ਪੱਖੋਂ ਕੁਝ ਗ੍ਰੰਥ ਇਸ ਮਹੀਨੇ ਨੂੰ ਚੰਗਾ ਵੀ ਸਮਝਦੇ ਨੇ ਕਿ 4 ਦਮੜੇ ਹੁੰਦੇ ਨੇ, ਗਰਮੀ ਤਾਂ ਜਦੋਂ ਸਰੀਰਾਂ ਦੀ ਗਰਮੀ ਆ ਅਤੇ ਫਿਰ ਦੂਜੀ ਗਰਮੀ ਕੋਈ ਚੁੱਭਦੀ ਨਹੀਂ, ਜਾਣੀ ਬੱਚਿਆਂ ਦੀ ਕੰਸੀਵਮ ਪੱਖੋਂ, ਪੈਦਾਇਸ਼ ਪੱਖੋਂ ਇਹ ਹੜ੍ਹ ਮਹੀਨਾ ਚੰਗਾ ਵੀ ਮੰਨਿਆ ਗਿਆ ਕੁਝ ਪੰਜਾਬੀ ਗ੍ਰੰਥਾਂ ਦੇ ਮੁਤਾਬਕ। ਹੜ੍ਹ ਮਹੀਨੇ 'ਚ ਮੀਂਹ ਪੈ ਜਾਣ ਉਪਰੰਤ ਖੇਤੀ ਦਾ ਧੰਦਾ ਸ਼ੁਰੂ ਹੋ ਜਾਂਦਾ, ਮੱਕੀ, ਚਰੀ, ਜਵਾਰ, ਬਾਜਰੇ ਆਦਿ ਦੀ ਬਿਜਾਉਣ ਦੇ ਲਈ ਤਿਆਰੀਆਂ, ਅਤੇ ਬਰਸਾਤ ਦੇ ਤਾਂ ਭਾਈ ਆਪਣੀ ਮਰਜ਼ੀ ਹੁੰਦੀ ਹੈ, ਸਵਾਬੀ ਜੇ ਹੜ੍ਹ ਮਹੀਨੇ ਵਰਖਾ ਹੋ ਜਾਵੇ ਤਾਂ ਇਹ ਮਹੀਨਾ ਬੜਾ ਸ਼ੁਭ ਅਤੇ ਕਲਿਆਣਕਾਰੀ ਹੁੰਦਾ। ਖਾਸ ਕਰਕੇ ਮਹੀਨਾ ਤਾਂ ਜੇਠ ਦਾ ਮੀਂਹ ਵੀ ਬਹੁਤ ਚੰਗਾ ਹੁੰਦਾ, ਜਿਵੇਂ ਉਹ ਕਹਿੰਦੇ ਨੇ ਕਿ ਮੀਂਹ ਜੇਠੀ ਦਾ ਅਤੇ ਪੁੱਤ ਪਲੇਠੀ ਦਾ, ਵੀ ਜਾਣੀ ਜਿਹੜਾ ਪਹਿਲਾ ਪੁੱਤ ਹੈ ਉਹੀ ਜ਼ਿਆਦਾ ਚੰਗਾ ਹੁੰਦਾ ਕਿਉਂਕਿ ਉਦੋਂ ਯੰਗ ਹੁੰਦੇ ਨੇ ਮਾਪੇ,
ਹਸਬੈਂਡ ਅਤੇ ਵਾਈਫ, ਉਹ ਜਿਹੜੇ ਪਹਿਲੇ ਬੱਚੇ ਅਤੇ ਮਾਪੇ ਜ਼ਿਆਦਾ ਤਵੱਜੋ ਦਿੰਦੇ ਨੇ। ਜੇਠ ਦਾ ਮੀਂਹ ਵੀ ਚੰਗਾ ਹੁੰਦਾ, ਤਾਕਤਵਰ ਹੁੰਦਾ, ਅਤੇ ਪਹਿਲਾ ਪੁੱਤ ਵੀ ਜੇਠੀ ਦਾ ਚੰਗਾ ਹੁੰਦਾ। ਸੋ ਮੀਂਹ ਜੇਠੀ ਦਾ ਅਤੇ ਪੁੱਤ ਪਲੇਠੀ ਦਾ। ਹਾੜ੍ਹ ਮਹੀਨੇ ਵਰਖਾ ਹੋਈ, ਹਾਲੀ ਕਰਨਾ ਰਹਿੰਦਾ ਕੋਈ, ਅਤੇ ਸੌਣੀ ਸਾਰੀ ਜਾਵੇ ਬੋਈ। ਕਿਉਂਕਿ ਇਹ ਵੀ ਦੇਖੋ ਕਿ ਹਾੜ੍ਹੀ ਅਤੇ ਸੌਣੀ ਦੋ ਮਹੀਨੇ ਨੇ, ਅਤੇ ਹਾੜ੍ਹ ਮਹੀਨੇ ਹਾੜ੍ਹੀ ਦੀਆਂ ਫਸਲਾਂ ਖਤਮ ਹੋ ਜਾਂਦੀਆਂ ਨੇ ਤਕਰੀਬਨ, ਕਣਕ ਦੀ ਬਜਾਂਦ ਵਢਾਉਣ ਸਭ ਕੁਛ, ਅਤੇ ਸੌਣ ਤੋਂ ਅਗਲੀ ਫਸਲ ਸੌਣੀ ਦੀ ਜਿਹੜੀ ਹੈ ਉਹ ਸ਼ੁਰੂਆਤ ਹੁੰਦੀ ਹੈ। ਸੋ ਇਸ ਕਰਕੇ ਇਹ ਮਹੀਨੇ ਦਾ ਹਾੜ੍ਹੀ ਦਾ ਅਖੀਰ ਵੀ ਹੈ, ਜੋ ਹਾੜ੍ਹੇ ਕਢਾ ਕੇ ਖੜਾ ਛਡਾਉਂਦਾ, ਅਤੇ ਸੌਣ ਦੀ ਆਮਦ ਹੁੰਦੀ ਹੈ ਜਿੱਥੋਂ ਸੌਣੀ ਦੀਆਂ ਫਸਲਾਂ ਸ਼ੁਰੂ ਹੁੰਦੀਆਂ ਨੇ। ਸੋ ਜੇਠ ਮਹੀਨੇ ਜਿੱਥੇ ਕਣਕਾਂ ਗਾਉਣ ਲਈ ਤਪਸ਼ ਦੀ ਜ਼ਰੂਰਤ ਹੁੰਦੀ ਹੈ, ਉੱਥੇ ਹਾੜ੍ਹ ਮਹੀਨੇ ਬਰਸਾਤ ਦੀ ਲੋੜ ਹੁੰਦੀ ਹੈ। ਹਾੜ੍ਹ ਮਹੀਨੇ ਦੇ ਵਿੱਚ ਮੀਂਹ ਪੈਣ ਨਾਲ ਭਰਪੂਰ ਸੌਣੀ ਦੀ ਉਮੀਦ ਹੁੰਦੀ ਹੈ। ਜਿਵੇਂ ਜੇਠ ਤਾਏ ਹਾੜ੍ਹ ਵਸਾਏ, ਉਸ ਮੁਲਕ ਦੇ ਕਾਲ ਕਿਉਂ ਨੇੜੇ ਆਏ, ਸਾਡਾ ਲੋਕ ਤੱਤ ਹੈ ਕਿ ਜੇਠ ਤਪਦਾ ਅਤੇ ਹਾੜ੍ਹ ਵਸਦਾ। ਇਸੇ ਕਰਕੇ ਆਪਾਂ ਸਵੇਰੇ ਵੀ ਜ਼ਿਕਰ ਕੀਤਾ ਸੀ ਕਿ ਜਿੰਨੀ ਗਰਮੀ ਪਏਗੀ ਓਨੀ ਹੀ ਅੱਗੇ ਬਰਸਾਤ ਅੱਛੀ ਰਹੇਗੀ। ਸੋ ਇਹ ਗਰਮੀ ਸਰੀਰਾਂ ਦੇ ਵਾਸਤੇ ਅਤੇ ਇਸ ਖਿੱਤੇ ਦੀ ਰਹਿਤਲ ਅਤੇ ਜ਼ਮੀਨ ਵਾਸਤੇ ਵੀ ਚੰਗੀ ਹੈ। ਸੋ ਜੇਠ ਮਹੀਨੇ ਇਹ ਤਪਸ਼ ਜ਼ਰੂਰੀ ਹੈ, ਅਤੇ ਹਾੜ੍ਹ ਦੇ ਵਿੱਚ ਉਹੀ ਮੀਂਹ ਵਸਣ ਦਾ ਕਾਰਨ ਬਣਦਾ। ਬਰਸੇ ਅੱਧ ਹਾੜ੍ਹ ਅਤੇ ਭਰੇ ਭੰਡਾਰ। ਅੱਜ ਤਾਂ ਹਾੜ੍ਹ ਦੋ ਹੋਇਆ, ਜੇ ਅੱਧ ਹਾੜ੍ਹ ਤੱਕ ਕਿਤੇ ਨਾ ਕਿਤੇ ਮੀਂਹ ਪੈ ਜਾਵੇ ਨਾ, ਤਾਂ ਫਿਰ ਭੰਡਾਰ ਭਰ ਜਾਂਦੇ ਨੇ। ਮੀਂਹ ਵੈਸੇ ਸਰਦੀ ਦਾ ਵੀ ਚੰਗਾ, ਵਸੇ ਸਿਆਲ ਅਤੇ ਕਦੇ ਨਾ ਹੋਸੀ ਕਾਲ। ਸੋ ਇਸ ਕਰਕੇ ਜੇ ਹਾੜ੍ਹ ਸੁੱਕਾ ਜਾਵੇ ਤਾਂ ਸਮਝੋ ਕਾਲ ਪਿਆ ਲਓ। ਹਾੜ੍ਹ ਮਹੀਨੇ ਮੀਂਹ ਪੈਂਦਿਆਂ ਸਾਰ ਦਰਿਆ ਦੀਆਂ, ਥੜਿਆਂ ਦੀਆਂ ਅਤੇ ਬਾਗਾਂ ਦੀਆਂ ਰੌਣਕਾਂ ਘੱਟ ਜਾਂਦੀਆਂ ਨੇ। ਕੰਮਾਂ ਦੀ ਗਤੀ ਤੇਜ਼ ਹੋ ਜਾਂਦੀ ਹੈ। ਪੈਲੀ ਵਾਹੁਣ, ਕਮਾਦ ਗੋਡਣ, ਪੱਠੇ ਬੀਜਣ, ਸਬਜ਼ੀਆਂ ਤੋੜਨ ਦੇ ਕੰਮ ਛਿੜ ਪੈਂਦੇ ਨੇ, ਅਤੇ ਪਸ਼ੂ ਆਦਿ ਨੂੰ ਚਰਾਉਣ ਦਾ ਸਿਲਸਿਲਾ ਵੀ ਵੱਧ ਜਾਂਦਾ ਹੈ। ਸੋ ਹਰ ਸੱਭਿਆਚਾਰ ਦੇ ਵਿੱਚ ਅਲੱਗ ਅਲੱਗ ਨਜ਼ਰੀਏ, ਪਰ ਪੰਜਾਬ ਦੇ ਸੱਭਿਆਚਾਰ ਦੇ ਵਿੱਚ ਇਸ ਮਹੀਨੇ ਬੜੇ ਸਖਤ ਵੀ ਨੇ, ਪਰ ਭਾਦੋਂ ਇਸ ਨਾਲੋਂ ਵੀ ਸਖਤ ਹੈ ਜਦੋਂ ਜੱਟ ਸਾਧ ਹੋ ਜਾਂਦੇ ਨੇ। ਸੋ ਇਸ ਸਿਲਸਿਲੇ ਵਿੱਚ ਹਾੜ੍ਹ ਦੇ ਅਖੀਰਲੇ ਦਿਨਾਂ ਤੱਕ ਤਾਂ ਮੀਂਹ ਦੀ ਪੂਰੀ ਉਡੀਕ ਰਹਿੰਦੀ ਹੈ, ਅਤੇ ਇਸ ਸੰਬੰਧੀ ਸਿੱਖਾਂ ਦੇ ਧਾਰਮਿਕ ਸਥਾਨ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਹੋਰ ਇਤਿਹਾਸਿਕ ਸਥਾਨਾਂ 'ਤੇ ਮਲਹਾਰ ਰਾਗ ਦੇ ਵਿੱਚ ਕੀਰਤਨ ਕੀਤੇ ਜਾਂਦੇ ਨੇ। ਕਿਉਂਕਿ ਮਲਹਾਰ ਰਾਗ ਹਿੰਦੁਸਤਾਨੀ ਰਵਾਇਤ ਦੇ ਅਨੁਸਾਰ ਦੇਰ ਸ਼ਾਮ ਅਤੇ ਸਾਜਰੇ ਸਵੇਰੇ ਗਾਇਆ ਜਾਣ ਵਾਲਾ ਰਾਗ ਹੈ, ਪਰ ਬਰਸਾਤ ਦੇ ਦਿਨਾਂ ਦੇ ਵਿੱਚ ਇਹ ਰਾਗ ਕਿਸੇ ਵੀ ਸਮੇਂ ਗਾਇਆ ਜਾਂਦਾ ਮਲਹਾਰ। ਪਰ ਹਾੜ੍ਹ ਮਹੀਨੇ ਇਹ ਸਿਰਫ ਦੇਰ ਸ਼ਾਮ ਜਾਂ ਸਵੇਰ ਦਾ ਰਾਗ ਹੈ। ਇਹ ਰਾਗ ਹੁਲਾਸ ਅਤੇ ਉਤਸ਼ਾਹਤ ਮੂਡ ਵਾਲਾ ਰਾਗ ਹੈ, ਮਤਲਬ ਪੋਜ਼ਿਟਿਵਿਟੀ ਵਾਲਾ, ਖੁਸ਼ੀ ਵਾਲਾ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਇਹ ਖਾਸੀਅਤ ਆ ਕਿ ਉੱਥੇ ਜਿੰਨੀ ਵੀ ਬਾਣੀ ਹੈ ਉਹ ਸਾਰੀ ਰਾਗਾਂ ਦੇ ਵਿੱਚ ਹੈ। ਵੇਲੇ ਦਾ ਰਾਗ, ਵੇਲੇ ਦੀਆਂ ਟੱਕਰਾਂ ਵਾਲੀ ਗੱਲ ਹੁੰਦੀ ਨਾ ਜਿਸ ਤਰ੍ਹਾਂ, ਪਰ ਉਹ ਰਾਗ ਮੌਸਮ ਦੇ ਸਮੇਂ ਦੇ ਅਨੁਸਾਰ ਉਹ ਜਿਹੜੀ ਬਾਣੀ ਰਚੀ ਗਈ ਹੈ। ਦੁਨੀਆ ਦਾ ਇਹ ਅਦੁੱਤੀ ਗ੍ਰੰਥ ਹੈ ਧਰਮਾਂ ਦੇ ਮਾਮਲੇ 'ਚ, ਮੇਰੇ ਖਿਆਲ ਆਖਰੀ ਗ੍ਰੰਥ ਵੀ ਕਹਿ ਲਿਓ, ਕਿਉਂਕਿ ਇੰਨਾ ਜੋ ਗਿਆਨ ਇਸ ਗ੍ਰੰਥ ਦੇ ਵਿੱਚ ਹੈ ਰਾਗਾਂ ਦਾ, ਸ਼ਾਇਦ ਕਿਸੇ ਹੋਰ ਗ੍ਰੰਥ 'ਚ ਆਉਣ ਵਾਲੇ ਸਮੇਂ 'ਚ ਵੀ ਨਹੀਂ ਹੋ ਸਕਦਾ। ਕਾਪੀ ਜੋ ਮਰਜ਼ੀ ਮਾਰੀ ਜਾਣ। ਸੋ ਕਿਉਂਕਿ ਇਹ ਜਿਹੜਾ ਮਲਹਾਰ ਰਾਗ ਹੈ 31 ਰਾਗਾਂ 'ਚੋਂ, ਇਹ ਹੁਲਾਸਤਾ ਅਤੇ ਉਤਸ਼ਾਹਤ ਮੋੜ ਵਾਲਾ ਰਾਗ ਹੈ। ਕਿਉਂਕਿ ਬਹੁਤ ਸਾਰੇ ਸ਼ਬਦ ਜਿਸ ਤਰ੍ਹਾਂ ਮਰਗਤ ਦੇ ਵਕਤ ਅਸੀਂ ਪਾਠ ਸੁਣਦੇ ਹਾਂ, ਕਰੋਨਾਮਈ ਕੀਰਤਨ ਹੁੰਦਾ ਨਾ, ਉਦੋਂ ਉਹ ਸੋਹਣਾ ਲੱਗਦਾ। ਜਿਵੇਂ ਆਸਾ ਦੀ ਵਾਰ ਹੈ, ਚੜ੍ਹਦੀ ਕਲਾ ਵਾਲਾ ਕੰਸੈਪਟ ਹੈ, ਰਹਿ ਰਾਸਤਾ ਆਪਣਾ ਕੰਸੈਪਟ ਹੈ। ਅਤੇ ਇਸ ਦੌਰਾਨ ਭਾਰਤੀ ਸੰਸਕ੍ਰਿਤੀ ਦੇ ਵਿੱਚ ਇੰਦਰ ਦੇਵਤਾ ਦੀ ਪੂਜਾ ਕੀਤੀ ਜਾਂਦੀ ਹੈ, ਕਿਉਂਕਿ ਉਹ ਮੇਘ ਦਾ ਮਾਲਕ ਹੈ, ਬਰਸਾਤ ਦਾ ਦੇਵਤਾ ਹੈ, ਰੋਮੈਂਟਿਕ ਵੀ ਹੈ। ਇਹ ਮੰਨਿਆ ਜਾਂਦਾ ਕਿ ਸਾਰੀਆਂ ਰੁੱਤਾਂ ਇੰਦਰ ਦੇਵਤਾ ਨੇ ਬਣਾਈਆਂ। ਜਦੋਂ ਉਹ ਰੁੱਤਾਂ ਬਣਾ ਰਿਹਾ ਸੀ ਤਾਂ ਉਹਨਾਂ ਦਿਨਾਂ ਦੇ ਵਿੱਚ ਇੰਦਰ ਨਾਂ ਦੀ ਇੱਕ ਪਰੀ ਨਾਲ ਉਸਦਾ ਪਿਆਰ ਸੀ। ਕਿਹਾ ਜਾਂਦਾ ਕਿ ਰੁੱਤਾਂ ਰੰਗ ਰੂਪ ਸੁਭਾਅ ਅਤੇ ਸੀਰਤ ਉਸਨੇ ਇੰਦਰ ਦੀਆਂ ਮੁਦਰਾਵਾਂ ਅਤੇ ਉਸਦੇ ਚਿਹਰੇ ਦੇ ਹਾਵ ਭਾਵਾਂ ਤੋਂ ਲੈ ਕੇ ਸਿਰਜੀਆਂ।
ਜਦ ਉਹ ਹੱਸੀ ਤਾਂ ਰੁੱਤ ਬਹਾਰ ਬਣੀ, ਕਾਮੀ ਨਜ਼ਰੇ ਤੱਕੀ ਤਾਂ ਅੰਗਿਆਰ ਬਣੀ। ਜਾਣੀ ਇੰਦਰ ਨੇ ਇਹ ਸਾਰੀਆਂ ਰੁੱਤਾਂ ਜੋ ਭਾਰਤੀ ਸੰਸਕ੍ਰਿਤੀ ਮੰਨਦੀ ਹੈ, ਕਿਉਂਕਿ ਇੰਦਰ ਰੋਮੈਂਟਿਕ ਦੇਵਤਾ ਸੀ, ਅਪਸਰਾਵਾਂ ਦਾ ਉਹ ਸੰਗੀ ਸਾਥੀ ਸੀ। ਇੰਦਰ ਦਾ ਦਰਬਾਰ ਬੜਾ ਕਮਾਲ ਹੁੰਦਾ ਸੀ ਅਤੇ ਐਂਦਰ ਨਾਂ ਦੀ ਉਸਦੀ ਜਿਹੜੀ ਪ੍ਰੇਮਿਕਾ ਸੀ, ਉਸਦੀਆਂ ਅਦਾਵਾਂ ਉਸਦੇ ਰੰਗ ਰੂਪ ਅਤੇ ਉਸਦੇ ਸੁਭਾਅ ਦੇ ਮੁਤਾਬਕ ਅਤੇ ਸੂਰਤ ਅਤੇ ਸੀਰਤ ਮੁਤਾਬਕ ਅਤੇ ਉਸਦੀਆਂ ਮੁਦਰਾਵਾਂ ਤੋਂ ਪ੍ਰਭਾਵਿਤ ਹੋ ਕੇ ਹੀ ਇੰਦਰ ਨੇ ਇਹ ਸਾਰੀਆਂ ਰੁੱਤਾਂ ਸਿਰਜੀਆਂ ਨੇ। ਭਾਰਤ ਵਿੱਚ 6 ਮੌਸਮ ਨੇ ਜਿਨ੍ਹਾਂ 'ਚ ਸਾਨੂੰ 4 ਹੀ ਚੇਤੇ ਨੇ, ਉਹ ਵੀ ਗੀਤਾਂ ਕਰਕੇ, ਪਤਝੜ, ਸਾਵਣ, ਬਸੰਤ, ਬਹਾਰ, ਪਰ 2 ਮੌਸਮ ਹੋਰ ਵੀ ਨੇ। ਇਸ ਦੌਰਾਨ ਉਂਝ ਰੁੱਤਾਂ ਦੀ ਬਹਾਰ ਜਾਂ ਹੋਵੇ ਜਾਂ ਅੰਗਿਆਰਾਂ ਦੀ, ਸਭ ਕੁਦਰਤ ਦਾ ਵਰਤਾਰਾ ਅਤੇ ਮਨੁੱਖ ਕੋਲ ਅੱਗੇ ਨਾ ਬਿਜਲੀ ਸੀ ਨਾ ਸੁੱਖ ਸਹੂਲਤਾਂ, ਪਰ ਫਿਰ ਵੀ ਮਨੁੱਖ ਚੜ੍ਹਦੀ ਕਲਾ ਦਾ ਸੀ ਕਿਉਂਕਿ ਉਹ ਸ਼ੁਕਰਵਾਨ ਲੋਕ ਸੀਗੇ। ਇਸ ਦੌਰਾਨ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਦਾ ਜ਼ਿਕਰ ਕਰੋ, ਜਿਸ ਤਰ੍ਹਾਂ ਅਸਾੜ ਤਪੰਦਾ ਤਿਸ ਲਾਗੈ ਹਰ ਨਾ ਜਿਨ੍ਹਾਂ ਪਾਸ, ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਨੇ 12 ਮਾਹ ਦੇ ਵਿੱਚ ਇਹ ਭਾਵਨਾ ਸਪਸ਼ਟ ਕੀਤੀ ਹੈ ਕਿ ਇਹ ਗਰਮੀ ਉਹਨਾਂ ਨੂੰ ਹੀ ਲੱਗਦੀ ਹੈ ਜਿਹੜੇ ਸ਼ੁਕਰਗੁਜ਼ਾਰ ਨਹੀਂ ਹੈ, ਜਿਨ੍ਹਾਂ ਦੇ ਹਿਰਦੇ 'ਚ ਹਰੀ ਨਹੀਂ ਹੈ, ਜਾਣੀ ਭਾਣਾ ਮੰਨਣ ਦਾ, ਅਸਲ ਮਾਨਿਆਂ ਦੇ ਵਿੱਚ ਰੱਬ ਦਾ ਪਿਆਰ। ਉੱਦਾਂ ਅਸੀਂ ਸਾਰੇ ਰੱਬ ਦਾ ਠੇਕਾ ਲੈਂਦੇ ਹਾਂ, ਪਰ ਉਹਦੀ ਰਜ਼ਾ 'ਚ ਰਾਜੀ ਰਹਿਣਾ, ਜੇ ਗਰਮੀ ਹੈ ਤਾਂ ਵੀ ਕੁਛ ਨਹੀਂ। ਜੇ ਤੁਸੀਂ ਲੱਖ ਪਾਠ ਕਰੀ ਜਾਓ, ਲੱਖ ਆਪਣੇ ਆਪ ਨੂੰ ਧਾਰਮਿਕ ਹੋਵੋ, ਪੜ੍ਹੇ ਲਿਖੇ ਹੋਵੋ, ਚਿੱਟੇ ਕੱਪੜਿਆਂ ਵਾਲੇ ਹੋਵੋ, ਦਸਤਾਰਧਾਰੀ ਹੋਵੋ, ਜੇ ਤੁਹਾਡੇ ਸੁਭਾਅ 'ਚ ਸ਼ੀਤਲਤਾ ਨਹੀਂ ਹੈ, ਤੁਹਾਡੀ ਜ਼ੁਬਾਨ 'ਚ ਮਿਠਾਸ ਨਹੀਂ ਹੈ, ਤਾਂ ਫਿਰ ਉਹ ਤੁਸੀਂ ਗੁਰਸਿੱਖੀ ਰੂਪ ਨਹੀਂ ਹੋ। ਪੰਡਿਤ ਜੇ ਵਿੱਚ ਦੇ ਵਿੱਚ ਜੇ ਤੈਸ਼ ਹੈ ਤਾਂ ਉਹ ਫਿਰ ਵਿਦਵਾਨ ਨਹੀਂ ਹੈ। ਇਸੇ ਕਰਕੇ ਕਿਹਾ ਗਿਆ ਨਾ ਕਿ ਸੌਣ 'ਚ ਪੁਰਾ ਤਾਂ ਉਹ ਵੀ ਬੁਰਾ, ਬਾਹਮਣ ਹੱਥ ਛੁਰਾ ਤਾਂ ਉਹ ਵੀ ਬੁਰਾ। ਬਾਹਮਣ ਕੋਲ ਛੁਰਾ ਨਹੀਂ, ਬਾਹਮਣ ਕੋਲ ਤਾਂ ਕਿਤਾਬ ਚਾਹੀਦੇ ਆ, ਅਤੇ ਜੱਟ ਤਾੜੇ ਚਾੜੇ ਤੁਰਾ ਤਾਂ ਉਹ ਵੀ ਬੁਰਾ। ਜੱਟ ਦਾ ਕੰਮ ਖੇਤੀ ਕਰਨਾ, ਸੱਬਲ, ਗੰਡਾਸੀ ਅਤੇ ਕਹੀ ਚੱਕਣਾ, ਹਲਦੀ ਮੁੰਨੀ ਨੂੰ ਹੱਥ 'ਚ ਫੜਨਾ, ਅਤੇ ਜੱਟ ਦਾ ਕੰਮ ਤੁਰਾ ਵਜਾਉਣਾ ਨਹੀਂ ਹੈ, ਬਾਜੇ ਵਜਾਉਣਾ ਨਹੀਂ ਹੈ। ਸੋ ਇਸ ਸੰਬੰਧੀ ਗੁਰੂ ਨਾਨਕ ਸਾਹਿਬ ਨੇ ਵੀ ਹਾੜ ਮਹੀਨੇ ਨੂੰ ਭਲਾ ਹੀ ਜਾਣਿਆ। 12 ਮਾਹ ਜਿਹੜੇ ਕਿ 12 ਮਹੀਨਿਆਂ ਤੋਂ ਸ਼ੁਰੂ ਹੋ ਕੇ ਗਾਏ ਜਾਂਦੇ ਰਾਗ ਨੇ, ਕਿਉਂਕਿ ਗੁਰਬਾਣੀ ਦੇ ਵਿੱਚ ਜਾਂ ਸੱਭਿਆਚਾਰ ਦੇ ਖੇਤਰ ਦੇ ਵਿੱਚ ਸਤਵਾਰੇ ਵੀ ਨੇ, 7 ਦਿਨਾਂ ਤੋਂ, 7 ਜਾਣੀ ਕਿ ਸੋਮਵਾਰ, ਮੰਗਲਵਾਰ, ਬੁੱਧ, ਵੀਰ, ਸ਼ੁੱਕਰ, ਇਹਨਾਂ ਦਿਨਾਂ ਤੋਂ ਸ਼ੁਰੂ ਹੋ ਕੇ ਜਿਹੜਾ ਸ਼ਬਦ ਗਾਇਆ ਜਾਂਦਾ ਜਾਂ ਲਿਖੀ ਜਾਂਦੀ ਕੋਈ ਵੀ ਕਵਿਤਾ, ਉਹਨੂੰ ਸਤਵਾਰੇ ਕਹਿੰਦੇ ਨੇ। ਪਰ ਮੁਸਲਮਾਨੀ ਸੱਭਿਆਚਾਰ ਦੇ ਵਿੱਚ ਇਹ 8 ਨੇ, ਉਹ ਐਤਵਾਰ ਤੋਂ ਸ਼ੁਰੂ ਕਰਦੇ ਨੇ ਅਤੇ ਐਤਵਾਰ 'ਤੇ ਹੀ ਖਤਮ ਕਰਦੇ ਨੇ। ਉਹਨਾਂ ਨੇ 8 ਦਿਨਾਂ ਨੂੰ ਮੁੱਖ ਰੱਖ ਕੇ ਆਪਣੀ ਕਵਿਤਾ ਰਚੀ ਹੈ। ਉਹਨਾਂ ਦੇ 8 ਨੇ ਅਤੇ ਸਿੱਖ ਜਾਂ ਹਿੰਦੂ ਸੰਸਕ੍ਰਿਤੀ ਦੇ ਵਿੱਚ 7 ਨੇ। ਇਸੇ ਤਰ੍ਹਾਂ ਜਿਹੜੇ 12 ਮਹੀਨੇ ਨੇ, ਉਹਨਾਂ 12 ਮਹੀਨਿਆਂ ਦੇ ਨਾਂ 'ਤੇ ਗੁਰਬਾਣੀ ਦੇ ਵਿੱਚ ਜੋ ਕੁਛ ਲਿਖਿਆ ਹੋਇਆ ਉਹਨਾਂ ਨੂੰ 12 ਮਾਹ ਕਿਹਾ ਗਿਆ। ਜਿਵੇਂ ਜੇਠ ਤਪੰਦਾ ਜਾਂ ਖਾਸ ਕਰਕੇ ਅਸਾੜ ਤਪੰਦਾ ਤਿਸ ਲਾਗੇ ਹਰ ਨਾ ਜਿਨ੍ਹਾਂ ਪਾਸ, ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਧੀ ਆਸ, ਇਹ 5ਮ ਪਾਤਸ਼ਾਹ ਦੀ ਬਾਣੀ ਹੈ। ਪ੍ਰਭ ਤੁਦ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ, ਅਸਾੜ ਸੁਹੰਦਾ ਤਿਸ ਲਾਗੇ ਜਿਨ ਮਨ ਹਰ ਚਰਨ ਨਿਵਾਸ, ਇਹ ਸ਼ਬਦ ਦਾ ਅਖੀਰ ਹੈ। ਇਸੇ ਤਰ੍ਹਾਂ ਗੁਰੂ ਅਰਜਨ ਦੇਵ, ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਨੇ ਕਿ ਅਸਾੜ ਪੱਲਾ ਸੂਰਜ ਗਗਨ ਤਪੈ, ਧਰਤੀ ਦੁੱਖ ਸਹਿ ਸੁਖ ਹੈ ਅਗਨ ਪਖ ਹੈ,
ਅਗਨ ਰਸ ਸੁਖੈ ਮਰਿਆ ਧੋਖੈ ਸੋ ਪੀਸੋ ਕਿਰਤ ਨਹਾਰੈ ਰਥ ਫਿਰਿਆ ਛਾਇਆ ਤਨ ਤਾਕੈ ਟੀਂਡ ਲਾਵੈ ਮੰਜ ਬਾਰੈ ਅਵਗੁਣ ਬਾਅਦ ਚਲੀ ਦੁੱਖ ਆਗੈ ਸੁਖ ਤਿਸ ਸੱਚ ਸੰਭਾਲੈ ਨਾਨਕ ਜਿਸਨੂੰ ਇਹ ਮੰਨਦੀ ਹੈ ਮਰਨ ਜੀਵਨ ਪ੍ਰਭੂ ਨਾਲ ਹੈ ਕਿ ਉਸਦਾ ਮਰਨ ਜੀਵਨ ਪ੍ਰਭ ਦੇ ਨਾਲ ਆ ਉਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਹਾੜ ਦੇ ਮਹੀਨੇ ਜਿੱਥੇ ਕੋਇਲਾਂ ਕੂਕਦੀਆਂ ਨੇ ਅਤੇ ਉਹ ਆਪਣੇ ਮਿਲਾਪ ਲਈ ਲੁਚਦੀਆਂ ਨੇ ਉੱਥੇ ਪਪੀਹਾ ਜਿਹਨੂੰ ਬੰਬੀਹਾ ਵੀ ਕਹਿੰਦੇ ਨੇ ਅੰਮ੍ਰਿਤ ਵੇਲੇ ਬੋਲਿਆ ਬੰਬੀਹਾ ਬਹੁਤ ਸੋਹਣਾ ਸ਼ਬਦ ਗਾਉਂਦੇ ਹੁੰਦੇ ਆ ਕਈ ਸਿੰਘ ਅੰਮ੍ਰਿਤ ਵੇਲੇ ਬੰਬੀਹਾ ਸਵਾਤੀ ਬੂੰਦ ਨੂੰ ਬੁਰੀ ਤਰ੍ਹਾਂ ਤਰਸਦਾ ਹੈ ਇਸੇ ਕਰਕੇ ਚਾਤ੍ਰਿਕ ਜਿਹਨੂੰ ਆਮ ਵਰਖਾ ਦੀਆਂ ਬੂੰਦਾਂ ਨਾਲ ਤ੍ਰਿਪਤੀ ਨਹੀਂ ਹੁੰਦੀ ਅਤੇ ਉਹ ਉਹਨਾਂ ਬੂੰਦਾਂ ਨਾਲ ਹੁੰਦੀ ਹੈ ਜੋ ਸਵਾਤੀ ਯੋਗ ਸਮੇਂ ਡਿੱਗਦੀਆਂ ਨੇ ਜੋਤਿਸ਼ ਦੇ ਅਨੁਸਾਰ ਹਾੜ ਦਾ ਜਿਹੜਾ ਚਾਨਣ ਪੱਖ ਦੀਆਂ ਸਾਰੀਆਂ ਤਿਥਾਂ ਨੂੰ ਸਵਾਤੀ ਯੋਗ ਹੁੰਦਾ ਹੈ ਯਾਨੀ ਹਾੜ ਦੇ ਮਹੀਨੇ ਜੋ ਚਾਨਣ ਪੱਖ ਹੁੰਦਾ ਨਾ ਚੰਨ ਚਾਨਣੀਆਂ ਰਾਤਾਂ ਉਹਨਾਂ ਸਾਰੀਆਂ ਤਿਥਾਂ ਨੂੰ ਸਵਾਤੀ ਯੋਗ ਹੁੰਦਾ ਹੈ ਇਹ ਯੋਗ ਵੇਲੇ ਜੋ ਵਰਖਾ ਹੁੰਦੀ ਹੈ ਨਾ ਉਸ ਦੀਆਂ ਬੂੰਦਾਂ ਨੂੰ ਬਹੁਤ ਪਵਿੱਤਰ ਅਤੇ ਕਲਿਆਣਕਾਰੀ ਸਮਝਿਆ ਜਾਂਦਾ ਹੈ ਇਹ ਲੋਕ ਮਾਨਤਾ ਹੈ ਕਿ ਜੇ ਇਹ ਬੂੰਦ ਕੇਲੇ 'ਤੇ ਪਏ ਤਾਂ ਕਪੂਰ ਬਣ ਜਾਂਦੀ ਹੈ ਸਿੱਪੀ ਦੇ ਵਿੱਚ ਪਏ ਤਾਂ ਮੋਤੀ ਬਣ ਜਾਂਦੀ ਹੈ ਬਾਂਸ ਵਿੱਚ ਪਏ ਤਾਂ ਬਾਂਸ ਲੋਚਨ ਬਣ ਜਾਂਦੀ ਹੈ ਹੁਣ ਕੇਲੇ ਤਾਂ ਆਪਣੇ ਵੀ ਹੈਗੇ ਦੇਖਾਂਗੇ ਜੇ ਭਾਈ ਚਾਨਣੀ ਰਾਤ ਨੂੰ ਮੀਂਹ ਪੈ ਗਿਆ ਕਿ ਕਪੂਰ ਬਣਦੀ ਹੈ ਕਿ ਨਹੀਂ ਬਣਦੀ ਖੈਰ ਇਹ ਤਸ਼ਬੀਹਾਂ ਨੇ ਸਿੱਪੀ 'ਚ ਸਿੱਪੀਆਂ ਵਿਛਾ ਦਿਓ ਕਿਸੇ ਸਿੱਪੀ 'ਚ ਤਾਂ ਡਿੱਗੇਗੀ ਉਹ ਬੂੰਦ ਸੋ ਇਹ ਜਾਣੀ ਹਾੜ ਮਹੀਨੇ ਦੀ ਚਾਨਣੀ ਰਾਤ ਨੂੰ ਜਿਹੜਾ ਮੀਂਹ ਪੈਂਦਾ ਨਾ ਉਹ ਸਵਾਤੀ ਬੂੰਦ ਹੁੰਦੀ ਹੈ ਜਿਹੜੀ ਦੇ ਵਾਸਤੇ ਬੰਬੀਹਾ ਤਰਸਦਾ ਸਵਾਤੀ ਬੂੰਦ ਕਹਿੰਦੇ ਆ ਨਾ ਉਹਨੂੰ ਕਿਉਂਕਿ ਉਹਦਾ ਕਾਰਨ ਹੈ ਕਿ ਅੱਤ ਦੀ ਗਰਮੀ ਹੈ ਜਿਵੇਂ ਉਹ ਕਹਿੰਦੇ ਆ ਨਾ ਕਿ ਜ਼ਰਖੇਜ਼ ਤਪਦੀ ਜੇਠ ਦੀ ਪਹਿਲੀ ਬੂੰਦ ਨੂੰ ਕੁਰਬਾਨੀ ਦੇਣੀ ਪੈਂਦੀ ਹੈ ਤਪਦੀ ਧਰਤੀ 'ਤੇ ਡਿੱਗਦੀ ਹਰ ਪਹਿਲੀ ਬੂੰਦ ਨੂੰ ਕੁਰਬਾਨੀ ਦੇਣੀ ਪੈਂਦੀ ਹੈ ਕਿਉਂਕਿ ਤਪਦੀ ਹੈ ਨਾ ਉੱਥੇ ਅਤੇ ਇਸ ਸਿਲਸਿਲੇ ਵਿੱਚ ਇਹ ਸਵਾਤੀ ਬੂੰਦ ਅਸਲ ਦੇ ਵਿੱਚ ਇਹ ਹੁੰਦੀ ਹੈ ਜਿਹੜਾ ਅਸੀਂ ਸਵਾਤੀ ਬੂੰਦ ਹੁੰਦਾ ਕਿ ਇਸ ਦੌਰਾਨ ਭਾਵੇਂ ਇਹ ਹਿੰਦੂ ਸੱਭਿਆਚਾਰ 'ਚ ਆਉਂਦਾ ਜਾਂ ਸਿੱਖ ਸੱਭਿਆਚਾਰ 'ਚ ਆਉਂਦਾ ਥੋੜ੍ਹਾ ਸਿਮਿਟਰੀ ਆ ਦੋਨਾਂ 'ਚ ਰਲੇਵਾਂ ਹੀ ਹੈ ਇਸੇ ਦੌਰਾਨ ਇਹ ਜਿਹੜੀ ਸਵਾਤੀ ਬੂੰਦ ਅਸਲ 'ਚ ਉਹ ਹੈ ਮੈਂ ਫਿਰ ਦੱਸਦਿਆਂ ਕਿਉਂਕਿ ਇਸ ਹਾੜ ਮਹੀਨੇ ਦੀ ਚਾਨਣੀ ਰਾਤ ਜਿਹੜੀ ਹੈ ਨਾ ਚੰਨ ਚਾਨਣੀ ਰਾਤਾਂ ਹੁਣ ਪੱਖ ਹਨੇਰਾ ਸ਼ੁਰੂ ਹੋ ਜਾਂਦਾ ਫਿਰ ਚਾਨਣ ਸ਼ੁਰੂ ਹੁੰਦਾ ਅਤੇ ਜਿਸ ਦੌਰਾਨ ਚਾਨਣੀ ਰਾਤ ਨੂੰ ਪਿਆ ਹੋਇਆ ਮੀਂਹ ਦੀਆਂ ਜਿਹੜੀਆਂ ਪਹਿਲੀਆਂ ਬੂੰਦਾਂ ਨੇ ਉਹ ਸਵਾਤੀ ਬੂੰਦ ਹੁੰਦੀਆਂ ਨੇ ਇਸ ਸੰਬੰਧੀ ਭਾਈ ਗੁਰਦਾਸ ਦੀਆਂ ਵਾਰਾਂ 'ਚ ਜ਼ਿਕਰ ਆਉਂਦਾ ਕਿ ਜੇ ਇਹ ਬੂੰਦ ਸੱਪ ਦੇ ਮੂੰਹ ਦੇ ਵਿੱਚ ਪਵੇ ਤਾਂ ਇਹ ਜ਼ਹਿਰ ਬਣ ਜਾਂਦੀ ਹੈ ਯਾਨੀ ਜਿਸ ਤਰ੍ਹਾਂ ਦਾ ਭਾਂਡਾ ਹੁੰਦਾ ਉਸ ਤਰ੍ਹਾਂ ਦੀ ਉਹਦੇ ਵਿੱਚ ਡਿੱਗਣ ਵਾਲੀ ਚੀਜ਼ ਬਣਦੀ ਹੈ ਕੇਲੇ 'ਚ ਡਿੱਗੀ ਕਪੂਰ ਸਿੱਪੀ 'ਚ ਡਿੱਗੀ ਤਾਂ ਮੋਤੀ ਬਾਂਸ 'ਚ ਡਿੱਗੀ ਤਾਂ ਬਾਂਸ ਲੋਚਨ ਸੱਪ ਦੇ ਮੂੰਹ 'ਚ ਡਿੱਗੀ ਤਾਂ ਜ਼ਹਿਰ ਹਾਲਾਂਕਿ ਸੱਪ ਵੈਸੇ ਪਾਣੀ ਨਹੀਂ ਪੀਂਦਾ ਮੇਰੇ ਖਿਆਲ 'ਚ ਸੰਸਰ ਵਰਸੈ ਸਵਾਤ ਬੂੰਦ ਜਿਉਂ ਸਭਨੀ ਥਾਈ ਜਿਉਂ ਕੇਲੇ ਵਿੱਚ ਕਪੂਰ ਹੋਏ ਸੀਤਲ ਸੁਖਦਾਈ ਮੋਤੀ ਹੋਵੇ ਸਿੱਪ ਮੈਂ ਮੂੰਹ ਬੋਲ ਮਲਾਈ ਬਿਸੀਅਰ ਦੇ ਮੂੰਹ ਕਾਲਕੁੱਟ ਚਿਤਵੇ ਬੁਰਿਆਈ ਇਹਦੇ 'ਚ ਇੱਕ ਤਸ਼ਬੀਹ ਹੈ ਵੈਸੇ ਕਿ ਜੇ ਬਿਸੀਅਰ ਦੇ ਮੂੰਹ 'ਚ ਪਵੇ ਤਾਂ ਇਹ ਜ਼ਹਿਰ ਬਣਦੀ ਹੈ ਇਹ ਬੰਦੇ ਦੇ ਸੁਭਾਅ 'ਤੇ ਹੈ ਇਹ ਜਾਣ ਸਕਣਾ ਤਾਂ ਔਖਾ ਹੈ ਪਰ ਇਸ ਤੱਥ ਵਿੱਚ ਵਿਗਿਆਨਿਕ ਸੱਚਾਈ ਕਿੰਨੀ ਕੁ ਹੈ ਇਹ ਤਾਂ ਵਿਦਵਾਨਾਂ ਜਾਂ ਗੁਰੂਆਂ ਪੀਰਾਂ ਜਾਂ ਸ਼ਹਿਰਾਂ ਦੀ ਜਾਂ ਸਾਹਿਤਕਾਰਾਂ ਦੇ ਆਲੇ ਦੁਆਲੇ ਕੁਦਰਤੀ ਵਰਤਾਰਿਆਂ ਦੀ ਜੋ ਦਿਲਚਸਪੀ ਸੀ ਉਹ ਦੱਸਦੀ ਹੈ ਕਿ ਉਹਨਾਂ ਵਕਤਾਂ 'ਚ ਵੀ ਹਾਲਾਂਕਿ ਇਹਦਾ ਭਾਵੇਂ ਸਾਇੰਟੀਫਿਕ ਲੌਜਿਕ ਕੋਈ ਨਹੀਂ ਹੈ ਪਰ ਉਸ ਵਕਤ ਕਿਉਂਕਿ ਅੱਤ ਦੀ ਗਰਮੀ ਹੈ ਜਿਹੜਾ ਬੰਬੀਹਾ ਪੰਛੀ ਹੈ ਉਹ ਕਹਿੰਦੇ ਤਾਂ ਇਹ ਨੇ ਕਿ ਉਹਦੇ ਸਿਰ 'ਚ ਗਲੀ ਹੁੰਦੀ ਹੈ ਅਤੇ ਉੱਥੇ ਡਿੱਗਦਾ ਅਸਲ ਦੇ ਵਿੱਚ ਉਹ ਗਰਮੀ ਹੈ ਉਹਦੇ ਲਈ ਮੌਸਮ ਸੂਟੇਬਲ ਹੈ ਜਾਂ ਉਹ ਗਰਮੀ 'ਚ ਸਤਿਆ ਹੁੰਦਾ ਅਤੇ ਉਹ ਰਾਤ ਨੂੰ ਫਿਰ ਉਹ ਬੋਲਦਾ ਪਪੀਹਾ ਅੰਮ੍ਰਿਤ ਵੇਲੇ ਬੋਲਿਆ ਬੰਬੀਹਾ ਸ਼ਬਦ ਵੀ ਹੁੰਦਾ ਨਾ
ਅਤੇ ਉਹਨੂੰ ਫਿਰ ਉਹ ਬਾਰਿਸ਼ ਦੀ ਜਿਹੜੀ ਕਣੀ ਹੈ ਉਹ ਉਹਦੀ ਜ਼ਿੰਦਗੀ ਬਖਸ਼ਦੀ ਹੈ। ਹੁਣ ਉਹ ਆਪਣਾ ਆਪਣਾ ਨਜ਼ਰੀਆ ਨਾ, ਹੁਣ ਜਿਰਾਫ ਹੈ ਉਹਦੇ ਪਾਣੀ ਪੀਣ ਦਾ ਸਟਾਈਲ ਅੱਡ ਹੈ, ਪੰਛੀਆਂ ਦਾ ਅੱਡ ਹੈ, ਆਹ ਜਿਹੜਾ ਹਮਿੰਗ ਬਰਡ ਹੁੰਦਾ ਹੈ ਸ਼ੱਕਰ ਖੋਰਾ ਇਹਦਾ ਸਟਾਈਲ ਅੱਡ ਹੈ। ਔਰ ਉਹਦੇ 'ਚੋਂ ਤਸਲੇ 'ਚੋਂ ਪਾਣੀ ਪੀਂਦਾ ਹੀ ਨਹੀਂ, ਉਹ ਜੇ ਪਾਣੀ ਪੀਂਦਾ ਹੈ ਤਾਂ ਉਹ ਸਿਰਫ ਉੱਡਦੇ ਹੋਏ ਡਿੱਗਦੇ ਹੋਏ ਡਰੋਪਸ ਪੀਂਦਾ, ਉਹ ਭਾਵੇਂ ਕੂਲਰ 'ਚੋਂ ਡਿੱਗਦੇ ਹੋਣ ਭਾਵੇਂ ਟੂਟੀ 'ਚੋਂ। ਅਤੇ ਇਸ ਦੌਰਾਨ ਜ਼ਿਆਦਾ ਕੁਛ ਕਮੈਂਟ ਆ ਰਹੇ, ਦੋਲੇ ਸਾਹਿਬ ਮੈਂ ਅੱਗੇ ਜਾ ਕੇ ਗੱਲ ਕਰਦਾ। ਅਤੇ ਇਸ ਸਿਲਸਿਲੇ ਵਿੱਚ ਹਾੜ੍ਹ ਦੀ ਗਰਮੀ ਤੋਂ ਨਿਜਾਤ ਪਾਉਣ ਲਈ ਜਿੱਥੇ ਆਮ ਲੋਕ ਰੱਬ ਅੱਗੇ ਵਾਸਤੇ ਪਾਉਂਦੇ ਨੇ ਉੱਥੇ ਪਪੀਹਾ ਵੀ ਖੂਬ ਬੇਨਤੀਆਂ ਕਰਦਾ, ਕਿਉਂ ਤਾਂ ਹੀ ਉਹ ਪਿਓ ਪਿਓ ਦੀ ਉਹਦੀ ਕਿਉਂਕਿ ਆਵਾਜ਼ ਹੈ। ਸੋ ਉਸ ਤੋਂ ਗੁਰੂ ਨਾਨਕ ਸਾਹਿਬ ਜੀ ਦਾ ਕਵੀ ਮਨ ਪਪੀਹੇ ਨੂੰ ਮੁਖਾਤਬ ਹੁੰਦਾ ਕਿ ਬੰਬੀਹਾ ਜਿਸਨੂੰ ਤੂੰ ਪੁਕਾਰਦਾ ਤਿਸਨੇ ਲੋਚੇ ਸਭ ਕੋਏ, ਆਪਣੀ ਕਿਰਪਾ ਕਰ ਵਸ ਸੀ ਵਣ ਤ੍ਰਿਣ ਹਰਿਆ ਹੋਏ। ਕਿ ਜਿਸ ਚੀਜ਼ ਨੂੰ ਤੂੰ ਲੋਚਦਾ ਇਸਨੂੰ ਸਾਰੇ ਲੋਚਦੇ ਨੇ, ਪਰ ਇਹ ਪ੍ਰਭੂ ਦੀ ਕਿਰਪਾ ਦੇ ਨਾਲ ਹੀ ਮਿਲਣਾ, ਕਿਉਂਕਿ ਗਰਮੀ ਹੈ, ਕੁਦਰਤੀ ਉਹ ਪੀਓ ਪੀਓ ਕਰੇਗਾ ਨਾ, ਅਸੀਂ ਵੀ ਤਾਂ ਪਾਣੀ ਪਾਣੀ ਕਰਦੇ ਹਾਂ ਜਦੋਂ ਨਹੀਂ ਮਿਲਦਾ। ਸੋ ਪਪੀਹੇ ਦੇ ਮਨ ਦੀ ਅਵਸਥਾ ਨੂੰ ਗੁਰੂ ਨਾਨਕ ਸਾਹਿਬ ਨੇ ਇਸ ਤਰ੍ਹਾਂ ਬਿਆਨਿਆ। ਵੈਸੇ ਕਈ ਲੋਕਾਂ ਦਾ ਆਪਣਾ ਨਜ਼ਰੀਆ ਕਿ ਉਹ ਗੁਰਬਾਣੀ ਨੂੰ ਪੜ੍ਹਨ ਦੇ ਨਾਲ ਉਹ ਸੋਚਦੇ ਨੇ ਕਿ ਇਹ ਮੰਤਰ ਹੈ, ਪਰ ਇਹਦੇ 'ਚ ਮੰਤਰ ਨਹੀਂ, ਇਹਦੇ 'ਚ ਸਮਝਾਇਆ ਗਿਆ ਜਿਵੇਂ ਪਪੀਹਾ ਅੱਤ ਦੀ ਗਰਮੀ ਦੇ ਵਿੱਚ ਪਾਣੀ ਭਾਲਦਾ, ਕਿਉਂਕਿ ਜੇ ਉਹ ਪਾਣੀ ਦਾ ਰੱਜਿਆ ਹੋਇਆ ਤ੍ਰਿਪਤ ਹੋਇਆ ਉਹ ਆਰਾਮ ਨਾਲ ਬੈਠਾ ਰਹਿ ਗਿਆ, ਉਹਨੂੰ ਪਿਓ ਪਿਓ ਕਰਨ ਦੀ ਕੀ ਲੋੜ ਹੈ, ਕਿਉਂਕਿ ਭੁੱਖਾ ਹੀ ਰੋਟੀ ਮੰਗੇਗਾ ਨਾ। ਪਰ ਉਸ ਸਥਿਤੀ ਨੂੰ, ਬੰਬੀਹੇ ਦੀ ਸਥਿਤੀ ਨੂੰ ਗੁਰੂ ਨਾਨਕ ਸਾਹਿਬ ਬਿਆਨ ਕਰਦੇ ਨੇ ਕਿ ਬੰਬੀਹਾ ਜਿਸ ਨੂੰ ਤੂੰ ਪੁਕਾਰਦਾ ਤਿਸ ਨੂੰ ਲੋਚੈ ਸਭ ਕੋਏ, ਆਪਣੀ ਕਿਰਪਾ ਕਰਕੇ ਵਸ ਸੀ ਵਣ ਤ੍ਰਿਣ ਹਰਿਆ ਹੋਏ। ਕਿ ਜਿਸ ਨੂੰ ਤੂੰ ਲੋਚਦਾ ਉਸਨੂੰ ਤਾਂ ਸਾਰੇ ਹੀ ਲੋਚਦੇ ਨੇ, ਪਰ ਉਹ ਆਪਣੀ ਕਿਰਪਾ ਕਰਕੇ ਵਸੇਗਾ ਜਿਸ ਦੇ ਵਿੱਚ ਵਣ ਤ੍ਰਿਣ ਸਾਰਿਆਂ ਨੇ ਹਰਿਆ ਹੋਣਾ। ਪਰ ਕਈ ਲੋਕ ਸੋਚਦੇ ਨੇ ਕਿ ਜੇ ਮੈਂ ਇਹ ਚੀਜ਼ ਪੜ੍ਹ ਲਈ ਤਾਂ ਮੈਨੂੰ ਸ਼ਾਇਦ ਪੈਸੇ ਮਿਲ ਜਾਣਗੇ, ਤਾਂ ਮੈਨੂੰ ਸੁੱਖ ਆਉਣਗੇ। ਸੁੱਖ ਭਾਈ ਤਾਂ ਆਉਣਗੇ ਕਿ ਪਪੀਹੇ ਦੀ ਤਰ੍ਹਾਂ ਤੈਨੂੰ ਕਲਪਣ ਦੀ ਜ਼ਰੂਰਤ ਨਹੀਂ, ਜਦੋਂ ਜੋ ਕੁਛ ਹੋਣਾ ਤਾਂ ਉਦੋਂ ਹੀ ਹੋਣਾ, ਪਰ ਉਹਦੇ ਲਈ ਤੁਹਾਨੂੰ ਉਸ ਦਾ ਭਾਣਾ ਮੰਨਣਾ ਹੋਵੇਗਾ। ਜੇ ਤੁਸੀਂ ਅੱਗੇ ਮੀਂਹ ਨਹੀਂ ਪੈਂਦਾ, ਦੁਖੀ ਹੋਈ ਜਾਓ, ਘਸੁੰਨ ਮਾਰੀ ਜਾਓ, ਲੜੀ ਜਾਓ ਲੋਕਾਂ ਨਾਲ, ਉਹਦੇ ਨਾਲ ਕੀ ਹੋਣਾ, ਨਥਿੰਗ। ਖੈਰ, ਕਿਉਂਕਿ ਗੁਰਬਾਣੀ ਇੱਕ ਕੰਪਲੀਟ ਲਾਈਫ ਸਟਾਈਲ ਹੈ, ਉਸ ਲਾਈਫ ਸਟਾਈਲ ਨੂੰ ਵੀ ਤਾਂ ਹੈ ਜੇ ਤੁਸੀਂ ਆਪਣੇ 'ਤੇ ਇੰਪਲੀਮੈਂਟ ਕਰੋਗੇ। ਜੇ ਤੁਸੀਂ ਉਹ ਪੜ੍ਹ ਪੜ੍ਹ ਗੱਡੀ ਲੱਦੀਏ, ਪੜ੍ਹ ਪੜ੍ਹ ਪਾਈਏ ਖਾਤ, ਫਿਰ ਤਾਂ ਉਹੀ ਕੁਛ ਹੋਣਾ। ਨਾਨਕ ਲਿਖਿਆ ਇੱਕ ਗੱਲ ਹੋਰ ਹਉਮੈ ਚੱਖਣਾ ਚਾਹ, ਉਸ 'ਤੇ ਅਸਲ ਗੱਲ ਨੂੰ ਆਪਣੇ ਲੇਖੇ 'ਚ ਪਾਓ, ਆਪਣੇ ਮਨ ਮਸਤਕ ਦੇ ਵਿੱਚ ਵਸਾਓ। ਪਰ ਇਹ ਵੀ ਕਿਹਾ ਜਾਂਦਾ ਕਿ ਬਿਰਥੀ ਨਾ ਜਾਏ ਜਨ ਕੀ ਅਰਦਾਸ, ਪਪੀਹੇ ਦੀ ਆਪਣੀ ਪੁਕਾਰ ਹੈ, ਸਵੇਰੇ ਉੱਠਦਿਆਂ ਬੋਲਣ ਲੱਗ ਪੈਂਦਾ, ਜਿੰਨੀ ਦੇਰ ਥੱਕਦਾ ਨਹੀਂ ਬੋਲੀ ਵੀ ਜਾਂਦਾ, ਅੰਮ੍ਰਿਤ ਵੇਲੇ ਮੀਂਹ ਵਸਾਉਣ ਦੀ ਬੇਨਤੀ ਕਰਦਾ। ਆਖਰ ਅਰਦਾਸ ਤਾਂ ਪੂਰੀ ਹੋਣੀ ਸੀ, ਜਿਵੇਂ ਸਲੋਕ ਮਹੱਲਾ ਤੀਜਾ ਗੁਰੂ ਗ੍ਰੰਥ ਸਾਹਿਬ ਦੇ ਅੰਗ 1285 'ਤੇ ਆਉਂਦਾ, ਬੰਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘਿਆ ਨਾ ਫਰਮਾਨ ਹੋਇਆ ਵਰਸੈ ਕਿਰਪਾ ਧਾਰ। ਕਿ ਉਸਨੂੰ ਹੁਕਮ ਹੋਇਆ, ਮੇਘ ਨੂੰ ਉਹ ਵਰਸਿਆ ਕਿ ਅੰਮ੍ਰਿਤ ਵੇਲੇ ਪਪੀਹਾ ਬੋਲਿਆ ਤਾਂ ਉਸਦੀ ਪੁਕਾਰ ਸੁਣੇਗੀ, ਇੱਕ ਲੌਜਿਕ ਹੈ। ਪਰ ਹੁਣ ਜਿਹੜੇ ਆਰਟੀਫਿਸ਼ਲ ਮੀਂਹ ਪਵਾ ਲੈਂਦੇ ਨੇ ਉੱਥੇ ਲੌਜਿਕ ਕਿੱਥੇ ਹੈ? ਜਾਂ ਮੀਂਹ ਪੈਣ ਨੂੰ ਤਿਆਰ ਹੁੰਦਾ ਉਹ ਅਜਿਹਾ ਮੌਸਮ ਕ੍ਰੀਏਟ ਕਰਦੇ ਨੇ ਕਿ ਬੱਦਲ ਉੱਡ ਜਾਂਦੇ ਨੇ, ਜਾਂ ਬੱਦਲ ਨਹੀਂ ਹੈ ਤਾਂ ਉਹ ਮੀਂਹ ਪਵਾ ਲੈਂਦੇ ਨੇ, ਫਿਰ ਉੱਥੇ ਕਿਰਪਾ ਕਿੱਥੇ ਹੈ ਜੀ?
ਸੋ ਉਸ ਵਕਤ ਜੋ ਮਨੁੱਖ ਦੀ ਸਥਿਤੀ ਸੀ ਉਸ ਵਕਤ ਦੇ ਮੁਤਾਬਕ ਹੀ ਧਰਮ ਗ੍ਰੰਥ ਆਪਣੀ ਗੱਲ ਆਖਦੇ ਨੇ। ਅੱਜ ਕੀ ਹੈ, ਹਾਲਾਂਕਿ ਜਦੋਂ ਗੁਰੂ ਸਾਹਿਬ ਨੇ ਤਰਕ ਦਿੱਤਾ, ਉਸ ਤੋਂ ਪਹਿਲਾਂ ਤਰਕ ਇਹ ਸੀ ਕਿ ਸੂਰਜ ਨੂੰ ਪਾਣੀ ਦੇਣਾ, ਹਰਿਦੁਆਰ ਜਾ ਕੇ ਸੂਰਜ ਵੱਲ ਨੂੰ ਪਾਣੀ ਦਿਓ, ਤੁਹਾਡੇ ਜਿਹੜੇ ਪਿੱਤਰ ਸੈਂਕੜਿਆਂ ਸਾਲਾਂ ਦੇ ਪਹਿਲਾਂ ਮਰੇ ਹੋਏ ਨੇ ਉਹਨਾਂ ਨੂੰ ਪਾਣੀ ਤੁਸੀਂ ਉੱਥੇ ਤਰੌਂ ਕੇ ਆਓ। ਹਾਲਾਂਕਿ ਪਾਣੀ ਉਹਨਾਂ ਨੂੰ ਤਰੌਂਕਣ ਨਾਲ, ਉਹਨਾਂ ਨੂੰ ਦੇਣ ਨਾਲ ਪਿੱਤਰਾਂ ਤੱਕ ਥੋੜ੍ਹੀ ਜਾਏਗਾ। ਉਹ ਤਾਂ ਪੰਡਿਤ ਨੇ ਇੱਕ ਗੱਲ ਕ੍ਰੀਏਟ ਕੀਤੀ ਕਿ ਤੁਸੀਂ ਆਪਣੇ ਪਿੱਤਰਾਂ ਨੂੰ ਪਾਣੀ ਦੇਣ ਵਾਸਤੇ ਹਰਿਦੁਆਰ ਆਉਣਾ ਅਤੇ ਨਾਲ ਫਿਰ ਪਾਂਡੇ ਨੂੰ ਵੀ ਦੇ ਕੇ ਜਾਣਾ ਆਪਣਾ ਜਿਹੜਾ ਖੇਤੀ 'ਚ ਕਮਾਇਆ ਕਮੋਇਆ। ਅਸਲੀ ਕਹਾਣੀ ਤਾਂ ਇਹ ਹੈ ਨਾ। ਹੁਣ ਪਾਣੀ ਜੇ ਹਰਿਦੁਆਰ ਤੋਂ ਪਾਣੀ ਉੱਥੇ ਪਹੁੰਚ ਸਕਦਾ ਤਾਂ ਫਿਰ ਕਰਤਾਰਪੁਰ ਤੋਂ ਵੀ ਪਹੁੰਚ ਸਕਦਾ ਪਾਣੀ ਉੱਥੇ? ਫਿਰ ਇੰਨਾ ਪੈਂਡਾ 600 ਮਾਈਲ ਮਾਰ ਕੇ ਉੱਥੇ ਜਾਣਾ ਜ਼ਰੂਰੀ ਹੈ? ਖੈਰ, ਉੱਚਾ ਹੋ ਗਿਆ ਅੰਬਰ ਦਾ ਰਾਜਾ, ਜਲ ਵਿੱਚ ਰੋਣ ਮੱਛੀਆਂ। ਫਿਰ ਜਦੋਂ ਇਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਅਤੇ ਫਿਰ ਕਿਤੇ ਨਾ ਕਿਤੇ ਫਿਰ ਉਹ ਟੋਟਕਾ ਪੰਥੀ ਸ਼ੁਰੂ ਹੋ ਜਾਂਦੀ ਆ। ਇਸ ਦੌਰਾਨ ਜਿਹੜੀ ਸਥਿਤੀ ਹੈ ਉਸ ਬਾਰੇ ਕਵੀ ਲਿਖਦੇ ਨੇ, ਜਿਹੜੀ ਇਸ ਵਕਤ ਜਾਨ ਹੁੰਦੀ ਆ, ਮੈਂ ਵੇਖ ਰਿਹਾ ਕਿ ਅਮਰੂਦ ਵੀ ਸੁੱਕੇ ਪੈ ਨੇ। ਜਦੋਂ ਇਹ ਬਰਸਾਤ ਹੋ ਜਾਂਦੀ ਹੈ ਹੜ੍ਹ ਮਹੀਨੇ ਦੇ ਅਖੀਰ 'ਤੇ, ਮੌਸਮ ਕਿੱਦਾਂ ਖਿੜਦਾ। ਅਮਰੂਦਾਂ ਵਿੱਚ ਜਾਨ ਪੈ ਗਈ, ਅੰਬਾਂ ਨਾਖਾਂ ਹੋਸ਼ ਸੰਭਾਲੀ, ਮੋਟਾ ਦਾਣਾ ਪਿਆ ਅਨਾਰੀ, ਖੁਰਮੇ ਆੜੂ ਫੜ ਲਈ ਲਾਲੀ, ਖਰਬੂਜੇ ਦੀ ਫੁੱਟ ਬਣੀ ਹੈ, ਜੰਮੂ ਹੋ ਗਿਓ ਹਰਿਓਂ ਕਾਲੇ। ਜੰਮੂ ਜਾਣੀ ਕਿ ਜਾਮਣਾ, ਜਮੋਏ, ਜੰਮੂ ਹੋ ਗਏ ਹਰਿਓਂ ਕਾਲੇ, ਚਮਗਿੱਦੜਾਂ ਨੇ ਡਾਕੇ ਮਾਰੇ, ਤਕੜੇ ਹੋ ਗਏ ਬਾਗਾਂ ਵਾਲੇ, ਕਿ ਚਮਗਿੱਦੜ ਲਮਕਣ ਲੱਗ ਪਏ ਨੇ। ਸੋ ਇਹ ਜਿਹੜਾ ਵਰਤਾਰਾ ਨਾ, ਕਿ ਫਿਰ ਇਸ ਤਰ੍ਹਾਂ ਦਾ ਮੌਸਮ ਤਬਦੀਲੀਆਂ ਦਾ ਉਹ ਬਣ ਜਾਂਦਾ। ਹੁਣ ਇਹ ਜਿਹੜਾ ਹਾੜ੍ਹ ਮਹੀਨਾ ਭਾਵੇਂ ਸੁਭਾਅ ਦਾ ਗਰਮ ਹੈ ਪਰ ਉਤਪਾਦਕਤਾ ਨਾਲ ਸੰਬੰਧਿਤ ਹੋਣ ਕਰਕੇ ਇਹ ਸ਼ੁਭ ਅਤੇ ਕਲਿਆਣੀ ਸਮਝਿਆ ਜਾਂਦਾ। ਹਾੜ੍ਹ ਮਹੀਨੇ ਦੇ ਵਿੱਚ ਹੋਇਆ ਵਿਆਹ ਕੁੱਲ ਦੇ ਵਿੱਚ ਵਾਧਾ ਮੰਨਦਾ। ਹਾਲਾਂਕਿ ਪੰਜਾਬੀ ਇਸ ਮਹੀਨੇ ਹਾੜ੍ਹ 'ਚ ਵਿਆਹ ਨਹੀਂ ਕਰਦੇ ਗਰਮੀ ਕਰਕੇ, ਪਰ ਭਾਰਤ ਵਿੱਚ ਹਾੜ੍ਹ ਮਹੀਨੇ ਬਹੁਤ ਸ਼ਾਦੀਆਂ ਹੋ ਰਹੀਆਂ ਨੇ। ਮੈਂ ਅੱਜ ਵੀ ਵੇਖਿਆ ਸਰਹੰਦ ਰੋਡ 'ਤੇ ਕੁਛ ਹਿੰਦੂ ਭਾਈਚਾਰੇ ਦੇ ਲੋਕ ਨੇ, ਉਹਨਾਂ ਦੀਆਂ ਸ਼ਾਦੀਆਂ ਹੋ ਰਹੀਆਂ ਨੇ। ਅਤੇ ਸਿੱਖਾਂ 'ਚ ਹਾੜ੍ਹ ਮਹੀਨੇ ਜਾਂ ਆਮ ਪੰਜਾਬੀ ਨਹੀਂ ਕਰਦੇ, ਅਸੀਂ ਸਰਦੀਆਂ 'ਚ ਕਰਦੇ ਹਾਂ ਕਿਉਂਕਿ ਸਮਰੱਥਾ ਵਾਲੇ ਹੋ ਗਏ ਹਾਂ। ਅਤੇ ਜਿਸ ਦੌਰਾਨ ਕਿਉਂਕਿ ਹਾੜ੍ਹ ਦੇ ਮਹੀਨੇ ਚੌਮਾਸਾ ਵੀ ਸ਼ੁਰੂ ਹੋ ਜਾਂਦਾ, ਉਸ ਪੱਖੋਂ ਵੀ ਇਹ ਮਹੀਨਾ ਬਰਕਤ ਭਰਿਆ ਮੰਨਿਆ ਜਾਂਦਾ। ਅਤੇ ਹਾੜ੍ਹ ਦੇ ਮਹੀਨੇ ਨੂੰ ਵਰਖਾ ਦੇ ਲਈ ਵੀ ਸ਼ੁਭ ਮੰਨਿਆ ਜਾਂਦਾ ਕਿ ਹਾੜ੍ਹ ਮਹੀਨੇ ਵਰਖਾ ਹੋਈ, ਹਾਲੀ ਘਰ ਨਹੀਂ ਰਹਿੰਦਾ, ਕੋਈ ਸੌਣੀ ਸਾਰੀ ਜਾਂਦੀ ਬੋਈ, ਅਤੇ ਜਿਸ ਕਰਕੇ ਬੱਸੇ ਅੱਧ ਹਾੜ੍ਹ ਅਤੇ ਭਰੇ ਭੰਡਾਰ। ਸੋ ਹਾੜ੍ਹ ਮਹੀਨੇ ਦੀ ਜਿਹੜੀ ਹਨੇਰੀ ਅੱਠੇ ਹੁੰਦੀ ਹੈ ਨਾ, ਅੱਠਵਾਂ ਦਿਨ ਹਨੇਰੇ ਪੱਖ ਦਾ, ਅਸ਼ਟਮੀ ਕਹਿੰਦੇ ਜਿਹਨੂੰ, ਉਸ ਦੌਰਾਨ ਜੇ ਅਸਮਾਨ ਵਿੱਚ ਬੱਦਲ ਹੋਣ, ਕਹਿੰਦੇ ਬਹੁਤ ਮੀਂਹ ਭਰਦਾ ਅਤੇ ਲੋਕਾਂ ਦੇ ਘਰ ਅੰਨ ਨਾਲ ਭਰ ਜਾਂਦੇ ਨੇ। ਹੁਣ ਭੰਡ ਅਤੇ ਭੰਡਲੀ ਵੀ ਕਿਹਾ ਜਾਂਦਾ ਇਹਨੂੰ, ਅਤੇ ਡੱਕ ਅਤੇ ਭੰਡਲੀ ਵੀ ਕਿਹਾ ਜਾਂਦਾ। ਇਹ ਅਸਲ ਦੋ ਮੇਲ ਅਤੇ ਫੀਮੇਲ ਇੱਕ ਜੋੜਾ ਹੋਇਆ ਜਿਨ੍ਹਾਂ ਦਾ ਇੱਕ ਗ੍ਰੰਥ ਲਿਖਿਆ ਹੋਇਆ ਪੁਰਾਤਨ ਪੰਜਾਬੀ ਭਾਰਤੀ ਇਤਿਹਾਸ ਦੇ ਵਿੱਚ ਮਿਲਦਾ। ਅਤੇ ਉਹਨਾਂ ਨੇ ਇਹ ਗੱਲਾਂ ਮੌਸਮ ਦੇ ਬਾਰੇ ਬਹੁਤ ਲਿਖੀਆਂ ਨੇ, ਮੌਸਮ ਵਿਗਿਆਨ 'ਤੇ। ਉਹ ਸਾਰੀ ਕਵਿਤਾ ਕਿਹਾ ਜਾਂਦਾ ਕਿ ਉਹ ਡੱਕ ਅਤੇ ਭੰਡਲੀ, ਉਹਦੀ ਵਾਈਫ ਸੀ ਅਤੇ ਡੱਕ ਹਸਬੈਂਡ ਸੀਗਾ, ਕਿਤੇ ਕਿਤੇ ਉਸਨੂੰ ਭੰਡ ਅਤੇ ਭੰਡਲੀ ਵੀ ਕਿਹਾ ਗਿਆ। ਉਹਨਾਂ ਨੇ ਮੌਸਮ ਦੇ ਤਲਕ ਡਾਇਲੋਗ ਰਚੇ ਨੇ, ਸਵਾਲ ਜਾਵਾ। ਹਾੜ੍ਹ ਹਨੇਰੀ ਅਸ਼ਟਮੀ, ਬੱਦਲੋਂ ਨਿਕਲਿਆ ਚੰਨ, ਹਾੜ੍ਹ ਹਨੇਰੀ ਅਸ਼ਟਮੀ ਬੱਦਲਿਓਂ ਨਿਕਲਿਆ ਚੰਨ, ਡੱਕ ਕਹਿ ਸੁਣ ਭੰਡਲੀ ਗਧੇ ਨਾ ਖਾਵਣ ਅੰਨ। ਕਿ ਜੇ ਹਾੜ੍ਹ ਮਹੀਨੇ ਦੀ ਹਨੇਰੀ ਅਸ਼ਟਮੀ ਨੂੰ, ਅਸ਼ਟਮੀ ਕਿਉਂਕਿ ਇੱਕ ਚਾਨਣੀ ਵੀ ਇੱਠੇ ਹੁੰਦੀ ਹੈ ਅਤੇ ਇੱਕ ਹਨੇਰੀ ਅਸ਼ਟਮੀ ਹੁੰਦੀ ਹੈ, ਕਿ ਜੇ ਉਸ ਦਿਨ ਬੱਦਲਾਂ ਦੇ ਵਿੱਚੋਂ ਚੰਨ ਨਿਕਲ ਆਵੇ ਤਾਂ ਫਿਰ ਇੰਨਾ ਮੀਂਹ ਪੈਂਦਾ ਕਿ ਅੰਨ ਇੰਨਾ ਵਾਧੂ ਹੁੰਦਾ ਕਿ ਗਧੇ ਵੀ ਅੰਨ ਨਹੀਂ ਖਾਂਦੇ। ਜੇ ਹਾੜ੍ਹ ਮਹੀਨੇ ਮੀਂਹ ਨਾ ਵਸੇ ਤਾਂ ਕਾਲ ਪੈਣ ਦਾ ਡਰ ਹੁੰਦਾ, ਹਾੜ੍ਹ ਸੁੱਕਾ ਅਤੇ ਕਾਲ ਢੁੱਕਾ,
ਵੀ ਜੇ ਹੜ੍ਹ ਮਹੀਨੇ ਮੀਂਹ ਨਹੀਂ ਸਮਝਿਆ ਤਾਂ ਸਮਝੋ, ਜੇ ਹੜ੍ਹ ਸੁੱਕਾ ਤਾਂ ਕਾਲ ਟੋਕਾ। ਸੋ ਇਸ ਦੌਰਾਨ ਹਾੜ੍ਹ ਮਹੀਨੇ ਦਾ ਜਿਹੜਾ ਦੱਖਣ ਪੱਛਮ ਵੱਲ ਜੋਗਣੀ ਦਾ ਵਾਸਾ ਹੁੰਦਾ ਹੈ, ਇਸ ਲਈ ਉਸ ਦਿਸ਼ਾ ਵੱਲ ਮੂੰਹ ਕਰਕੇ ਸਫ਼ਰ ਕਰਨਾ ਫਲਦਾਇਕ ਨਹੀਂ ਹੈ। ਜੋਗਣੀਆਂ ਕੀ ਹੁੰਦੀਆਂ ਨੇ ਉਹ ਚੀਜ਼ਾਂ ਕਦੇ ਫਿਰ ਤੁਹਾਨੂੰ ਦੱਸਾਂਗੇ। ਸੋ ਹਾੜ੍ਹ ਮਹੀਨੇ ਜਿਹੜਾ ਤਪਦਾ ਹੋਇਆ ਸੁਲਗਦਾ ਹੋਇਆ ਮੌਸਮ ਹੈ, ਇਸ ਕਰਕੇ 12 ਮਾਹ ਦੇ ਵਿੱਚ ਹਾੜ੍ਹ ਦੀ ਪ੍ਰਕਿਰਤੀ ਬਿਰਹੋਂ ਵਾਲੀ ਮੰਨੀ ਗਈ ਹੈ। ਜਿਹੜੀ ਬਿਰਹਣੀ ਹੈ ਨਾ, ਫੀਮੇਲ ਹੈ ਜਿਹੜੀ, ਉਹ ਆਪਣੇ ਪ੍ਰੀਤਮ ਜਾਣੀ ਕਿ ਮੇਲ ਦੇ ਵਿਛੋੜੇ ਦੇ ਵਿੱਚ ਵਿਆਕਲ ਹੋਈ ਬਿਰਲਾਪ ਕਰਦੀ ਹੈ। ਸੋ ਹਾੜ੍ਹ ਮਹੀਨਾ ਨਾ ਕਿਤੇ ਨਾ ਕਿਤੇ ਫਿਰ ਹਾੜ੍ਹ ਬੋਲਣ ਲਾ ਦਿੰਦਾ। ਅੱਗੇ ਕਹਿੰਦੇ ਹੁੰਦੇ ਸੀ, ਇਹ ਤੇਰਾ ਕੀ ਹਾੜ੍ਹ ਬੋਲਦਾ। ਜਦੋਂ ਕਿਸੇ ਮੋਏ ਬੰਦੇ ਦੇ ਅੰਤਲੇ ਤਰਲੇ ਬਚਾ ਲਓ ਹੋਏ, ਮਰ ਗਿਆ ਹੋਏ, ਉਹ ਧੁਨੀ ਦੇ ਵਿੱਚ ਜਿਸ ਦੌਰਾਨ ਮੌਤ ਤੋਂ ਬਾਅਦ ਵੀ ਉਹ ਰਹੱਸਮਈ ਢੰਗ ਨਾਲ ਸੁਣਦੀ ਰਹਿੰਦੀ ਹੈ ਨਾ, ਸੋ ਇਹ ਧਾਰਨਾ ਮੰਨੀ ਜਾਂਦੀ ਹੈ ਕਿ ਜਦੋਂ ਕੋਈ ਭੁੱਖਾ ਪਿਆਸਾ ਕਿਸੇ ਗੱਲੋਂ ਤੜਫਦਾ ਆਪਣੇ ਔਲਾਦ ਨੂੰ ਜਾਂ ਉੱਦਾਂ, ਉਹ ਫਿਰ ਹਾੜ੍ਹ ਹੁੰਦਾ ਉਹਦਾ। ਜਿਵੇਂ ਕੋਈ ਬੰਦਾ ਦਰਦ ਨਾਲ ਕਰਾਉਂਦਾ ਅਤੇ ਇਸ ਤਰ੍ਹਾਂ ਚੀਖਦਾ ਮਰ ਜਾਂਦਾ, ਘਰਦਿਆਂ ਨੇ ਸੁਣਿਆ ਹੁੰਦਾ, ਅਤੇ ਫਿਰ ਉਹਨਾਂ ਨੂੰ ਘਰਾਂ 'ਚ ਇੱਦਾਂ ਦੀਆਂ ਆਵਾਜ਼ਾਂ ਸੁਣਦੀਆਂ ਰਹਿੰਦੀਆਂ ਨੇ। ਇਹ ਹਾਲਾਂਕਿ ਮਾਨਸਿਕ ਵਰਤਾਰਾ ਕਿ ਸਪੋਜ਼ ਕਰੋ ਹੁਣ ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਅਤੇ ਉਹ ਜਿਸ ਸਥਿਤੀ ਦੇ ਵਿੱਚ ਗਏ, ਕਿਉਂਕਿ ਜਾਨ ਜਦੋਂ ਨਿਕਲਦੀ ਹੈ ਨਾ ਬੰਦਾ ਤੜਫਦਾ ਹੈ, ਬੇਬਸੀ ਹੈ, ਕੌਮਾ 'ਚ ਸੀਗੇ, ਉਹ ਵਕਤ ਨੂੰ ਯਾਦ ਕਰਕੇ ਦੁੱਖ ਬਹੁਤ ਹੁੰਦਾ ਹੈ। ਪਰ ਜਿਹੜੇ ਕਮਜ਼ੋਰ ਮਨ ਨੇ, ਖਾਸ ਕਰਕੇ ਔਰਤ, ਜਦੋਂ ਉਸ 'ਤੇ ਉਸਦਾ ਅਸਰ ਹੁੰਦਾ ਹੈ ਅਤੇ ਫਿਰ ਉਹਨੂੰ ਉਸ ਤਰ੍ਹਾਂ ਦੀਆਂ ਆਵਾਜ਼ਾਂ ਉਹਦੇ ਜ਼ਿਹਨ 'ਚੋਂ ਨਹੀਂ ਨਿਕਲਦੀਆਂ। ਜੇ ਤੁਸੀਂ ਸਟਰੋਂਗ ਹੋ, ਉਸ ਭਾਣੇ ਨੂੰ ਸੱਚ ਕਰਕੇ ਜਾਣ ਲਿਆ ਕਿ ਯਾਰ ਹੱਥੀਂ ਸੰਸਕਾਰ ਕੀਤਾ, ਬੁਲਬੁਲਾ ਸੀ ਉੜ ਗਿਆ, ਤੁਸੀਂ ਸਟਰੋਂਗ ਰਹੋਗੇ। ਜੇ ਤੁਸੀਂ ਮਾਨਸਿਕ ਤੌਰ 'ਤੇ ਕਮਜ਼ੋਰ ਹੋ ਅਤੇ ਫਿਰ ਉਹ ਤੁਹਾਡੇ ਵਿਛੜੇ ਤੁਹਾਨੂੰ ਨਾ ਬੋਲਦੇ ਸੁਣਨਗੇ, ਤੁਹਾਨੂੰ ਭੁਲੇਖਾ ਪੈ ਗਿਆ ਕਿ ਸ਼ਾਇਦ ਉਹ ਖੜ੍ਹਾ ਹੈ ਜਾਂ ਉਹਦੀ ਆਵਾਜ਼ ਸੁਣਦੀ ਹੈ ਤੁਹਾਨੂੰ ਅੰਦਰੋਂ, ਤੁਸੀਂ ਉਹਦੇ ਬੈੱਡਰੂਮ 'ਚ ਜਿਸ ਜਗ੍ਹਾ 'ਤੇ ਉਹਦੀ ਮੌਤ ਹੋਈ ਉੱਥੇ ਜਾਂਦੇ ਨਹੀਂ, ਉੱਥੋਂ ਤੁਹਾਨੂੰ ਆਵਾਜ਼ਾਂ ਸੁਣਦੀਆਂ ਨੇ, ਉਹਨਾਂ ਮੋਇਆਂ ਦੀਆਂ ਆਵਾਜ਼ਾਂ ਸੁਣਨ ਨੂੰ ਹਾੜ੍ਹ ਬੋਲਣਾ ਕਹਿੰਦੇ ਆ। ਸੋ ਇਸ ਕਰਕੇ ਉਸਦੇ ਅੰਤਲੇ ਹਾੜ੍ਹੇ ਜੋ ਹੁੰਦੇ ਨੇ ਉਸ ਨੂੰ ਹਾੜ੍ਹ ਕਿਹਾ ਜਾਂਦਾ ਹੈ, ਅਤੇ ਉਸ ਥਾਂ 'ਤੇ ਰਹੱਸਮਈ ਧੁਨੀਆਂ ਸੁਣਦੀਆਂ ਰਹਿੰਦੀਆਂ ਨੇ, ਅਤੇ ਉਸਦੇ ਅੰਤਲੇ ਹਾੜ੍ਹੇ ਪੁਨਰ ਧੁਨੀ ਨੂੰ ਜੋ ਸੁਣਦਾ ਬੰਦਾ ਉਸਨੂੰ ਹਾੜ੍ਹ ਕਹਿੰਦੇ ਨੇ ਕਿ ਫਲਾਣੇ ਦਾ ਇੱਥੇ ਹਾੜ੍ਹ ਬੋਲਦਾ। ਸੋ ਪੰਜਾਬ ਦੀ ਰਣ ਭੂਮੀ ਹਮੇਸ਼ਾ ਇਹ ਲਾਸ਼ਾਂ ਦਾ ਢੇਰ ਰਹੀ ਹੈ, ਇੱਥੇ ਬਾਹਰੀ ਹਮਲਾਵਰ ਆਉਂਦੇ ਰਹੇ ਨੇ ਅਤੇ ਇੱਥੇ ਲੋਕ ਤੜਫ ਤੜਫ ਕੇ ਮਰਦੇ ਨੇ, ਕਿਉਂਕਿ ਮੁੱਢ ਤੋਂ ਲੜਾਈਆਂ, ਕਿਉਂਕਿ ਇੰਡੀਆ ਦਾ ਇਹ ਮੁੱਖ ਦਰਵਾਜ਼ਾ ਸੀ। ਸੋ ਇਸ ਕਰਕੇ ਇੱਥੇ ਇਹ ਹੁੰਦਾ ਸੀ ਕਿ ਜੰਗ ਦੇ ਮੈਦਾਨ ਦੇ ਵਿੱਚ ਬਹੁਤ ਸਾਰੇ ਲੋਕ ਪਾਣੀ ਪਾਣੀ ਕਰਦੇ ਮਰਦੇ ਨੇ, ਇਸ ਕਰਕੇ ਸੁੰਨੀਆਂ ਥਾਵਾਂ 'ਤੇ ਅਗਲਾ ਕਹਿੰਦਾ ਸੀ ਯਾਰ ਉੱਥੇ ਹਾੜ੍ਹ ਬੋਲਦਾ, ਆਪਾਂ ਦੁਪਹਿਰੇ ਉੱਥੇ ਨਹੀਂ ਜਾਣਾ। ਆਹ ਜਿਹੜਾ ਤੁਸੀਂ ਵੇਖੋ ਕਿ ਚਪੜਚਿੜੀ ਦਾ ਇਲਾਕਾ ਹੈ, ਫਤਿਹਗੜ੍ਹ ਸਾਹਿਬ ਤੱਕ ਦਾ ਇਲਾਕਾ, ਇਸ ਇਲਾਕੇ 'ਚ ਤੁਸੀਂ ਵੇਖੋ ਕਿ ਕਿੰਨੀਆਂ ਖਜੂਰਾਂ ਨੇ, ਹੋਰ ਕਿਤੇ ਨਹੀਂ, ਚਪੜਚਿੜੀ ਤੱਕ, ਮੋਰਿੰਡਾ ਤੱਕ। ਕਿਉਂਕਿ ਜਦੋਂ ਗੁਰੂ ਸਾਹਿਬ ਦਾ ਅਤੇ ਮੁਗਲਾਂ ਦਾ ਇੱਥੇ ਯੁੱਧ ਹੋਏ ਨੇ, ਉਸ ਦੌਰਾਨ ਉਹਨਾਂ ਕੋਲ, ਕਿਉਂਕਿ ਖੁਰਾਕ ਵਾਸਤੇ ਮੁਗਲ ਫੌਜਾਂ ਕੋਲ ਖਜੂਰਾਂ ਸੀ, ਉਹਨਾਂ ਨੇ ਬਹੁਤ ਖਜੂਰਾਂ ਜੋ ਖਾਧੀਆਂ ਉੱਥੋਂ ਸੁੱਟੀਆਂ, ਉੱਥੋਂ ਅੱਗੇ ਤੋਂ ਅੱਗੇ ਖਜੂਰਾਂ ਪੈਦਾ ਹੁੰਦੀਆਂ ਗਈਆਂ। ਹਾਲਾਂਕਿ ਇਸ ਇਲਾਕੇ ਦਾ ਰਵਾਇਤੀ ਫਲ ਨਹੀਂ ਸੀਗਾ, ਖਜੂਰ ਹੁੰਦੀ ਸੀ, ਖਜੂਰ ਪਾਕਿਸਤਾਨ ਦੇ ਕਸੂਰ ਇਲਾਕੇ 'ਚ ਹੁੰਦੀ ਸੀ। ਜਿਵੇਂ ਕਹਿੰਦੇ ਨੇ ਕਿ ਬੁੱਲੇ ਸ਼ਾਹ ਦਾ ਵਸਣ ਕਸੂਰ, ਜਿੱਥੇ ਲੰਮੀ ਲੰਮੀ ਖਜੂਰ, ਪਰ ਇਸ ਖਿੱਤੇ 'ਚ ਖਜੂਰਾਂ ਨਹੀਂ ਸੀ ਹੁੰਦੀਆਂ। ਇਹ ਮੁਗਲਾਂ ਦੀਆਂ ਜੰਗਾਂ ਤੋਂ, ਜਿਸ ਤਰ੍ਹਾਂ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜਾਂ ਇਹ ਹੋਰ ਇੱਥੇ ਮੁਗਲਾਂ ਦੀਆਂ ਜੰਗਾਂ ਹੋਈਆਂ, ਮੁਗਲਾਂ ਦੇ ਰਾਜ 'ਚ ਫਿਰ ਇੱਥੇ ਖਜੂਰਾਂ ਦੀ ਆਮਦ ਹੋਈ। ਇਸ ਇਲਾਕੇ 'ਚ ਤੁਸੀਂ ਵੇਖੋ ਕਿ ਕਿੰਨੀ ਖਜੂਰ ਹੈ।
ਅਤੇ ਇਸ ਕਰਕੇ ਇੱਥੇ ਧਾੜਵੀਆਂ ਦੇ ਹਮਲੇ ਹੋਏ, ਲੋਕ ਹਾਏ ਪਾਣੀ ਮਰ ਗਿਆ ਹੋਏ ਬਚਾਓ, ਇਸ ਤਰ੍ਹਾਂ ਦੀਆਂ ਆਵਾਜ਼ਾਂ ਲੋਕਾਂ ਨੂੰ ਕਿਤੇ ਨਾ ਕਿਤੇ ਸੁਣਦੀਆਂ ਨੇ। ਪਾਣੀਪਤ ਦੇ ਮੈਦਾਨ ਦੇ ਵਿੱਚ ਜਿੱਥੇ ਬਾਬਰ ਨੇ ਲੋਧੀ ਸਮਰਾਟ ਨਾਲ 3 ਯੁੱਧ ਲੜੇ, ਪਾਣੀਪਤ ਦੀਆਂ ਲੜਾਈਆਂ, ਅਤੇ ਉਸ ਦੌਰਾਨ ਵੀ ਮੁਗਲ ਰਾਜ ਦੇ ਅੰਤ ਸਮੇਂ ਇੱਥੇ ਲੋਕਾਂ ਨੂੰ ਆਵਾਜ਼ਾਂ ਸੁਣਦੀਆਂ ਰਹੀਆਂ। ਇਸ ਗੱਲ ਦਾ ਉਲੇਖ ਅੰਗਰੇਜ਼ ਹਿਸਟੋਰੀਅਨ ਡਬਲਿਊ ਰਿਕਸਨ ਵੀ ਕਰਦਾ, ਉਸਦੀ ਪੁਸਤਕ ਦ ਹਿਸਟਰੀ ਆਫ ਇੰਡੀਆ ਅੰਡਰ ਬਾਬਰ ਐਂਡ ਹਮਾਂਜੂ, ਜਿਲਦ ਨੰਬਰ 1437 'ਤੇ ਵੀ ਇਸਦੇ ਹਵਾਲੇ ਮਿਲਦੇ ਨੇ ਕਿ ਸਿੱਖਾਂ ਹੱਥੋਂ ਮੌਤ ਦੇ ਘਾਟ ਉਤਰੇ ਅਹਿਮਦ ਸ਼ਾਹ ਅਬਦਾਲੀ ਦੇ ਸਿਪਾਹੀਆਂ ਦੇ ਹਾੜੇ ਜੇਲਮ ਦੇ ਥਲਾਂ ਦੇ ਵਿੱਚ ਅਤੇ ਸਿੱਖ ਰਾਜ ਸਮੇਂ ਸੁਣਾਈ ਦਿੰਦੇ ਰਹੇ। ਚੇਲਿਆਂ ਵਾਲਾ ਅਤੇ ਮੁਦਕੀ ਦੇ ਇਲਾਕੇ ਦੇ ਵਿੱਚ ਖੇਤਾਂ ਅਤੇ ਰੋਹੀਆਂ ਦੇ ਵਿੱਚ ਅੱਜ ਕੱਲ੍ਹ ਵੀ ਹਾਏ ਪਾਣੀ ਬਚਾਓ ਪਾਣੀ ਆਦਿ ਦੀਆਂ ਧੁਨੀਆਂ ਕਈ ਲੋਕਾਂ ਨੂੰ ਸੁਣਦੀਆਂ ਨੇ ਜਿਹੜੇ ਕਮਜ਼ੋਰ ਨੇ। ਹੁਣ ਆਮ ਬੰਦੇ ਨੂੰ ਤੁਸੀਂ ਕੇਰਲਾ ਦੇ ਬੰਦੇ ਨੂੰ ਲਿਆਓ, ਉਹਨੂੰ ਬਿਨਾਂ ਦੱਸੇ ਲਿਆ ਕੇ ਰਾਤ ਨੂੰ ਮੜੀਆਂ 'ਚ ਸਲਾ ਦਿਉ, ਆਲੇ ਦੁਆਲੇ ਬੂਟੇ ਬਾਟੇ ਲਾ ਕੇ, ਉਹਨੂੰ ਡਰ ਨਹੀਂ ਹੋਏਗਾ। ਇੱਕ ਕਮਜ਼ੋਰ ਬੰਦੇ ਨੂੰ, ਇੱਕ ਖਾਸ ਕਰਕੇ ਔਰਤ, ਕਿਉਂਕਿ ਜ਼ਿਆਦਾ ਕਮਜ਼ੋਰ ਹੁੰਦੀਆਂ ਨੇ ਔਰਤਾਂ, ਸੈਂਸਿਟਿਵ ਹੁੰਦੀਆਂ ਨੇ, ਇੱਕ ਔਰਤ ਨੂੰ ਤੁਸੀਂ ਦੱਸ ਕੇ, ਭਾਵੇਂ ਉੱਥੇ ਕੋਈ ਧਾਰਮਿਕ ਸਥਾਨ ਹੋਵੇ, ਉਹਨੂੰ ਕਹਿੰਦੇ ਇੱਥੇ ਕਬਰਾਂ ਨੇ, ਲੈ ਜੇ ਰਾਤ ਨੂੰ ਸੌਂਗੀ ਤਾਂ ਮੈਨੂੰ ਫੜ ਲਿਓ, ਕਿਉਂਕਿ ਇਹ ਤੁਹਾਡੀ ਮਾਨਸਿਕ ਸਥਿਤੀ 'ਤੇ ਇਹ ਚੀਜ਼ ਹੈ। ਸੋ ਇਸ ਕਰਕੇ ਜੋ ਲੋਕ ਕਹਿੰਦੇ ਗਏ ਉਸ ਤਰ੍ਹਾਂ ਦੀਆਂ ਕਹਾਣੀਆਂ ਜਿਹੜੇ ਇਹਨਾਂ ਨੇ ਹਿਸਟੋਰੀਅਨ ਨੇ ਲਿਖ ਲਈਆਂ। ਸੋ ਇਹ ਰਹੱਸਮਈ ਧੁਨੀਆਂ ਉਹਨਾਂ ਅੰਗਰੇਜ਼ ਸਿਪਾਹੀਆਂ ਦੀਆਂ ਭਟਕਦੀਆਂ ਰੂਹਾਂ ਦੇ ਹਾੜੇ ਵੀ ਸੀ, ਜੋ ਸਖ਼ਤ ਗਰਮੀ ਦੇ ਸਿਰੋਂ ਦੇ ਕਾਰਨ ਸਿੱਖਾਂ ਹੱਥੋਂ ਮਾਰੇ ਗਏ, ਜਦੋਂ ਸਿੱਖਾਂ ਦਾ ਅਤੇ ਅੰਗਰੇਜ਼ਾਂ ਦਾ ਯੁੱਧ ਹੋਇਆ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਚੇਲਿਆਂ ਵਾਲਾ ਮੁਦਕੀ ਆਦਿ ਇਲਾਕੇ 'ਚ। ਹਰੀ ਸਿੰਘ ਦਿਲਵਰ ਨੇ ਵੀ ਇੱਕ ਕਹਾਣੀ ਹਾੜ ਬੋਲਦਾ ਕਦੇ ਸੁਣਾਵਾਂਗੇ ਤੁਹਾਨੂੰ, ਉਹ ਵੀ ਇਸ ਬਾਰੇ ਲਿਖੀ ਹੋਈ ਹੈ। ਹਾੜ ਬੋਲਦਾ ਉਹਦਾ ਵਿਸ਼ਾ ਵਸਤੂ ਵੀ ਇਹੀ ਕਹਾਣੀ ਹੈ ਕਿ ਸਿੱਖਾਂ ਹੱਥੋਂ ਮਾਰੇ ਗਏ ਅੰਗਰੇਜ਼ਾਂ ਦੀਆਂ ਜਿਹੜੀਆਂ ਨੇ ਰੂਹਾਂ, ਜਿਵੇਂ ਉਹ, ਕਿਉਂਕਿ ਉਹ ਇਲਾਕਾ ਪੰਜਾਬ ਦਾ ਉਹਨਾਂ ਦੇ ਲੜਨ ਦਾ ਥੋੜ੍ਹੀ ਸੀਗਾ, ਕਿਉਂਕਿ ਅੱਤ ਦੀ ਗਰਮੀ, ਇਹ ਬਹੁਤ ਸਾਰੇ ਕਾਰਨ। ਸੋ ਇਸ ਕਰਕੇ ਉੱਥੇ ਇਸ ਤਰ੍ਹਾਂ ਦਾ ਹਾੜ ਬੋਲਦਾ ਰਿਹਾ। ਸੋ ਇਹ ਵੀ ਹਾੜ, ਕਿਉਂਕਿ ਬੋਲਣ ਦਾ ਇੱਕ ਤਲਫਜ਼ ਹੈ, ਹਾੜ ਅਤੇ ਹਾੜੇ ਅਤੇ ਹਾੜ, ਇਕੱਲਾ ਕਿ ਤੇਰਾ ਹਾੜ ਬੋਲਦਾ ਉਹ ਵੱਖਰੀ ਚੀਜ਼ ਹੈ। ਹਾੜ ਦੇ ਪੈਰ 'ਚ ਹਾਹੇ ਦੀ ਧੁਨੀ ਆਉਂਦੀ ਹੈ, ਹਾੜ ਅੜਾੜੇ ਦੇ ਪੈਰ 'ਚ ਹਾਹੇ ਦੀ ਧੁਨੀ ਆਉਂਦੀ ਹੈ। ਸੋ ਇਹ ਸੀ ਕਹਾਣੀ ਤਾਂਬੇ ਰੰਗਾ ਮਹੀਨਾ ਹਾੜ। ਸੋ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਇਹ ਵਿਰਾਸਤ ਦੀਆਂ ਗੱਲਾਂ, ਅਤੇ ਜਿਸ ਦੌਰਾਨ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ 9876300956 'ਤੇ ਮੰਗਵਾ ਸਕਦੇ ਹੋ। ਇਹਨਾਂ ਪ੍ਰੋਗਰਾਮਾਂ ਦਾ ਲਿੰਕ 9876300956 ਆਪਣਾ ਵਟਸਐਪ ਗਰੁੱਪ ਨੰਬਰ ਹੈ, ਇਸੇ ਨੰਬਰ 'ਤੇ ਤੁਸੀਂ ਪ੍ਰੋਗਰਾਮ 'ਚ ਕਾਲ ਕਰ ਸਕਦੇ ਹੋ, ਅਤੇ ਇਸੇ ਹੀ ਨੰਬਰ 'ਤੇ ਇਹਨਾਂ ਪ੍ਰੋਗਰਾਮਾਂ ਦੇ ਲਿੰਕ ਵੀ ਮੰਗਵਾ ਸਕਦੇ ਹੋ 9876300956। ਇੱਦਾਂ ਦੇ ਵਿਰਾਸਤੀ ਪ੍ਰੋਗਰਾਮ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ ਜ਼ਰੂਰ ਦੱਸਿਓ। ਜਿੰਨਾ ਖਜ਼ਾਨਾ ਇਹ ਕਿਤਾਬਾਂ 'ਚ ਅੱਜ ਮੈਂ ਦਿਨੇ ਪੜਚੋਲਿਆ, ਵੈਸੇ ਤਾਂ ਗੈਸਟ ਆਏ ਹੋਏ ਸੀ ਉਹਨਾਂ ਨੂੰ ਵੀ ਅਟੈਂਡ ਕੀਤਾ, ਅਤੇ ਪਰ ਫਿਰ ਵੀ ਲੱਗਦਾ ਕਿ ਤੁਹਾਨੂੰ ਇਹ ਚੀਜ਼ਾਂ ਪਸੰਦ ਆਈਆਂ ਹੋਣਗੀਆਂ, ਤਾਂ ਜ਼ਰੂਰ ਇਸ ਬਾਰੇ ਦੱਸਿਓ। ਅਤੇ ਇਹਨਾਂ ਪ੍ਰੋਗਰਾਮਾਂ ਦੇ ਲਿੰਕ 9876300956 'ਤੇ ਵੀ ਮੰਗਵਾ ਸਕਦੇ ਹੋ, 9876309655 9876300956। ਲਓ ਇੱਕ ਤੋਂ ਕਾਲਰ ਜੁੜੇ ਨੇ, ਭੁਪਿੰਦਰ ਸਿੰਘ ਭਾਰਤ ਸਾਹਿਬ, ਸਤਿ ਸ਼੍ਰੀ ਅਕਾਲ ਭਾਰਤ ਸਾਹਿਬ, ਗੱਲ ਕਰੋ, ਆਉਣ ਰਹੋ ਤੁਸੀਂ। ਸਤਿ ਸ਼੍ਰੀ ਅਕਾਲ ਟੋਣਾ ਸਾਹਿਬ ਜੀ। ਜਨਾਬ ਪਹਿਲਾਂ ਤਾਂ ਕਹਾਂਗਾ ਕਿ ਅੱਜ ਤੋਂ 15 ਸਾਲ ਪਹਿਲਾਂ ਜਿੱਦਾਂ ਮੈਂ ਚਲੋ ਬਾਗਬਾਨੀ ਕਰਦਾ ਸੀ, ਤੁਹਾਡਾ ਪਹਿਲੀ ਵਾਰੀ ਪ੍ਰੋਗਰਾਮ ਸੁਣਿਆ ਸੀ, ਤੇ ਅੱਜ ਵੀ ਮੈਂ ਹਨਾ ਘਾਹ ਹੀ ਕੱਟਦਾ ਪਿਆ ਸੀ ਗਾਰਡਨ ਦੇ ਵਿੱਚ ਸੀਗਾ, ਮੈਨੂੰ ਏਦਾਂ ਲੱਗਦਾ ਸੀ ਪਤਾ ਨੀ
ਕਿਹੜੀ ਕੁਦਰਤ ਦੀ ਬੁੱਕਲ ਦੇ ਵਿੱਚ ਜਾ ਕੇ ਕਿੱਥੇ ਹੈ ਨਾ ਇੱਕ ਸਵਰਗ ਵਰਗਾ ਝੂਟਾ ਕਹਿ ਸਕਦੇ ਆ। ਪਿਛਲੇ 15 ਸਾਲਾਂ ਤੋਂ ਮੈਨੂੰ ਲੱਗਦਾ ਕਿ ਚਲੋ ਸੁਣਦੇ ਤਾਂ ਤੁਹਾਨੂੰ ਰੋਜ਼ ਆ, ਪਰ ਅਸਲੀ ਰੰਗ ਦੇ ਵਿੱਚ ਤੁਸੀਂ ਹੁਣ ਆਏ ਆ ਜੀ, ਕੀ ਕਹਾਂਗਾ ਜੀ। ਰੰਗ ਤਾਂ ਇਹ ਹੈ ਕਿ ਮੈਂ ਬਸ ਬਨਿਆਣ ਪਾਈ ਹੋਈ ਹੈ, ਭਿੱਜਿਆ ਪਿਆ ਤਾਂਬੇ ਰੰਗੇ ਮੀ, ਕਿਉਂਕਿ ਏਸੀ ਵੀ ਆਵਾਜ਼ ਕਰਦੇ ਆ, ਫਿਰ ਮਤਲਬ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਅੱਤ ਦੀ ਗਰਮੀ 'ਚ ਵੀ ਨਾ, ਕਿਉਂਕਿ ਇਹ ਜਿਹੜਾ ਮੇਰਾ ਗਰੀਬ ਖਾਨਾ ਜਿੱਥੇ ਆਪਾਂ ਬੈਠੇ ਸੀ ਨਾ, ਇਹ ਪੂਰਾ ਚੜ੍ਹਦੇ ਵੱਲ ਹੈ ਅਤੇ ਪੂਰੀ ਧੁੱਪ ਇੱਥੇ 24 ਘੰਟੇ ਹੀ ਰਹਿੰਦੀ ਹੈ ਜੇ ਕਹਿ ਲਈਏ। ਹਾਂ ਸੋ ਘੁੰਮ ਕੇ ਫਿਰ ਉੱਥੇ, ਹਾਂ ਮਤਲਬ ਚੜ੍ਹਦਾ ਵੀ ਇੱਥੋਂ ਅਤੇ ਛਿਪਦਾ ਵੀ ਇੱਥੋਂ ਆ, ਹੈ ਨਾ। ਹਾਲਾਂਕਿ ਮੈਂ ਉੱਥੇ ਸ਼ੀਟਾਂ ਸ਼ੂਟਾਂ ਵੀ ਲਾ ਲਈਆਂ, ਪਰ ਗੱਲ ਬਣਦੀ ਨਹੀਂ ਕਿਉਂਕਿ ਜਿਹੜੀ ਏਸੀ ਦੀ ਆਵਾਜ਼ ਆ ਉਹ ਵੀ ਮੈਨੂੰ ਡਿਸਟਰਬ ਕਰਦੀ ਹੈ, ਇਸ ਕਰਕੇ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਨਾ ਹੀ ਲਾਇਆ ਜਾਵੇ, ਪਰ ਯਕੀਨ ਜਾਣਿਓ ਕਿ ਮੈਨੂੰ ਖੁਦ ਬਹੁਤ ਚੰਗਾ ਲੱਗਦਾ, ਪਤਾ ਹੀ ਨਹੀਂ 40 ਮਿੰਟ ਹੋ ਗਏ ਕਦੋਂ ਨਿਕਲ ਗਏ। ਬਿਲਕੁਲ ਜੀ ਟਵਾਣਾ ਸਾਹਿਬ, ਜਿਹੜੀ ਤੁਸੀਂ ਹਾੜ ਮਹੀਨੇ ਦੀ ਗੱਲ ਕੀਤੀ ਨਾ, ਇਹ ਸਾਡੇ ਇਹਨਾਂ ਮੁਲਕਾਂ 'ਚ ਵੀ, ਠੰਡੇ ਮੁਲਕ ਚਾਹੇ ਨੇ ਨਾ, ਇਹਨਾਂ 'ਚ ਵੀ ਮੌਸਮ ਦੇ ਉੱਤੇ ਕਿਹਾ ਜਾਂਦਾ ਕਿ ਜੇ ਤਾਂ ਵਿੰਟਰ ਆ ਨਾ, ਜੇਕਰ -45 ਤਾਈਂ 50 ਤਾਈਂ ਵਧੀਆ, ਮਤਲਬ ਕਿ ਬਰਫ਼ ਪਵੇ, ਸਨੋਅ ਪਵੇ, ਜਿੰਨੀ ਵੱਧ ਸਨੋਅ ਪਊਗੀ ਓਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਹਨਾ, ਮਤਲਬ ਕਿ ਫਸਲਾਂ ਵਧੀਆ ਹੋਣਗੀਆਂ, ਕਿਉਂਕਿ ਇੱਥੇ ਜ਼ਮੀਨੀ ਪਾਣੀ ਨਹੀਂ ਲੱਗਦਾ, ਸਿਰਫ ਸਨੋਅ ਦੇ ਸਿਰ ਦੇ ਉੱਤੇ ਹੀ, ਜਾਂ ਜਿਹੜਾ ਮੀਂਹ ਦਾ ਪਾਣੀ ਆ, ਹੁਣ ਇਸ ਵੇਲੇ ਹਰ ਰੋਜ਼ ਹੀ ਤਕਰੀਬਨ ਦੂਜੇ ਤੀਜੇ ਦਿਨ ਮੀਂਹ ਪੈ ਜਾਂਦਾ ਜੀ, ਤੇ ਜੇਕਰ ਸਨੋਅ ਜ਼ਿਆਦਾ ਪਊਗੀ, ਵਿੰਟਰ ਵਧੀਆ ਹਾਰਡ ਮਤਲਬ ਕਿ ਲੰਘੂਗਾ, ਟੈਂਪਰੇਚਰ ਐਨ ਡਾਊਨ ਰਹੂਗਾ, ਤਾਂ ਉਹਦੇ ਵਿੱਚ ਮਤਲਬ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੀਂਹ ਘੱਟ ਪੈਣਗੇ ਜੀ, ਗਰਮੀ ਵਾਲੇ ਸਮੇਂ ਦੇ ਵਿੱਚ, ਜਿਹੜੇ 3 ਕੁ ਮਹੀਨੇ ਤਾਂ ਇੱਥੇ ਹੁੰਦੇ ਆ ਜੀ। ਤੇ ਬਾਕੀ ਤੁਸੀਂ ਉਹਦੀ ਹਨੇਰੇ ਦੀ ਗੱਲ ਕੀਤੀ, ਹੁਣ ਇੱਥੇ ਰਾਤ ਨੂੰ ਮਤਲਬ ਕਿ ਨੌਰਥ ਦੇ ਵਿੱਚ ਕਰ ਲਓ ਕਿ ਮਤਲਬ ਕਿ ਇੱਥੇ ਹਨੇਰਾ ਹੀ ਨਹੀਂ ਹੋਣਾ ਜੀ, 24 ਘੰਟੇ ਦਿਨ ਹੀ ਰਹਿੰਦਾ, ਤੇ ਉਹਦੇ ਵਿੱਚ ਉਹਦਾ ਇਹ ਵੀ ਕਾਰਨ ਆ ਕਿ ਫਸਲਾਂ ਜਿਹੜੀਆਂ ਨੇ, ਜਿਹੜੀਆਂ ਕਿ 3 ਮਹੀਨਿਆਂ ਚ ਸਾਰਾ ਕੁਝ, ਚਾਹੇ ਉਹ ਫਾਰਮਾਂ ਨੇ ਆਪਣਾ ਪਸ਼ੂਆਂ ਦੇ ਲਈ ਚਾਰਾ ਕੱਢਣਾ ਆ, ਸਾਰਾ ਕੁਝ ਕਰਨਾ, ਜਾਂ ਜੋ ਵੀ ਫਸਲ ਬੀਜਣੀ ਆ, ਕਣਕ ਹੋ ਗਈ, ਜੋਈ ਹੋ ਗਈ, ਜਾਂ ਹੋਰ ਜਿੰਨੇ ਵੀ ਬਰਾਊਨ ਰਾਈ ਹੋ ਗਈ, ਤੇ ਉਹ ਇਹ 3 ਮਹੀਨਿਆਂ ਦਾ ਹੀ ਮਤਲਬ ਕਿ ਉਹ ਡਬਲ ਸੀਜ਼ਨ ਹੋ ਜਾਂਦਾ। ਮਤਲਬ ਕਿ ਇੱਕ ਵਾਰੀ ਮੈਂ ਇਹੀ ਚੀਜ਼ ਸੋਚਦਾ ਸੀ ਕਿ ਇੱਥੇ 3 ਮਹੀਨਿਆਂ ਚ ਇੱਦਾਂ ਫਸਲ ਕਿੱਦਾਂ ਕੱਢ ਲੈਂਦੇ ਨਾ, ਕਿਉਂਕਿ ਇੱਥੇ ਦਿਨ ਲੰਬੇ ਹੋ ਜਾਂਦੇ ਆ, ਉਹ ਲਾਈਟ ਰਹਿੰਦੀ ਆ, ਉਹ 60 ਦਿਨਾਂ ਦੇ ਵਿੱਚ ਬਦਲ ਜਾਂਦੇ ਜੀ, 3 ਮਹੀਨੇ ਤਕਰੀਬਨ ਹਨਾ, ਇੱਕ ਮਹੀਨਾ 60 ਦਿਨਾਂ ਦਾ ਹੋ ਜਾਂਦਾ ਕਹਿ ਲਓ, ਕਿ 30 ਦਿਨਾਂ ਦੇ ਜਾਏ, ਤਾਂ ਉਹ ਵੀ ਕਹਿ ਸਕਦੇ ਕਿ ਇਹਦੇ ਵਿੱਚ ਕੁਦਰਤ ਜਿਹੜੀ ਆ ਉਹਨੇ ਇੱਦਾਂ ਦਾ ਬੈਲੈਂਸ ਕਿਸ ਹਿਸਾਬ ਦੇ ਨਾਲ ਬਣਾਇਆ ਆ ਹਨਾ, ਵੀ ਆਪਣੇ ਆਪ ਨੂੰ ਅਸੀਂ ਕਹਿੰਦੇ ਤਾਂ ਹੈ ਕਿ ਕੁਦਰਤ ਨੂੰ ਬਚਾਈਏ, ਇਹਦਾ ਨੁਕਸਾਨ ਨਾ ਕਰੀਏ, ਪਰ ਕੁਦਰਤ ਬੜੀ ਮਿਹਰਬਾਨ ਆ ਆਪਣੇ ਆਪ ਦੇ ਵਿੱਚ। ਗੁਰੂ ਸਾਹਿਬ ਨੇ ਜਿੱਦਾਂ ਤੁਸੀਂ ਕਿਹਾ ਕਿ ਗੁਰਬਾਣੀ ਨੂੰ ਸਮਝਣ ਦੀ ਜ਼ਰੂਰਤ ਆ, ਚਾਹੇ ਚੰਦ ਨੇ, ਤਾਰੇ ਨੇ, ਜਾਂ ਮੌਸਮਾਂ ਦੀ ਤੁਸੀਂ ਗੱਲ ਕੀਤੀ ਆ, ਤੇ ਉਹ ਕਿਤੇ ਨਾ ਕਿਤੇ ਇਹੀ ਚੀਜ਼ਾਂ ਬਿਲਕੁਲ ਉਹਦੇ ਵਿੱਚ ਦੱਸੀਆਂ, ਪਰ ਅਸੀਂ ਉਹਨੂੰ ਜੱਪੀ ਜਾਂਦੇ ਹਾਂ, ਉਹਨੂੰ ਸਮਝਦੇ ਨੀ ਗੇ, ਉਹ ਕੁਦਰਤ ਨੂੰ ਤਾਂ ਹੀ ਸਾਂਭਾਂਗੇ। ਹੁਣ ਜਿੱਦਾਂ ਬੂਟੇ ਕਹਿ ਲਓ ਕਿ ਕਈ ਏਦਾਂ ਦੇ ਜਿਹੜੇ ਆਪਣੇ ਖਿੱਤੇ ਦੇ ਬੂਟੇ ਸੀਗੇ ਕੁਦਰਤੀ, ਚਾਹੇ ਨਿੰਮਾਂ, ਆਂਬਾਂ, ਕਿੱਕਰਾਂ ਸੀ, ਟਾਹਲੀਆਂ ਸੀ, ਉਹ ਸਾਡੇ ਪੰਜਾਬ ਦੇ ਖਿੱਤੇ ਦੇ ਜਿਹੜੇ ਨੇ ਉਹ ਖਿੱਤੇ ਦੇ ਮਤਲਬ ਕਿ ਸੀਗੇ, ਢੁਕਵੇਂ ਸੀ ਉਹਨਾਂ ਮੁਤਾਬਕ। ਹਾਂਜੀ, ਤੇ ਏਦਾਂ ਹੀ ਖਾਣ ਪੀਣ ਦਾ ਕਹਿ ਲਓ ਕਿ ਖਾਣ ਪੀਣ ਦਾ ਸਾਨੂੰ ਇਹ ਆ ਕਿ ਬਾਹਰੋਂ ਇੰਪੋਰਟੈਂਟ ਜਿਹੜਾ ਫਲ ਆਇਆ ਆ ਉਹ ਖਾਣਾ, ਚਾਹੇ ਮਹਿੰਗਾ ਹੀ ਪਵੇ, ਪਰ ਜਿਹੜੀ ਆਪਣੇ ਖਿੱਤੇ ਦੀ ਜਿੱਥੇ ਆਪਾਂ ਰਹਿੰਦੇ ਹਾਂ, ਚਾਹੇ ਮੈਂ ਫਿਨਲੈਂਡ 'ਚ ਰਹਿੰਦਾ, ਜੇ ਮੈਂ ਹੁਣ ਇੰਡੀਆ ਦਾ ਖਾਣਾ ਖਾਈ ਜਾਵਾਂ ਤਾਂ ਮੈਂ ਬਿਮਾਰ ਹੀ ਹੋਣਾ ਜੀ, ਵੱਧ ਮਸਾਲੇ, ਉਹ ਕਿਉਂਕਿ ਡਿਜੈਸਟ ਨਹੀਂ ਹੁੰਦਾ ਇੱਥੇ, ਹੁਣ ਗਰਮੀ ਨੀ ਇੰਨੀ ਪੈਂਦੀ, ਲੂਣ ਨੀ ਇੰਨਾ ਖਾ ਸਕਦੇ, ਬੱਚਿਆਂ ਨੂੰ ਤਾਂ ਲੂਣ ਦੇਣਾ ਹੀ ਨਹੀਂ, ਦਿੰਦੇ ਹੀ ਨਹੀਂ ਨਾ ਜੀ, ਤੇ ਗਰਮੀ ਦੇ ਕਰਕੇ ਹੁਣ ਆਪਾਂ ਨੂੰ ਲੂਣ ਵੀ ਜ਼ਿਆਦਾ ਖਾਣਾ ਪੈਂਦਾ,
ਇੰਡੀਆ ਦੇ ਵਿੱਚ ਪਾਣੀ ਵੀ ਜ਼ਿਆਦਾ ਪੀਣਾ ਪੈਂਦਾ, ਹੋਰ ਸਾਰੀਆਂ ਚੀਜ਼ਾਂ, ਪਰ ਉਹ ਸਾਡੇ ਲੋਕ ਇਹ ਸਮਝਣ ਦੀ ਬਜਾਏ ਇਹਨੂੰ ਮਤਲਬ ਕਿ ਹੈਗੀ ਤਾਂ ਥਿਊਰੀ ਆ ਨਾ ਇਹ, ਗੁਰੂ ਸਾਹਿਬਾਂ ਨੇ ਇੰਨੀ ਵਧੀਆ ਥਿਊਰੀ ਸਾਨੂੰ ਦਿੱਤੀ ਆ, ਪਰ ਉਹਨੂੰ ਅਸੀਂ ਜੱਪੀ ਜਾਂਦੇ ਹਾਂ ਜੀ, ਗੁਣ ਗਾਈ ਜਾਂਦੇ ਹਾਂ, ਪਰ ਉਹਨੂੰ ਆਪਣੇ ਪ੍ਰੈਕਟੀਕਲ ਜੀਵਨ ਦੇ ਉੱਤੇ ਲਾਗੂ ਨਹੀਂ ਕਰਦੇ। ਅੱਜ ਜਿੱਦਾਂ ਬਾਗਬਾਨੀ ਦੀ ਗੱਲ ਕਰਦਾ ਸੀ, ਪਤਾ ਨੀ ਮੈਨੂੰ ਤੁਸੀਂ 40-45 ਮਿੰਟ ਮੈਂ ਘਾਹ ਵੀ ਵੱਢ ਲਿਆ, ਪਰ ਹੁਣ ਰੁਕਿਆ ਤੁਹਾਡੀ ਗੱਲ, ਮੈਂ ਕਿਹਾ ਚੱਲ ਗੱਲ ਕਰਦੇ ਆ, ਤੇ ਉਹ ਪਤਾ ਹੀ ਨਹੀਂ ਲੱਗਾ ਮਤਲਬ ਕਿ ਕਿਹੜੀ ਦੁਨੀਆਂ ਦੇ ਵਿੱਚ ਮਤਲਬ ਕਿ ਬੰਦਾ ਪਹੁੰਚ ਜਾਂਦਾ। ਇੱਕ ਤਾਂ ਤੁਸੀਂ ਓਦਾਂ ਦਾ ਕੰਮ ਕਰ ਰਹੇ ਹੋ, ਤੁਸੀਂ ਓਦਾਂ ਦੀਆਂ ਨਾਲ ਗੱਲਾਂ ਸੁਣਾ ਰਹੇ ਹੋ, ਮੈਨੂੰ ਲੱਗਦਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ ਜੀ। ਤੇ ਸ਼ੁਕਰੀਆ ਕਰਾਂਗਾ ਤੁਹਾਡਾ, ਮਿਹਰਬਾਨੀ ਕਿ ਏਦਾਂ ਦਾ ਰੰਗ ਜ਼ਰੂਰ ਬੰਨਿਆ ਕਰੋ ਜੀ। ਮਿਹਰਬਾਨੀ, ਖੁਸ਼ੀ ਹੋਈ ਆ। ਥੈਂਕ ਯੂ ਭਾਰਤ ਸਾਹਿਬ, ਮਿਹਰਬਾਨੀ ਮਿਹਰਬਾਨੀ। ਤੇ ਆਪਣਾ ਬਨਵੈਸ ਸਾਹਿਬ, ਸਤਿ ਸ਼੍ਰੀ ਅਕਾਲ ਆਸਟ੍ਰੇਲੀਆ ਤੋਂ। ਜਰੂਰ ਨਾਰਵੇ, ਸਵੀਡਨ ਜਾਂ ਫਿਨਲੈਂਡ ਦੇ ਅੰਦਰੋਂ ਜੁੜੇ ਹੋਏ ਨੇ। ਫਿਨਲੈਂਡ ਤੋਂ ਸੀ ਭੁਪਿੰਦਰ ਸਿੰਘ ਭਾਰਾ ਜੀ, ਦੁਆਬਾ ਰੇਡੀਓ ਚਲਾਉਂਦੇ ਆ, ਵਧੀਆ ਪ੍ਰੋਗਰਾਮ ਹੁੰਦੇ ਇਹਨਾਂ ਦੇ। ਇਹਨਾਂ ਨੇ ਜੋ ਗੱਲ ਕਹੀ ਹੈਗੀ ਹੈ, ਮੈਂ ਉਸੇ ਸੰਬੰਧ ਦੇ ਨਾਲ ਗੱਲ ਅੱਗੇ ਜੋੜਦਾ। ਗੱਲ ਬਈ ਜਿਸ ਤਰ੍ਹਾਂ ਭਾਈ ਸਾਹਿਬ ਹੋਰਾਂ ਨੇ ਕਿਹਾ ਹੈਗਾ, ਮੈਂ ਆਪਣੀ ਗੱਲ ਰੱਖਦਾ ਤੁਹਾਡੇ ਸਾਰਿਆਂ ਦੇ ਸਾਹਮਣੇ, ਸ਼ਰੋਤਿਆਂ ਦੇ ਸਾਹਮਣੇ ਵੀ। ਜੀ ਗੱਲ ਹੈਗੀ ਹੈ ਬਈ ਅਸੀਂ ਕਾਲਪਨਿਕ ਦੁਨੀਆਂ 'ਚ ਜੀਣਾ ਹੈ ਜਾਂ ਅਸੀਂ ਫੈਕਟਸ ਦੇ ਆਧਾਰ ਦੇ ਉੱਤੇ ਜੀਣਾ ਹੈ। ਜੇ ਤੇ ਅਸੀਂ ਅੰਧ ਵਿਸ਼ਵਾਸਾਂ ਦੇ ਅੰਦਰ ਜੀਣਾ ਹੈ, ਕਾਲਪਨਿਕ ਦੁਨੀਆਂ 'ਚ ਜੀਣਾ ਹੈ, ਤੇ ਫਿਰ ਚੱਲੀ ਚੱਲੋ। ਜਿੰਨੀ ਕਾਲਪਨਿਕਤਾ ਦੇ ਨਾਲ ਤੁਸੀਂ ਜੁੜੋਗੇ, ਤੁਸੀਂ ਅੰਧ ਵਿਸ਼ਵਾਸੀ ਬਣੋਗੇ। ਜਿਹੜੇ ਲੋਕੀ ਸਪੇਸ 'ਚ ਗਏ ਨੇ, ਸਪੇਸ 'ਚ ਜਿਹੜੇ ਗਏ ਨੇ ਐਸਟ੍ਰੋਨੌਟ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਨਾ, ਅਸਲ ਦੇ ਅੰਦਰ ਉਹ ਧਾਰਮਿਕ ਨੇ। ਉਹਨਾਂ ਨੇ ਰੀਅਲ ਪਿਕਚਰ ਵੇਖ ਲਿੱਤੀ। ਅਸੀਂ ਦੁਨੀਆਂ ਦੇ ਇੱਕ ਛੋਟੇ ਜਿਹੇ ਸ਼ਹਿਰ ਦੇ ਅੰਦਰ, ਇੱਕ ਛੋਟੇ ਜਿਹੇ ਕਸਬੇ ਦੇ ਅੰਦਰ, ਇੱਕ ਛੋਟੇ ਜਿਹੇ ਮਹੱਲੇ 'ਚ ਬੈਠੇ ਹੋਏ ਹਾਂ, ਤੇ ਅਸੀਂ ਕਾਲਪਨਿਕ ਦੁਨੀਆਂ 'ਚ ਜੀ ਰਹੇ ਹਾਂ। ਜਿਹੜੇ ਐਸਟ੍ਰੋਨੌਟ ਗਏ ਨੇ ਨਾ ਸਪੇਸ ਦੇ ਅੰਦਰ, ਉਹਨਾਂ ਨੇ ਸੱਚਾਈ ਸਾਇੰਸ ਨੇ ਔਰ ਐਸਟ੍ਰੋਨੌਟ ਨੇ ਵੇਖ ਲਿੱਤੀ। ਉਹਨਾਂ ਨੇ ਵੇਖਿਆ ਹੈ ਵੀ ਇਸ ਗਲੈਕਸੀ ਦੇ ਅੰਦਰ ਬਹੁਤ ਸਾਰੇ ਪਲੈਨਟਸ ਨੇ, ਉਹਨਾਂ ਦੇ ਅੰਦਰੋਂ ਇੱਕ ਪਲੈਨਟ ਹੈਗਾ ਅਰਥ ਪਲੈਨਟ। ਠੀਕ ਹੈ, ਉਹਨਾਂ ਨੇ ਵੇਖ ਲਿਆ ਵੀ ਇਹ ਅਰਥ ਪਲੈਨਟ ਜਿਹੜੀ ਹੈ ਉਹ ਸਪਿਨ ਕਰ ਰਹੀ ਹੈ, ਘੁੰਮ ਰਹੀ ਹੈ। ਜੇ ਇਹ ਅਰਥ ਪਲੈਨਟ ਘੁੰਮਣਾ ਬੰਦ ਕਰ ਦੇ ਤੇ ਨਾ ਇੱਥੇ ਸਮੇਂ ਰਹੇਗਾ, ਨਾ ਇੱਥੇ ਸੋਮ ਮੰਗਲ ਬੁੱਧਵਾਰ ਰਹਿਣਗੇ, ਨਾ ਇੱਥੇ ਮਹੀਨੇ ਤੇ ਤਿਥੀ ਵਾਰ, ਤੇ ਨਾ ਇੱਥੇ ਸਾਲ ਰਹਿਣਗੇ, ਕੁਛ ਵੀ ਨਹੀਂ ਰਹੇਗਾ ਜੇ ਇਹ ਸਪਿਨ ਕਰਨਾ ਬੰਦ ਕਰ ਦੇ। ਜੇ ਇਹ ਰੋਟੇਸ਼ਨ ਦੇ ਅੰਦਰ ਘੁੰਮ ਰਹੀ ਹੈ ਨਾ, ਤਾਂ ਕਰਕੇ ਤੁਹਾਡਾ ਸੋਮ ਤੇ ਮੰਗਲ ਤੇ ਬੁੱਧਵਾਰ ਬਣ ਰਹੇ ਨੇ, ਤਾਂ ਕਰਕੇ ਤੁਹਾਡੇ ਮਹੀਨੇ ਤੇ ਵਾਰ ਤੇ ਬਣ ਰਹੇ ਨੇ ਸਾਲ। ਤੇ ਜੇ ਇਹ ਰੁਕ ਗਈ ਨਾ, ਤੇ ਕੁਛ ਵੀ ਨਹੀਂ ਬਣਨਾ ਤੁਹਾਡਾ। ਠੀਕ ਹੈ ਨਾ, ਐਸਟ੍ਰੋਨੌਟ ਨੂੰ ਪੁੱਛ ਕੇ ਵੇਖੋ, ਉਹ ਤੁਹਾਨੂੰ ਸੱਚਾਈ ਦੱਸੇਗਾ। ਗੁਰੂ ਸਾਹਿਬ ਨੇ ਉਸ ਸਮੇਂ ਸਾਇੰਸ ਨਹੀਂ ਸੀਗੀ, ਲੇਕਿਨ ਉਹ ਆਪਣੇ ਆਪ ਨੂੰ ਇੰਨੀ ਦੂਰੀ ਦੇ ਉੱਤੇ ਲੈ ਗਏ, ਧਰਤੀ ਤੋਂ ਦੂਰ ਲੈ ਗਏ। ਜਦੋਂ ਅਸੀਂ ਧਰਤੀ ਤੋਂ ਦੂਰ ਜਾਵਾਂਗੇ ਨਾ, ਤੇ ਫਿਰ ਸਾਨੂੰ ਸੱਚਾਈ ਦਿਖਾਈ ਦੇਵੇਗੀ। ਜੇ ਅਸੀਂ ਆਪਣੇ ਘਰ, ਆਪਣੇ ਕਮਰਿਆਂ ਦੇ ਅੰਦਰ ਤੇ ਆਪਣੇ ਮਹੱਲਿਆਂ ਦੇ ਅੰਦਰ ਤੇ ਆਪਣੇ ਸ਼ਹਿਰ ਦੇ ਅੰਦਰ ਹੀ ਫਸੇ ਰਵਾਂਗੇ ਨਾ, ਤੇ ਫਿਰ ਸਾਨੂੰ ਸੱਚਾਈ ਨਜ਼ਰ ਨਹੀਂ ਜੇ ਆਉਣ ਲੱਗੀ। ਬਿਲਕੁਲ, ਵਿਸ਼ਾਲਤਾ ਹੋਣੀ ਚਾਹੀਦੀ ਹੈ ਤੁਹਾਡੇ ਨਜ਼ਰੀਏ 'ਚ, ਕੁਦਰਤ ਦੇ ਪੱਖ ਨਜ਼ਰੀਏ ਦੇ ਅੰਦਰ ਹੋਣੀ ਚਾਹੀਦੀ ਹੈ। ਇਹ ਸਾਰੀ ਸੱਚਾਈ ਗੁਰੂ ਸਾਹਿਬ ਨੇ ਸਾਡੇ ਸਾਹਮਣੇ ਕਾਲਪਨਿਕ ਨਹੀਂ ਰੱਖੀ, ਬਲਕਿ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਜੀ।
ਇਹ ਸਾਡੇ ਸਾਹਮਣੇ ਉਹ ਰੱਖੇ ਸਨ। ਇੱਕ ਦੋ ਮਿੰਟ ਦਿਓ ਜ਼ਰੂਰ ਪਲੀਜ਼ ਬਿਨਾਂ ਜੀ। ਗੱਲ ਹੈਗੀ ਹੈ ਬਈ ਅਸੀਂ ਸੱਚਾਈ ਨੂੰ ਦੇਖਣਾ ਹੀ ਨਹੀਂ ਚਾਹੁੰਦੇ, ਅਸੀਂ ਸੱਚਾਈ ਨੂੰ ਵੇਖਣਾ ਨਹੀਂ ਚਾਹੁੰਦੇ। ਜੋ ਚੀਜ਼ ਸਾਡੇ ਸਾਡੇ ਸਾਹਮਣੇ ਸੱਚ ਪਈ ਹੈ ਨਾ, ਅਸੀਂ ਉਹਨੂੰ ਛੱਡ ਕੇ ਅਤੇ ਅਸੀਂ ਆਪਣੇ ਮਨ ਕਲਪਨਿਕ ਉਹਦੇ ਅੰਦਰ ਤੁਰੇ ਫਿਰਦੇ ਪਏ ਹਾਂ, ਕਲਪਨਿਕ ਗੱਲਾਂ ਦੇ ਅੰਦਰ। ਇਹ ਸਭ ਕਲਪਨਿਕ ਗੱਲਾਂ ਨੇ। ਜਦੋਂ ਗੁਰਬਾਣੀ ਨੇ ਇੱਕ ਪਾਸੇ ਇਹ ਕਹਿ ਦਿੱਤਾ, ਥਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਂ ਨਾ ਕੋਈ, ਜਾ ਕਰਤਾ ਸੇਠੀ ਕੋ ਸਾਜੇ ਆਪੇ ਜਾਣੇ ਸੋਈ। ਆਹੀ ਗੱਲ ਐਸਟ੍ਰੋਨੈਟ ਨੂੰ ਪੁੱਛ ਕੇ ਵੇਖ ਲਓ, ਜਿਹੜਾ ਉੱਪਰ ਬੈਠਾ ਸਪੇਸ ਦੇ ਅੰਦਰ, ਉਹਨੂੰ ਪੁੱਛੋ ਭਾਈ ਤੈਨੂੰ ਕੁਛ ਨਜ਼ਰ ਆਉਂਦਾ ਹੈ? ਉਹ ਕਹੇਗਾ ਮੈਨੂੰ ਤਾਂ ਇੱਕ ਗੋਲਾ ਜਿਹਾ ਨਜ਼ਰ ਆਉਂਦਾ ਹੈ ਜਿਹੜਾ ਘੁੰਮਣ ਲੱਗਿਆ ਹੋਇਆ, ਸਪਿਨ ਕਰਦਾ ਪਿਆ ਹੈਗਾ, ਤੇ ਮੈਨੂੰ ਹਰ ਵੇਲੇ ਸੂਰਜ ਨਜ਼ਰ ਆਉਂਦਾ ਪਿਆ, ਮੈਨੂੰ ਹਰ ਵੇਲੇ ਚੰਦਰਮਾ ਵੀ ਨਜ਼ਰ ਆਉਂਦਾ ਪਿਆ, ਮੈਨੂੰ ਹਰ ਵੇਲੇ ਧਰਤੀ ਵੀ ਨਜ਼ਰ ਆਉਂਦੀ ਪਈ ਹੈ, ਤੇ ਮੈਨੂੰ ਚਾਰੇ ਪਾਸੇ ਹੋਰ ਵੀ ਆਪਣੇ ਗ੍ਰਹਿ ਨਜ਼ਰ ਆਉਂਦੇ ਪਏ ਨੇ ਜਿਹੜੇ ਕਿ ਇੱਕ ਗਤੀ ਦੇ ਅੰਦਰ ਆਪਣੇ ਆਪਣੀ ਮਰਿਆਦਾ ਦੇ ਅੰਦਰ ਘੁੰਮਣ ਲੱਗੇ ਹੋਏ ਨੇ ਜੀ, ਮਰਿਆਦਾ ਦੇ ਅੰਦਰ। ਇੱਕ ਦੋ ਮਿੰਟ ਦਿਓ ਜ਼ਰੂਰ ਪਲੀਜ਼। ਤੁਸੀਂ ਵੀ ਮੇਰੇ ਖਿਆਲ ਸਮਝਣਾ ਚਾਹੋਗੇ, ਮੈਂ ਨਹੀਂ ਉਮੀਦ ਕਰਦਾ ਵੀ ਤੁਸੀਂ ਨਹੀਂ ਸਮਝਣਾ ਚਾਹੋਗੇ, ਇਸ ਕਰਕੇ ਫੋਨ ਨੂੰ ਆਪਾਂ ਥੋੜਾ ਜਿਹਾ ਲੰਬਾ ਭਾਵੇਂ ਗੱਲ ਹੋ ਜਾਏ ਲੇਕਿਨ ਸਮਝਣ ਦੀ ਜ਼ਰੂਰਤ ਹੈ ਜੀ ਜੀ, ਠੀਕ ਹੈ ਨਾ? ਤੁਸੀਂ ਵੀ ਮੇਰੇ ਖਿਆਲ ਸਮਝਣਾ ਜ਼ਰੂਰ ਚਾਹੋਗੇ ਵੀ ਸੱਚਾਈ ਕੀ ਹੈ। ਗੱਲ ਹੈਗੀ ਹੈ ਵੀ ਹਰ ਚੀਜ਼, ਇੱਕ ਗ੍ਰਹਿ, ਨਛੱਤਰ, ਤਾਰੇ ਆਪਣੀ ਆਪਣੀ ਗਤੀ ਦੇ ਅੰਦਰ ਘੁੰਮ ਰਹੇ ਨੇ, ਆਪਣੀ ਆਪਣੀ ਮਰਿਆਦਾ ਦੇ ਅੰਦਰ ਘੁੰਮ ਰਹੇ ਨੇ। ਉਹਨਾਂ ਦੇ ਵਿੱਚ ਇੱਕ ਧਰਤੀ ਗ੍ਰਹਿ ਵੀ ਹੈਗਾ। ਧਰਤੀ ਗ੍ਰਹਿ ਦੇ ਉੱਤੇ ਕੁਦਰਤ ਰੂਪੀ ਇੱਕ ਸ਼ਕਤੀ ਹੈਗੀ ਹੈ ਜਿਹੜੀ ਸਾਰਿਆਂ ਦੀ ਜਨਨੀ ਹੈ, ਜਿਹੜੀ ਸਾਰਿਆਂ ਨੂੰ ਪੈਦਾ ਕਰ ਰਹੀ ਹੈ। ਅੰਡਜ, ਜੇਰਜ, ਸੇਤਜ, ਉਤਬਜ, ਇਹ ਚਾਰ ਖਾਨੀਆਂ ਨੇ ਗੁਰਬਾਣੀ ਨੇ ਦੱਸੀਆਂ ਨੇ। ਉਹ ਅੰਡਿਆਂ ਤੋਂ ਪੈਦਾ ਹੋਣ ਵਾਲੇ ਜੀਵ ਜੰਤੂ ਵੀ ਨੇ, ਉਹ ਮੈਮਲਸ ਜਿਹੜੇ ਕਿ ਕੁੱਖ ਦੇ ਅੰਦਰੋਂ ਪੈਦਾ ਹੁੰਦੇ ਨੇ, ਇਨਕਲੂਡਿੰਗ ਹਿਊਮਨ ਬੀਂਗਸ, ਸਮਝ ਰਹੇ ਹੋ? ਉਹਦੇ ਅੰਦਰ ਹਿਊਮਨ ਬੀਂਗਸ, ਆਦਮੀ ਵੀ ਆ ਜਾਂਦੇ ਨੇ ਮੈਮਲਸ ਦੇ ਅੰਦਰ, ਜਿਹੜੇ ਕੁੱਖ ਚੋਂ ਪੈਦਾ ਹੁੰਦੇ ਨੇ, ਜਿਹੜੇ ਕਿ ਪਸੀਨਿਆਂ ਨਾਲ ਪੈਦਾ ਹੁੰਦੇ ਨੇ, ਮੌਸਮ ਦੇ ਤਬਦੀਲੀ ਨਾਲ ਪੈਦਾ ਹੁੰਦੇ ਨੇ, ਉਹ ਵੀ ਜੀਵ ਜੰਤੂ ਹੈਗੇ ਨੇ। ਤੇ ਇਹ ਜਿੰਨਾ ਹਰਿਆਵਲ ਆਪਾਂ ਨੂੰ ਨਜ਼ਰ ਆਉਂਦਾ ਨਾ, ਫਲੋਰਾ, ਇਹ ਚੌਥੀ ਕੈਟੇਗਰੀ ਦੱਸੀ ਗਈ ਹੈ। ਤੇ ਅੰਡਰ, ਜੇਰਜ, ਸੇਤ, ਉਤਵਜ, ਇਹਨਾਂ ਸਾਰਿਆਂ ਨੂੰ ਪੈਦਾ ਕਰਨ ਵਾਲੀ ਇੱਕੋ ਸ਼ਕਤੀ ਹੈ, ਜਿਹਨੂੰ ਉਸ ਸ਼ਕਤੀ ਦਾ ਨਾਮ ਤੁਸੀਂ ਦੇ ਦਿੰਦੇ ਹੋ ਕੁਦਰਤ। ਭਾਵੇਂ ਉਹਨੂੰ ਕੁਦਰਤ ਕਹਿ ਕੇ ਕਹਿ ਲਓ, ਭਾਵੇਂ ਉਹਨੂੰ ਆਪਣਾ ਕ੍ਰੀਏਟਰ ਕਹਿ ਲਈਏ। ਜੇ ਬੀਜ ਨਾ ਹੁੰਦੇ ਤੇ ਸਰੀਰ ਨਹੀਂ ਸੀ ਬਣਨੇ। ਸਰੀਰਾਂ ਦੇ ਅੰਦਰ ਪਰਮਾਤਮਾ ਨੇ ਫਿਰ ਦੁਬਾਰਾ ਰੀਕਰਨੇਸ਼ਨ ਵਾਸਤੇ ਬੀਜ ਦੁਬਾਰਾ ਰੱਖ ਦਿੱਤੇ ਸਰੀਰਾਂ ਦੇ ਅੰਦਰ। ਕਿਉਂ ਰੱਖੇ ਨੇ ਟਮਾਟਰ ਦੇ ਅੰਦਰ ਬੀਜ, ਕਿਉਂ ਰੱਖੇ ਨੇ ਨਿੰਬੂ ਦੇ ਵਿੱਚ ਬੀਜ, ਕਿਉਂ ਇਨਸਾਨ ਦੇ ਵਿੱਚ ਬੀਜ ਰੱਖੇ ਨੇ, ਕਿਉਂ ਹਾਥੀ, ਕੁੱਤੇ, ਬਿੱਲੀਆਂ ਦੇ ਅੰਦਰ ਬੀਜ ਰੱਖੇ ਨੇ ਪਰਮਾਤਮਾ ਨੇ, ਤਾਂ ਕਿ ਉਹ ਦੁਬਾਰਾ ਪੈਦਾ ਹੋ ਸਕਣ। ਤੇ ਸਾਰਿਆਂ ਨੂੰ ਪੈਦਾ ਕਰਨ ਵਾਲੀ ਸ਼ਕਤੀ ਇੱਕੋ ਹੀ ਹੈ, ਉਹ ਹੈ ਕੁਦਰਤ, ਜਿਹਨੂੰ ਆਪਾਂ ਕੁਦਰਤ ਕਹਿ ਕੇ ਸੰਬੋਧਨ ਕਰਦੇ, ਠੀਕ ਹੈ? ਜੇ ਅਸੀਂ ਕਾਲਪਨਿਕ ਦੁਨੀਆਂ 'ਚ ਤੁਰੇ ਫਿਰਨਾ ਜੇ, ਤੇ ਫਿਰ ਅੰਧ ਵਿਸ਼ਵਾਸਾਂ 'ਚ ਜਿੱਥੇ ਮਰਜ਼ੀ ਤੁਰੇ ਫਿਰੋ, ਆਪਣੇ ਆਪ ਨੂੰ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੋ ਮਰਜ਼ੀ ਕਹੀ ਜਾਓ, ਪਰਮਾਤਮਾ ਨੇ ਮੇਲ ਤੇ ਫੀਮੇਲ ਪੈਦਾ ਕੀਤਾ ਸੀ ਹਰ ਸਪੀਸੀਜ਼ ਦੇ ਅੰਦਰ। ਉਹਨੇ ਇਨਸਾਨ ਤੇ ਔਰਤ ਪੈਦਾ ਕੀਤੀ ਸੀ, ਉਹਨੇ ਕੁੱਤਾ ਤੇ ਕੁੱਤੀ ਪੈਦਾ ਕੀਤੀ ਸੀ, ਉਹਨੇ ਊਂਟ ਤੇ ਊਂਟਨੀ ਪੈਦਾ ਕੀਤੀ ਸੀ ਜੀ। ਹੁਣ ਅਸੀਂ ਇਹਨੂੰ ਉੱਚੀ ਜਾਤ, ਨੀਚੀ ਜਾਤ ਬਣਾ ਲਓ, ਹਿੰਦੂ, ਮੁਸਲਮਾਨ ਬਣਾ ਲਓ, ਪਰਮਾਤਮਾ ਨੇ ਨਹੀਂ ਸੀ ਬਣਾਏ। ਆਹ ਪਟਿਆਲਾ ਸ਼ਹਿਰ ਦਾ ਨਾਂ ਤੁਸੀਂ ਦਿੱਤਾ ਜੇ,
ਇਹ ਜਲੰਧਰ ਦਾ ਸ਼ਹਿਰ ਤੁਸੀਂ ਦਿੱਤਾ ਜੇ ਨਾਮ, ਪਰਮਾਤਮਾ ਨੇ ਨਹੀਂ ਸੀ ਦਿੱਤਾ, ਪਰ ਪਰਮਾਤਮਾ ਨੇ ਤੇ ਮੇਲ ਤੇ ਫੀਮੇਲ ਬਣਾਏ ਸੀ ਹਰ ਸਪੀਸੀਜ਼ ਦੇ ਅੰਦਰ, ਇਨਕਲੂਡਿੰਗ ਈਵਨ ਨਿਊਜ਼ੀਲੈਂਡ ਤੁਸੀਂ ਗਏ ਹੋ, ਤੁਸੀਂ ਉੱਥੇ ਵੇਖਿਓ ਨੇ ਕੀਵੀ ਫਰੂਟ ਦੇ ਵੀ ਮੇਲ ਤੇ ਫੀਮੇਲ ਦੇ ਫਰੂਟ ਨੇ ਉੱਥੇ ਟ੍ਰੀਜ਼। ਜੀ ਥੈਂਕ ਯੂ। ਠੀਕ ਹੈ ਨਾ। ਸੋ ਇਸ ਕਰਕੇ ਸਾਨੂੰ ਕਾਲਪਨਿਕ ਦੁਨੀਆ ਚੋਂ ਬਾਹਰ ਨਿਕਲ ਕੇ ਸੱਚਾਈ ਦੇਖਣੀ ਚਾਹੀਦੀ ਹੈ, ਉਹ ਸੱਚਾਈ ਐਸਟ੍ਰੋਨੇਟ ਦੇ ਅੱਖਾਂ ਦੇ ਨਾਲ ਤੇ ਉਹ ਸੱਚਾਈ ਸੱਚੇ ਧਾਰਮਿਕ ਮਹਾਂਪੁਰਸ਼ਾਂ ਦੀ ਅੱਖਾਂ ਦੇ ਨਾਲ ਵੇਖਣ ਦੀ ਜ਼ਰੂਰਤ ਹੈ। ਥੈਂਕ ਯੂ। ਸਾਨੂੰ ਆਪਣੀ ਕਾਲਪਨਿਕ ਦੁਨੀਆ ਚੋਂ ਨਿਕਲਣ ਦੀ ਜ਼ਿਆਦਾ ਜ਼ਰੂਰਤ ਹੈਗੀ ਹੈ। ਗੁਰਬਾਣੀ ਦੇ ਨਾਲ ਜੇ ਕਹੀਏ ਵੀ ਉਹ ਕੋਈ ਕਾਲਪਨਿਕ ਹੈ, ਉਹ ਕਾਲਪਨਿਕ ਨਹੀਂ, ਉਹ ਪ੍ਰਮਾਣ ਹੈ ਸਾਡੇ ਸਾਹਮਣੇ ਗੁਰਬਾਣੀ। ਉਸ ਨੂੰ ਸਮਝ ਲਈਏ ਤੇ ਸਾਡੀ ਸਾਰੀ ਕਾਲਪਨਿਕਤਾ ਖਤਮ ਹੋ ਜਾਏਗੀ। ਥੈਂਕ ਯੂ। ਪ੍ਰਮਾਣ ਦੇ ਨਾਲ ਜਾਈਏ। ਸ਼ੁਕਰੀਆ। ਥੈਂਕ ਯੂ ਬਰਵਾਸ ਸਾਹਿਬ, ਥੈਂਕ ਯੂ, ਮਿਹਰਬਾਨੀ। ਅਤੇ ਇੱਕ ਦੋ ਕਮੈਂਟ ਰਿਲੇਟਡ ਨੇ। ਰਣਜੀਤ ਸਿੰਘ ਦੁੱਲੇ ਕਹਿੰਦੇ ਜੀ, ਹਾੜ 19-20 ਅਤੇ 21 ਨੂੰ ਮਾਉ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦਾ ਵਿਆਹ ਦਿਵਸ ਮਨਾਇਆ ਜਾਂਦਾ, ਬੜਾ ਭਾਰੀ ਮੇਲਾ ਲੱਗਦਾ। ਹਾਂ, ਬਹੁਤ ਘੱਟ ਹੋਣੇ ਆ, ਪਰ ਉਮੂਮਨ ਮੌਸਮ ਦੇ ਪੱਖ ਤੋਂ ਇਸ ਦੌਰਾਨ ਮੇਰੇ ਖਿਆਲ ਵੈਸੇ ਤਾਂ ਰੱਖੜੀ ਵੀ ਆਉਂਦੀ ਆ, ਰੱਖੜੀ ਤੋਂ ਤਿਉਹਾਰਾਂ ਦੀ ਆਮਦ ਵੱਧ ਜਾਂਦੀ ਹੈ। ਰੱਖੜੀ ਸ਼ਾਇਦ ਹਾੜ ਦੇ ਅਖੀਰ 'ਚ ਆਉਂਦੀ ਹੈ, ਮੈਨੂੰ ਕਲੀਅਰ ਨਹੀਂ, ਪਰ ਉਹਦਾ ਮਤਲਬ ਅਮੂਮਨ ਬਹੁਤ ਘੱਟ ਮੇਲੇ ਮਸਾਵੇ ਲੱਗਦੇ ਨੇ, ਕਿਉਂਕਿ ਮੌਸਮ ਹੀ ਇੱਦਾਂ ਦਾ ਨਹੀਂ ਹੁੰਦਾ। ਸੱਗੀ ਜੀ ਨੇ ਵਧੀਆ ਕਹਾਣੀ ਲਿਖਿਆ, ਮੀਂਹ ਪਵੇ ਵੱਤ ਦਾ, ਸਿਆਣਾ ਹੋਵੇ ਮੱਤ ਦਾ। ਅਤੇ ਕਲਪਨਾ ਵਾਲੀਆਂ ਕਹਾਣੀਆਂ ਸੁਣਾਉਣ ਦਾ ਕੀ ਫਾਇਦਾ, ਪਰ ਉਹ ਕਲਪਨਾ ਦੇ ਵਿੱਚ ਕੁਝ ਚੀਜ਼ਾਂ ਇਨਫੋਰਮੇਟਰੀ ਹੁੰਦੀਆਂ ਨੇ, ਉਹ ਹੈ ਜੀ ਕਲਪਨਾ 'ਤੇ ਅੰਧ ਵਿਸ਼ਵਾਸ ਨਾ ਕਰੋ, ਪਰ ਕਲਪਨਾ ਇਮੈਜੀਨੇਸ਼ਨ ਦੇ ਨਾਲ ਹੀ ਅਸੀਂ ਚੀਜ਼ ਮਹਿਸੂਸ ਵੀ ਕਰਦੇ ਹਾਂ। ਸਪੋਜ਼ ਕਰੋ ਤੁਸੀਂ ਕਲਪਨਾ ਕਰਦੇ ਹੋ, ਸੋਚਦੇ ਹੋ ਕਿ ਮੈਂ ਇੱਥੇ ਬੈਠਾ ਹਾਂ, ਮੇਰੀ ਆਵਾਜ਼ ਨਿਕਲਦੀ ਹੈ, ਮੈਂ ਕਿੱਦਾਂ ਦਾ ਹੋਵਾਂਗਾ। ਕਈ ਵਾਰੀ ਤੁਸੀਂ ਆਪਣੀ ਕਲਪਨਾ ਸੱਚ ਦੇ ਨੇੜੇ ਵੀ ਲੈ ਜਾਂਦੇ ਹੋ। ਆ ਖਮਾਣੂ ਖੁਰਮਾਨੀ ਨੂੰ ਕਿਹਾ ਜਾਂਦਾ, ਬਰਿੰਦਾ ਜੀ ਥੈਂਕ ਯੂ, ਉਹਦਾ ਵੀ ਜ਼ਿਕਰ ਆਉਂਦਾ ਇਸ ਮਹੀਨੇ ਹੁੰਦੀ ਹੈ। ਅਤੇ ਮਿਹਰਬਾਨੀ ਸ਼ਰਲੀ ਜੀ, ਥੈਂਕ ਯੂ। ਅਤੇ ਰਿਪੀਟ 'ਚ ਪਪੀਹਾ ਕਿਹਾ ਜਾਂ ਬੰਬੀਹਾ, ਦੇਖੋ ਗੁਰਬਾਣੀ 'ਚ ਆਉਂਦਾ ਬੰਬੀਹਾ, ਬੰਬੀਹਾ ਅੰਮ੍ਰਿਤ ਵੇਲੇ ਬੋਲਿਆ, ਬੰਬੀਹਾ ਬੋਲੇ ਵੀ ਕਿਹਾ ਜਾਂਦਾ, ਪਰ ਆਮ ਭਾਸ਼ਾ 'ਚ ਪਪੀਹਾ ਕਿਹਾ ਜਾਂਦਾ ਹੈ। ਅਤੇ ਪਪੀਹਾ ਬੰਬੀਹਾ ਉਹ ਤਲਫਜ਼ ਦਾ ਫਰਕ ਹੈ, ਉਹ ਉਚਾਰਨ ਦਾ। ਸੁਵੇਕ ਸਿੰਘ ਜੀ ਕਹਿੰਦੇ ਬੜੀ ਦੇਰ ਤੋਂ ਪ੍ਰੋਗਰਾਮ ਸੁਣਦੇ ਆ, ਥੈਂਕ ਯੂ, ਮਿਹਰਬਾਨੀ ਦੁਆਵਾਂ ਦੇ ਵਾਸਤੇ। ਅਤੇ ਰਾਵੀ ਵਾਲੇ ਪਾਸੇ ਬੰਬੀਹਾ ਕਹਿੰਦੇ ਨੇ, ਬਰਿੰਦਰ ਜੀ ਕਹਿੰਦੇ, ਥੈਂਕ ਯੂ। ਅਤੇ ਕਈ ਬਜ਼ੁਰਗਾਂ ਕੋਲੋਂ ਸੁਣਿਆ ਕਿ ਹੜ੍ਹ ਮਹੀਨੇ ਅਤਰ ਫਲੇਲ ਲਾ ਕੇ ਸੁੰਨਸਾਨ ਵਾਲੇ ਇਲਾਕੇ 'ਚ ਨਾ ਜਾਵੋ, ਅਤੇ ਕਹਿੰਦੇ ਸਲੇਡਾ ਰਹਿੰਦਾ ਉਹ ਵੀ ਫੜ ਲਓ, ਹਾਲਾਂਕਿ ਕੱਚਾ ਦੁੱਧ ਪੀ ਕੇ ਵੀ ਬਾਹਰ ਜਾਣੋ ਵਰਜਿਆ ਜਾਂਦਾ, ਕਿਉਂਕਿ ਕੱਚਾ ਦੁੱਧ ਤੁਹਾਨੂੰ ਡਾਈਜੈਸਟ ਦੀ ਪ੍ਰੋਬਲਮ ਆ ਸਕਦੀ ਹੈ ਜਾਂ ਇਨਫੈਕਸ਼ਨ ਹੋ ਸਕਦੀ ਹੈ। ਇਸੇ ਕਰਕੇ ਕਹਿੰਦੇ ਨਾ ਕਿ ਛੁੱਟੜ ਰੰਨ ਨਾ ਕੀਜੀਏ ਭਾਵੇਂ ਹੋਵੇ ਹੂਰ, ਮਤਲਬ ਜਿਹੜੀ ਇਸ ਤਰ੍ਹਾਂ ਦੀ ਕੋਈ ਬਦਕਾਰ ਕਿਸਮ ਦੀ ਔਰਤ ਹੈ ਉਸਨੂੰ ਕਿਹਾ ਗਿਆ ਛੁੱਟੜ। ਇਹ ਨਹੀਂ ਕਿ ਮੋਦੀ ਸਾਹਿਬ ਨੇ ਛੱਡਤੀ ਉਹ ਛੁੱਟੜ ਹੋ ਗਈ, ਕਿਉਂਕਿ ਉਹ ਛੁੱਟੜ ਜਿਹੜੀ ਕਿਤੇ ਵਸੇ ਨਾ ਉਸ ਨੂੰ ਕਿਹਾ ਗਿਆ, ਛੁੱਟੜ ਰੰਨ ਨਾ ਕੀਜੀਏ ਭਾਵੇਂ ਹੋਵੇ ਹੂਰ, ਕੱਚਾ ਦੁੱਧ ਨਾ ਪੀਵੀਏ ਭਾਵੇਂ ਹੋਵੇ ਨੂਰ, ਭਾਵੇਂ ਤੁਸੀਂ ਨੂਰ ਵਾਲਾ ਚਿਹਰਾ ਤੁਹਾਡਾ ਤਕੜਾ ਤਾਂ ਵੀ ਕੱਚਾ ਦੁੱਧ ਨਾ ਪੀਵੋ, ਇਹ ਪੁਰਾਣੀਆਂ ਕਹਾਵਤਾਂ ਨੇ। ਅਤੇ ਪੱਕਾ ਰਾਹ ਨਾ ਛੋੜੀਏ ਭਾਵੇਂ ਹੋਵੇ ਦੂਰ, ਮਤਲਬ ਜੇ ਪੱਕਾ ਰਸਤਾ ਤੁਹਾਨੂੰ ਗੇੜ ਪੈਂਦਾ ਉਹ ਕਦੇ ਨਾ ਛੱਡੋ, ਪੱਕੇ ਰਾਹ ਜਾਓ, ਭਾਵੇਂ ਤਕੜੇ ਵੀ ਉਹ ਚਿਹਰੇ 'ਤੇ ਨੂਰ ਆ ਤਾਂ ਵੀ ਕੱਚਾ ਦੁੱਧ ਪੀਣ ਤੋਂ ਗੁਰੇਜ਼ ਕਰੋ। ਛੁੱਟੜ ਰੰਨ ਨਾ ਕੀਜੀਏ ਕਿ ਉਹਨੂੰ ਨਾ ਪਰਨਾਓ, ਉਹਨੂੰ ਨਾ ਵਿਆਹੋ, ਆਪਣੇ ਘਰਵਾਲੀ ਨਾ ਬਣਾਓ ਜਾਂ ਸੰਬੰਧ ਨਾ ਰੱਖੋ ਭਾਵੇਂ ਉਹ ਹੂਰ ਭਰੀ ਕਿਉਂ ਨਾ ਹੋਵੇ। ਛੁੱਟੜ ਰੰਨ ਨਾ ਕੀਜੀਏ ਭਾਵੇਂ ਹੋਵੇ ਹੂਰ, ਕੱਚਾ ਦੁੱਧ ਨਾ ਪੀਵੀਏ ਭਾਵੇਂ ਹੋਵੇ ਨੂਰ, ਪੱਕਾ ਰਾਹ ਨਾ ਛੋੜੀਏ ਅਤੇ ਭਾਵੇਂ ਹੋਵੇ ਦੂਰ।
ਇੱਕ ਅੱਧਾ ਹੁਣ ਆਪਣੇ ਕੋਲੋਂ ਜੋੜ ਲਾਂਗੇ ਜਾਂ ਤੁਸੀਂ ਜੋੜ ਦਿਓ। ਵਿਰਾਸਤ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਯਾਦਵਿੰਦਰ ਜੀ, ਥੈਂਕ ਯੂ। ਅਤੇ ਵਿਰਾਸਤੀ ਪ੍ਰੋਗਰਾਮ ਚੰਗਾ ਲੱਗਦਾ, ਜੋਲ ਬਧਨੀ ਥੈਂਕ ਯੂ। ਸਿਆਸੀ ਪ੍ਰੋਗਰਾਮਾਂ 'ਚ ਇੰਟਰਸਟ ਹੁੰਦਾ ਸੀ, ਹੁਣ ਪ੍ਰੋਗਰਾਮ ਵਧੀਆ ਲੱਗਦੇ ਨੇ, ਪਰ ਸਿਆਸਤ ਦੀ ਸਮਝ ਵੀ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੀਆਂ ਸੱਚਾਈਆਂ ਸਾਨੂੰ ਵਿਰਾਸਤ 'ਚੋਂ ਵੀ ਮਿਲਦੀਆਂ ਨੇ। ਅਤੇ ਕੁਦਰਤ ਬਾਰੇ ਆਪਣੇ ਤੌਰ 'ਤੇ ਬੜਾ ਕੁਛ ਹੱਲ ਕਰ ਸਕਦੇ ਹਾਂ, ਸਿਆਸਤ ਕੋਲ ਪਰ ਵੱਡੇ ਪੱਧਰ 'ਤੇ ਤਾਕਤ ਹੁੰਦੀ ਹੈ। ਅਤੇ ਅੰਜੀਰ ਅੰਦਰ ਇੱਕ ਟੋਨਿਕ ਤਾਂ ਹੈ, ਹੋਰ ਕੀ ਕੀ ਫਾਇਦੇ ਨੇ? ਹਾਂਜੀ, ਇਹਦੇ ਬੜੇ ਬੈਨੀਫਿਟ ਨੇ ਅੰਜੀਰ ਦੇ, ਖਾਣੀ ਚਾਹੀਦੀ ਹੈ ਵੱਧ ਤੋਂ ਵੱਧ। ਤੁਸੀਂ ਗੂਗਲ ਮਾਰ ਲਓ, ਵੈਸੇ ਉਹਦੇ 'ਚ ਕਾਫੀ ਸੈਂਟੀਫਿਕ ਆ ਜਾਏਗਾ, ਪਰ ਪ੍ਰੋਗਰਾਮ 'ਚ ਵੀ ਡਿਟੇਲ ਦੇ ਦਿਆਂਗਾ। ਸੈਣੀ ਸਾਹਿਬ ਸਰੀ ਲਾਈ ਜਾਂਦੇ ਨੇ, ਕਹਿੰਦੇ ਨਾ ਅੰਡਾ ਆਇਆ ਨਾ ਮੁਰਗੀ, ਪਹਿਲਾਂ ਬੋਤਲ ਆਈ। ਥੈਂਕ ਯੂ। ਲਓ ਜੀ, ਹੁਣ ਫਿਰ ਇਹ ਸੀ ਵਿਰਾਸਤ ਪ੍ਰੋਗਰਾਮ, ਤੁਹਾਨੂੰ ਪਸੰਦ ਆਇਆ ਹੋਣਾ ਇਸ ਗੱਲ ਦਾ ਮੈਨੂੰ ਪੂਰਨ ਯਕੀਨ ਹੈ। ਸੋ ਇਹ ਵਿਰਾਸਤੀ ਪ੍ਰੋਗਰਾਮਾਂ ਦੀ ਲੜੀ ਨੂੰ ਆਪਾਂ ਇੱਦਾਂ ਹੀ ਜਾਰੀ ਰੱਖਿਆ ਕਰਾਂਗੇ, ਬੜਾ ਵਧੀਆ ਲੱਗਦਾ। ਅਤੇ ਇਹਨਾਂ ਵਿਰਾਸਤੀ ਜਾਂ ਇਹਨਾਂ ਸਾਰੇ ਪ੍ਰੋਗਰਾਮਾਂ ਦੇ ਲਿੰਕ 9876300955 'ਤੇ ਮੰਗਵਾ ਸਕਦੇ ਹੋ, 9876300965 ਇਸੇ ਨੰਬਰ 'ਤੇ ਪ੍ਰੋਗਰਾਮ ਦੇ ਵਿੱਚ ਵੀ ਕਾਲ ਕਰ ਸਕਦੇ ਹੋ, ਅਤੇ ਵਟਸਐਪ ਗਰੁੱਪ ਦੇ ਵਿੱਚ ਵੀ ਸ਼ਾਮਿਲ ਹੋ ਸਕਦੇ ਹੋ, ਅਤੇ 9876300965। ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਅਤੇ ਸ਼ਾਮੀ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤਾਂ ਹੁੰਦੀਆਂ ਨੇ। ਕੁਛ ਵੀਡੀਓ ਪ੍ਰੋਗਰਾਮ ਆਪਾਂ ਪਾਉਂਦੇ ਹਾਂ, ਅੱਜ ਵੀ ਪਾਇਆ, ਉਹਨਾਂ ਵੀਡੀਓ ਦੇ ਲਿੰਕ ਵੀ ਤੁਸੀਂ ਇਸੇ ਨੰਬਰ 9876300965 'ਤੇ ਮੰਗਵਾ ਸਕਦੇ ਹੋ।